ਸਿੰਘਾ ਸ਼ੁਰੂ ਕਿੱਥੋਂ ਹੋਇਆ ਸੀ ਮਨਪ੍ਰੀਤ ਸਿੰਘ ਤੋਂ ਸਿੰਘਾ ਕਿਵੇਂ ਨਾਮ ਆਇਆ ਪੜਦਾ ਜਰੂਰ ਮੈਂ ਸਕੂਲ ਸੀਬੀਐਸਸੀ ਸੀਗਾ ਪਰ ਕੰਮ ਮੈਂ ਪੂਰੇ ਦੇਸੀ ਕੀਤੇ ਨੇ ਸਾਰੇ ਜਿਹੜਾ ਅੱਜ ਦਾ ਦੌਰ ਹੈ ਅੱਜ ਦਾ ਦੌਰ ਹੈਗਾ ਸੋਸ਼ਲ ਮੀਡੀਆ ਦਾ ਸੋਸ਼ਲ ਮੀਡੀਆ ਤੇ ਲੋਕ ਸੀਰੀਅਸ ਘੱਟ ਨੇ ਉਹਨੂੰ ਮਜ਼ਾਕ ਚ ਲੈ ਕੇ ਜਾਣ ਵਾਲੇ ਜ਼ਿਆਦੇ ਨੇ ਤਾਂ ਜੇ ਤਾਂ ਉਹ ਚੰਗੀ ਚੀਜ਼ ਹੈ ਉਹ ਤਾਂ ਉੰਨੀ ਡਿਲੀਵਰ ਹੁੰਦੀ ਆ ਕਿ ਜਿੰਨੇ ਉਹਨੂੰ ਸੁਣਨ ਵਾਲੇ ਨੇ ਜੇ ਕੋਈ ਮਜ਼ਾਕ ਹੈ ਉਹਨੂੰ ਬਹੁਤ ਵੱਡਾ ਕਰਕੇ ਦਿਖਾਇਆ ਜਾਂਦਾ ਮੈਂ ਵੀਰੇ ਫੋਕੀ ਹੱਲਾਸ਼ੇਰੀ ਦੇਣ ਵਾਲਾ ਨਹੀਂ ਹੈਗਾ ਮੈਂ ਟੈਕਨੀਕਲੀ ਗੱਲ ਕਰੂੰਗਾ ਲੌਜੀਕਲੀ ਗੱਲ ਕਰੂੰਗਾ ਸੋਹਣੀ ਗੱਲ ਕਰ ਰਹੇ ਮੈਂ ਉਹਦਾ ਮਤਲਬ ਇਹ ਹੈ ਸੀਗਾ ਤੂੰ ਮੇਰਾ ਬੈਸਟ ਫਰੈਂਡ ਮੈਂ ਹੀ ਆ ਹੋਰ ਦੁਨੀਆ ਤੇ ਕੋਈ ਨਹੀਂ ਹੋ ਸਕਦਾ ਬਟ ਇਹ ਨਾ ਹੋਵੇ ਕਿ ਜਿਹੜਾ ਇਨਫਲੂਐਂਸ ਕਰਕੇ ਚਾਰ ਪੈਸੇ ਆ ਰਹੇ ਨੇ ਉਹ ਤੁਸੀਂ ਕਿਤੇ दारू ਚੋੜ ਰਹੇ ਨੇ ਉਹ ਤੁਹਾਡੀਆਂ ਪਾਰਟੀਆਂ ਚੋੜ ਰਹੇ ਨੇ ਬੜੇ ਕੀਮਤੀ ਹੁੰਦੇ ਨੇ ਮਾਪਿਓ ਜਿਨ੍ਹਾਂ ਦੇ ਨਹੀਂ ਹੈਗੇ ਉਹਨਾਂ ਨੂੰ ਪੁੱਛ ਕੇ ਦੇਖੋ ਪਰ ਕਦੇ ਨੋਟ ਕਰਕੇ ਦੇਖਿਆ ਜਿਨ੍ਹਾਂ ਦੇ ਮਾਪਿਓ ਨਹੀਂ ਹੈਗੇ ਉਹ ਇੱਕ ਪਲ ਬੈਠਣ ਲਈ ਤਰਸਦੇ ਨੇ ਆਪਣੇ ਮਾਪਿਓ ਨਾਲ ਤੇ ਜੇ ਮੇਰੇ ਕੋਲ ਮੇਰਾ ਪਿਓ ਹੈਗਾ ਤਾਂ ਮੈਂ बार-बार ਇੱਕੋ ਹੀ ਮੁੱਦੇ ਜ਼ਿੰਦਗੀ 'ਚ ਸਾਲਾ ਇੱਕੋ ਮੁੱਦਾ ਥੋੜੀ ਰਹਿ ਗਿਆ ਮੇਰੇ ਕੋਲ ਮੈਂ ਕਿਉਂ ਨਾ ਉਹਨਾਂ ਦੀ ਡੰਡ ਲਾਵਾਂ ਸਤਿ ਸ਼੍ਰੀ ਅਕਾਲ ਜੀ ਇੱਕ ਵਾਰੀ ਫਿਰ ਸਵਾਗਤ ਹੈ ਤੁਹਾਡਾ ਇੱਕ ਟਾਕ ਸ਼ੋਅ 'ਚ ਤੇ ਅੱਜ ਮੇਰੇ ਨਾਲ ਜਿਹੜੇ ਗੈਸਟ ਨੇ ਤੁਸੀਂ ਸਾਰੇ ਉਹਨਾਂ ਨੂੰ ਜਾਣਦੇ ਹੀ ਹੋਵੋਗੇ ਜੇ ਨਹੀਂ ਜਾਣਦੇ ਤਾਂ ਅੱਜ ਬਹੁਤ ਡੂੰਗੀ ਤਰ੍ਹਾਂ ਜਾਣਨ ਦੀ ਤੁਹਾਨੂੰ ਮੌਕਾ ਮਿਲੇਗਾ ਤੇ ਜਦੋਂ ਤੋਂ ਪੌਡਕਾਸਟ ਸ਼ੁਰੂ ਕੀਤੇ ਨੇ ਬਹੁਤ ਵਧੀਆ ਲੱਗ ਰਿਹਾ ਆਪ ਵੀ ਜ਼ਿੰਦਗੀ 'ਚ ਬਹੁਤ ਬਦਲਾਅ ਆ ਰਿਹਾ ਇਨ ਅ ਪੋਜ਼ਿਟਿਵ ਵੇ ਬਹੁਤ ਕੁਝ ਚੰਗਾ ਸਿੱਖਣ ਨੂੰ ਮਿਲ ਰਿਹਾ ਤੇ ਉਮੀਦ ਹੈ ਕਿ ਤੁਹਾਨੂੰ ਵੀ ਪੌਡਕਾਸਟਿੰਗ ਦੇ ਨਾਲ ਜ਼ਿੰਦਗੀ 'ਚ ਕੁਝ ਵਧੀਆ ਸਿੱਖਣ ਨੂੰ ਮਿਲ ਰਿਹਾ ਹੋਵੇਗਾ ਕਿਉਂਕਿ ਪੌਡਕਾਸਟਿੰਗ ਦਾ ਮਤਲਬ ਇਹੀ ਹੈ ਕਿ ਆਪਣੇ ਆਪ ਨੂੰ ਹੋਰ ਬਿਹਤਰ ਇਨਸਾਨ ਬਣਾਉਣਾ ਕਿਉਂਕਿ ਇਨਸਾਨ ਨੂੰ ਜ਼ਿੰਦਗੀ 'ਚ ਸਭ ਕੁਝ ਦਿਖ ਜਾਂਦਾ ਸਿਰਫ ਆਪਣੀਆਂ ਕਮੀਆਂ ਨਹੀਂ ਦਿਖਦੀਆਂ ਔਰ ਜੇ ਕਦੀ ਆਪਣੀ ਸਿੰਘਾ ਵੀਰਾ ਉਰਫ ਮਨਪ੍ਰੀਤ ਸਿੰਘ ਕਿਵੇਂ ਹੋ ਬਾਈ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਤੇ ਬਹੁਤ ਵਧੀਆ ਘੈਂਟ ਆ ਮੇਰਾ ਵੀਰ ਕਿਹੜੇ ਜ਼ੋਨ ਚ ਚੱਲ ਰਹੇ ਹੋ ਅੱਜ ਕੱਲ ਕੀ ਚੱਲ ਰਿਹਾ ਤੁਹਾਡੀ ਜ਼ਿੰਦਗੀ ਚ ਅੱਜ ਕੀ ਸਿੱਖ ਰਹੇ ਹੋ ਨਵਾਂ ਮੈਂ ਚੜ੍ਹਦੀ ਕਲਾ ਜ਼ੋਨ ਚ ਚੱਲ ਰਿਹਾ ਜੀ ਤੇ ਖੁਸ਼ ਆ ਨਮੀਆਂ ਚੀਜ਼ਾਂ ਸਿੱਖ ਰਿਹਾ ਆਪਣੇ ਤੇ ਕੰਮ ਕਰ ਰਿਹਾ ਆਪਣੇ ਤੇ ਖੁਦ ਤੇ ਮਿਹਨਤ ਕਰ ਰਿਹਾ ਕਿ ਅੱਗੇ ਕਿੱਦਾਂ ਜਾਇਆ ਜਾਵੇ ਕਿੱਦਾਂ ਹੋਰ ਮਿਹਨਤ ਕੀਤੀ ਜਾਵੇ ਆਪਣੇ ਆਪ ਨੂੰ ਇੰਪਰੂਵ ਕੀਤਾ ਜਾਵੇ ਭਾਈ ਜਿਹੜੀ ਤੁਹਾਡੀ ਬੈਕ ਆਫ ਦ ਸਟੋਰੀ ਹੈ ਉਹ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਤੁਸੀਂ ਕਿਵੇਂ ਜ਼ਿੰਦਗੀ ਚ ਸ਼ੁਰੂ ਹੋਈ ਸੀ ਕੀ ਕੀ ਤਕਲੀਫਾਂ ਦਾ ਸਾਹਮਣਾ ਕੀਤਾ ਮੈਂ ਚਾਹਨਾ ਕਿ ਅੱਜ ਸਿੰਘੇ ਨੂੰ ਬਹੁਤ ਲੋਕ ਜਾਣਦੇ ਨੇ ਬਹੁਤ ਯੂਥ ਫੋਲੋ ਕਰਦੀ ਹੈ 5 ਮਿਲੀਅਨ ਲੋਕ ਤੁਹਾਨੂੰ ਇੰਸਟਾਗ੍ਰam ਤੇ ਫੋਲੋ ਕਰਦੇ ਨੇ ਮਤਲਬ ਉਹ ਤੁਹਾਨੂੰ ਪਿਆਰ ਕਰਦੇ ਨੇ ਤੁਹਾਨੂੰ ਦੇਖਦੇ ਨੇ ਸਿੰਘਾ ਸ਼ੁਰੂ ਕਿੱਥੋਂ ਹੋਇਆ ਸੀ ਮਨਪ੍ਰੀਤ ਸਿੰਘ ਤੋਂ ਸਿੰਘਾ ਕਿਵੇਂ ਨਾਮ ਆਇਆ ਕਹਾਣੀ ਹੈ ਇੱਕ ਮਨਪ੍ਰੀਤ ਦੀ ਇੱਕ ਪਿੰਡ ਦੇ ਵਿੱਚ ਰਹਿੰਦਾ ਜਿਹੜਾ ਜਿਹੜਾ ਕੰਮ ਕਰਦਾ ਹੈ ਸੀਬੀਐਸਸੀ ਸਕੂਲ ਪੜਦਾ ਸੀਗਾ ਦੁਆਬਾ ਪਬਲਿਕ ਸਕੂਲ ਮਾਹਲਪੁਰ ਤੇ ਉੱਥੋਂ ਫਿਰ ਨਾਲ ਕੰਮ ਕਰਨਾ ਘਰੇ ਆਣਾ ਗਾਂ ਚੋਣੀ ਜਿੱਦਾਂ ਮੈਨੂੰ ਸਾਰੇ ਕੰਮ ਘਰੇ ਤੋਂ ਤੁਸੀਂ ਜੰਮੇ ਪੜਦਾ ਜਰੂਰ ਮੈਂ ਸਕੂਲ ਸੀਬੀਐਸਸੀ ਸੀਗਾ ਪਰ ਕੰਮ ਐ ਪੂਰੇ ਦੇਸੀ ਕੀਤੇ ਨੇ ਸਾਰੇ ਤੇ ਸਾਈਕਲ ਤੇ ਪੱਠੇ ਲਿਆਉਣੇ ਤੇ ਮਤਲਬ ਉਹ ਲਾਈਫ ਦੇ ਵਿੱਚ ਮੈਂ ਜੇ ਹੁਣ ਦੇਖਾਂ ਉਹ ਲਾਈਫ ਦਾ ਟਾਈਮ ਜਿਹੜਾ ਸੀਗਾ ਉਹ ਅਨਮੋਲ ਅਨਮੋਲ ਸੀਗਾ ਉਹ ਕਦੇ ਵਾਪਸ ਨਹੀਂ ਆਉਣਾ ਤੇ ਨਾ ਮੈਂ ਕਦੇ ਸੋਚਿਆ ਸੀਗਾ ਐ ਇਨਾ ਪਿਆਰ ਮਿਲੂਗਾ ਬਟ ਉਹ ਇੱਕ ਆਜ਼ਾਦੀ ਨਹੀਂ ਹੁੰਦੀ ਬੰਦੇ ਦੇ ਅੰਦਰ ਕਿ ਕਿਸੇ ਗੱਲ ਦੀ ਪਰਵਾਹ ਨਹੀਂ ਕਿਸੇ ਗੱਲ ਦਾ ਖੌਫ ਨਹੀਂ ਕਿਸੇ ਗੱਲ ਦੀ ਟੈਨਸ਼ਨ ਨਹੀਂ ਨਾ ਕਿਸੇ ਦਾ ਦੇਣਾ ਨਾ ਕੁਝ ਲੈਣਾ ਸਿਰਫ ਆਪਣਾ ਮਸਤ ਇੱਕ ਚੀਜ਼ ਦੀ ਟੈਨਸ਼ਨ ਹੋਣੀ ਕਿ ਸਾਰੇ ਕੰਮ ਨਿਬੜ ਕੇ ਸ਼ਾਮ ਨੂੰ ਗਰਾਊਂਡ 'ਚ ਜਾਣਾ ਸਿਰਫ ਇਸ ਗੱਲ ਦੀ ਟੈਨਸ਼ਨ ਹੁੰਦੀ ਸੀ ਸਕੂਲ ਲਈ ਵੀ ਬਸ ਆਹੀ ਕਿ ਜਾ ਕੇ ਕੰਮ ਕਰਨਾ ਪੱਠੇ ਲਿਆਉਣੇ ਧਾਰ ਚੋਣੀ ਆ ਤੇ ਗਰਾਊਂਡ 'ਚ ਜਾਣਾ ਸ਼ਾਮ ਨੂੰ ਬਸ ਆਹੀ ਲਾਸਟ ਧਾਰ ਕਦੋਂ ਚੋਈ ਸੀ ਬਾਈ ਫਿਰ ਤੁਸੀਂ ਹੁਣ ਬਚਪਨ ਤੋਂ ਬਾਅਦ ਮੈਨੂੰ ਤਾਂ ਬਹੁਤ ਟਾਈਮ ਹੋ ਗਿਆ ਮੇਬੀ ਉਹ ਉਹਨੂੰ ਹੋ ਗਏ ਕਾਫੀ ਟਾਈਮ ਹੋ ਗਿਆ ਹੁਣ ਤਾਂ 12 15 ਸਾਲ ਹੋ ਗਏ ਹੋਣੇ ਬਟ ਭੁੱਲਿਆ ਨਹੀਂ ਮੈਂ ਚੋਣੀ ਹੁਣ ਵੀ ਆਉਂਦੀ ਮੈਨੂੰ ਕੀ ਬਾਤ ਹੈ ਜੀ ਹਜੇ ਵੀ ਚੋ ਲੈਨੇ ਹਾਂ ਹਾਂ ਮਜ਼ਾ ਰੱਖਿਆ ਹਜੇ ਵੀ ਕਰੇ ਨਹੀਂ ਨਹੀਂ ਹੁਣ ਨਹੀਂ ਹੈਗੇ ਜੀ ਫਾਰਮ ਹਾਊਸ ਤੇ ਨੇ ਫਾਰਮ ਹਾਊਸ ਤੇ ਨਹੀਂ ਹੈਗੇ ਕਿਉਂਕਿ ਹੁਣ ਟਾਈਮ ਹੀ ਨਹੀਂ ਹੈਗਾ ਵੀਰੇ ਤੇ ਮੈਨੂੰ ਲੱਗਦਾ ਹੁਣ ਅ ਲੇਖਾ ਹੁਣ ਹੋਰ ਹੈ ਹੁਣ ਉਹਨਾਂ ਦਾ ਲੇਖਾ ਮੁੱਕ ਗਿਆ ਕਿਉਂਕਿ ਜਦੋਂ ਕਹਿੰਦੇ ਤੁਹਾਡੇ ਘਰ 'ਚ ਪਸ਼ੂ ਹੁੰਦੇ ਆ ਅ ਜਾਂ ਕੋਈ ਜੀਵ ਹੁੰਦਾ ਆ ਤੇ ਉਹਦੀ ਜਦੋਂ ਤੁਸੀਂ ਕੇਅਰ ਕਰਦੇ ਹੋ ਉਹ ਤੁਹਾਡੇ ਲਿਖੀ ਹੁੰਦੀ ਆ ਕਿ ਤੁਸੀਂ ਅ ਉਸ ਬੰਦੇ ਦੀ ਜਾਂ ਉਸ ਜਾਨਵਰ ਦੀ ਉਹ ਆਪਣੇ ਲੇਖੇ ਲਾਉਣਾ ਉਹ ਮਿਹਨਤ ਹੀ ਹੁੰਦੀ ਹੈ ਮਤਲਬ ਉਹਦਾ 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 ਫਲ ਨਹੀਂ ਹੁੰਦਾ ਪਤਾ ਬਟ ਇੱਕ ਤਰ੍ਹਾਂ ਦਾ ਸੀ ਉਹਨਾਂ ਚੀਜ਼ਾਂ ਚੋਂ ਜਦੋਂ ਨਿਕਲਦੇ ਆ ਉਹ ਫੇਰ ਪਤਾ ਲੱਗਦਾ ਜਿਹੜਾ ਨਾਰਮਲ ਹੁਣ ਜਿੱਦਾਂ ਲੋਕ ਜਿਹੜੇ ਵੀ ਪਿੰਡਾਂ ਦੇ ਨੇ ਮੁੰਡੇ ਮੇਰੇ ਅਰਗੇ ਜਿਨ੍ਹਾਂ ਨੇ ਕੰਮ ਕੀਤਾ ਉਹ ਅੰਦਰਲੀ ਭਾਵਨਾ ਸਮਝ ਸਕਦੇ ਮੇਰੇ ਹਾਂ ਬਈ ਮਨਪ੍ਰੀਤ ਸਿੰਘ ਤੋਂ ਸਿੰਗਾ ਕਿਵੇਂ ਬਣੇ ਫਿਰ ਸ਼ੁਰੂ ਤੋਂ ਹੀ ਤੁਹਾਡਾ ਮਨ ਸੀ ਕਿ ਬਈ ਤੁਸੀਂ ਲੇਖਕ ਬਣਨਾ ਸਿੰਗਰ ਬਣਨਾ ਨਹੀਂ ਇਹ ਮੇਰੇ ਫਾਦਰ ਸਾਹਿਬ ਸਰਦਾਰ ਕਰਨੈਲ ਸਿੰਘ ਰਾਈਟਰ ਸੀਗੇ ਉਹਨਾਂ ਨੇ ਸਟਾਰਟ ਕੀਤਾ ਸ਼ਾਇਦ ਮੈਨੂੰ ਉਹਨਾਂ ਨੂੰ ਦੇਖ ਦੇ ਕੇਈ ਦੁਆਰਾ ਦੁਆਰਾ ਮੈਂ ਛੁੱਟੀਆਂ ਕੱਟਣ ਜਾਂਦਾ ਹੁੰਦਾ ਸੀਗਾ ਉਹਨਾਂ ਕੋਲ ਪੁਲਿਸ ਦੀ ਨੌਕਰੀ ਦੇ ਵਿੱਚ ਏਐਸਆਈ ਲੁਧਿਆਣੇ ਸੀਗੇ ਤੇ ਉਹਨਾਂ ਨੂੰ ਉਹਨਾਂ ਕੋਲ ਛੁੱਟੀਆਂ ਕੱਟਣ ਆਣਾ ਮੈਥੇ ਲੁਧਿਆਣੇ ਤੁਹਾਡੇ ਪਾਪਾ ਤੇ ਹਾਂਜੀ ਤੇ ਉਹਨਾਂ ਨੇ ਫਿਰ ਇੱਕ ਰਜਿਸਟਰ ਹੁੰਦਾ ਸੀ ਉਹਨਾਂ ਕੋ ਦੋ ਤਿੰਨ ਰਜਿਸਟਰ ਉਹਨਾਂ ਦੇ ਰਜਿਸਟਰ ਖੋਲਣੇ ਫੋਲਣੇ ਮੈਂ ਗਾਣੇ ਪੜ੍ਹਨੇ ਕਵਿਤਾਵਾਂ ਪੜ੍ਹਨੀਆਂ ਸ਼ਾਇਦ ਮੇਬੀ ਉਹ ਉਹ ਸ਼ੁਰੂ ਉੱਥੋਂ ਹੋਇਆ ਇੱਕ ਇੱਕ ਚੰਗਿਆੜੀ ਲੱਗਣੀ ਮੇਬੀ ਉੱਥੋਂ ਕਿਉਂਕਿ ਮੈਨੂੰ ਬੜਾ ਮਜ਼ਾ ਆਉਂਦਾ ਸੀ ਡੈਡ ਜੀ ਨੂੰ ਪੁੱਛ ਕੇ ਆਹ ਕਿਦਾਂ ਆਹ ਕਿਦਾਂ ਉਹ ਚੀਜ਼ਾਂ ਕਿਤੇ ਨਾ ਕਿਤੇ ਸਟਾਰਟਿੰਗ ਮੇਰੀ ਉੱਥੇ ਹੀ ਹੋਈ ਹੈ ਸੋ ਕਹਿ ਸਕਦੇ ਆ ਕਿ ਮੇਰੇ ਫਾਦਰ ਸਾਹਿਬ ਤੋਂ ਹੀ ਮੈਂ ਸਿੱਖਿਆ ਜੋ ਅ ਅੱਜ ਤੱਕ ਸਿੱਖਿਆ ਬਈ ਕਿ ਲੇਖਕ ਦਾ ਜਨਮ ਕਿੱਥੋਂ ਹੁੰਦਾ ਹੈ ਅਸੀਂ ਸਿੱਖਣਾ ਚਾਹੁੰਦੇ ਸੁਣਨਾ ਚਾਹੁੰਦੇ ਸਮਝਣਾ ਚਾਹੁੰਦੇ ਆ ਕਿ ਇੱਕ ਲੇਖਕ ਕਿਵੇਂ ਜਨਮ ਲੈਂਦਾ ਹੈ ਲਿਖਣ ਦੀ ਕਿਦਾਂ ਇਹ ਮਹਾਰਾਜ ਵੱਲੋਂ ਹੀ ਕਿਰਪਾ ਹੁੰਦੀ ਹੈ ਜਾਂ ਇੱਕ ਆਮ ਇਨਸਾਨ ਵੀ ਲੇਖਕ ਬਣ ਸਕਦਾ ਲੇਖਕ ਦਾ ਜਨਮ ਭਾਵਨਾਵਾਂ ਤੋਂ ਹੁੰਦਾ ਜਦੋਂ ਉਹਦੇ ਅੰਦਰ ਭਾਵਨਾਵਾਂ ਜਾਗਦੀਆਂ ਨੇ ਜਦੋਂ ਤੁਸੀਂ ਨੋਟ ਕੀਤਾ ਹੋਣਾ ਬਹੁਤ ਵੱਡੇ ਵੱਡੇ ਕਵੀ ਵੀ ਹੋਏ ਨੇ ਬਹੁਤ بڑے بڑے ਗੀਤਕਾਰ ਵੀ ਹੋਏ ਨੇ ਉਹ ਉਹ ਭਾਵਨਾਵਾਂ ਕਿਸੇ ਦੇ ਅੰਦਰ ਖੁਸ਼ੀ ਦੀ ਹੁੰਦੀ ਹੈ ਜਦੋਂ ਅਸੀਂ ਕੋਈ ਉਦਾਂ ਦੀ ਕਵਿਤਾ ਪੜ੍ਹਦੇ ਹਾਂ ਕਿਸੇ ਦੇ ਅੰਦਰ ਭਾਵਨਾਵਾਂ ਗੁੱਸੇ ਦੀ ਹੁੰਦੀ ਹੈ ਵਿਰੋਧ ਦੀ ਕਿਸੇ ਦੇ ਅੰਦਰ ਸੈਡਨੈਸ ਹੁੰਦੀ ਹੈ ਕਿ ਦੁੱਖ ਵਾਲੀ ਕਿਸੇ ਦੇ ਅੰਦਰ ਭਾਵਨਾਵਾਂ ਰੋਮਾਂਸ ਦੀ ਹੁੰਦੀ ਹੈ ਪਿਆਰ ਦੀ ਹੁੰਦੀ ਹੈ ਉਹ ਪਿਆਰ ਚ ਅਸੀਂ ਉਦਾਂ ਦੀ ਜਿਨ੍ਹਾਂ ਨੂੰ ਰੋਮਾਂਟਿਕ Song ਕਹਿੰਦੇ ਨੇ ਜਾਂ ਕਵਿਤਾਵਾਂ ਕਹਿੰਦੇ ਆ ਤੇ ਮੈਨੂੰ ਲੱਗਦਾ ਕਿ ਜਦੋਂ ਕਿਸੇ ਅੰਦਰ ਬੰਦੇ ਦੇ ਭਾਵਨਾ ਹੁੰਦੀ ਜਾਗਦੀ ਆ ਤੇ ਜਦੋਂ ਉਹ ਕੰਟਰੋਲ ਨਹੀਂ ਕਰ ਸਕਦਾ ਉਸ ਭਾਵਨਾਵਾਂ ਨੂੰ ਕਿਸੇ ਨੂੰ ਬੋਲ ਕੇ ਦੱਸ ਨਹੀਂ ਸਕਦਾ ਤੇ ਉਹ ਫਿਰ ਆਪਣੀ ਕਲਮ ਦੇ ਨਾਲ ਕਾਪੀ ਤੇ ਉਸ ਭਾਵਨਾਵਾਂ ਨੂੰ ਜ਼ਾਹਿਰ ਕਰਦੇ ਨੇ ਤੇ ਮੈਨੂੰ ਇਹ ਲੱਗਦਾ ਹੈ ਕਿ ਜਿਹੜੀ ਅੰਦਰਲੀ ਮਨੁੱਖੀ ਭਾਵਨਾਵਾਂ ਨੂੰ ਜਦੋਂ ਅਸੀਂ ਕਿਸੇ ਕਲਮ ਦੇ ਨਾਲ ਕਾਪੀ ਤੇ ਬਿਆਨ ਕਰਦੇ ਹਾਂ ਉਹ ਚੀਜ਼ ਨੂੰ ਅਸੀਂ ਜਨਮ ਦੇ ਦਿੰਨੇ ਆ ਚਾਹੇ ਕਵਿਤਾ ਹੈ ਚਾਹੇ ਗੀਤ ਹੈ ਚਾਹੇ ਨਾਵਲ ਹੈ ਜਿਨ੍ਹਾਂ ਨੂੰ ਅਸੀਂ ਅਲੱਗ-ਅਲੱਗ ਸ਼੍ਰੇਣੀਆਂ ਦੇ ਵਿੱਚ ਵੰਡਿਆ ਹੋਇਆ ਤੁਸੀਂ ਪਹਿਲਾਂ ਸਭ ਤੋਂ ਪਹਿਲਾਂ ਕੀ ਲਿਖਿਆ ਸੀ ਬਾਈ ਤੁਹਾਨੂੰ ਯਾਦ ਮੈਂ ਕਵਿਤਾ ਲਿਖੀ ਸੀ ਸਭ ਤੋਂ ਪਹਿਲਾਂ ਜੀ ਯਾਦ ਆ ਤੁਹਾਨੂੰ ਨਹੀਂ ਹੁਣ ਮੈਨੂੰ ਯਾਦ ਨਹੀਂ ਹੈਗੀ ਬਟ ਬਹੁਤ ਟਾਈਮ ਹੋ ਗਿਆ ਕਵਿਤਾਵਾਂ ਤੋਂ ਸ਼ੁਰੂ ਕੀਤਾ ਮੈਂ ਕਵਿਤਾ ਲਿਖਣੀ ਸ਼ੇਅਰ ਲਿਖਣੇ ਫਿਰ ਉਸ ਤੋਂ ਬਾਅਦ ਚੋਂ ਗਾਣਿਆਂ ਤੇ ਆ ਗਿਆ ਵੇ ਬਾਈ ਜਿਵੇਂ ਤੁਸੀਂ ਅੱਜ ਇੱਕ ਐਕਟਰ ਵੀ ਹੋ ਇੱਕ ਸਿੰਗਰ ਵੀ ਹੋ ਇੱਕ ਐਸਟੈਬਲਿਸ਼ਡ ਸਿੰਗਰ ਹੋ ਪੰਜਾਬ ਦੇ ਯੂਥ ਤੁਹਾਨੂੰ ਸੁਣਦੀ ਹੈ ਤੁਹਾਡੇ ਸ਼ੋਅ ਵੀ ਲੱਗਦੇ ਨੇ ਗਾਣੇ ਵੀ ਚੱਲਦੇ ਨੇ ਫਿਲਮਾਂ ਵੀ ਚੱਲਦੀਆਂ ਤੁਹਾਨੂੰ ਕੀ ਲੱਗਦਾ ਹੈ ਕਿ ਸਟਰਗਲਿੰਗ ਫੇਸ ਤੋਂ ਲੈ ਕੇ ਅੱਜ ਤੱਕ ਸਿੰਗਾ ਜੋ ਵੀ ਹੈ ਕਿਉਂਕਿ ਅੱਜ ਪਿੰਡ ਪਿੰਡ ਤੇ ਮੈਨੂੰ ਲੱਗਦਾ ਹੈ ਕਿ ਹਰ ਦੂਜਾ ਬੰਦਾ ਸਿੰਗਰ ਬਣਨਾ ਚਾਹੁੰਦਾ ਹੈ ਉਹ ਲਿਖਦਾ ਸਾਡੇ ਕੋਲ ਵੀ ਬੜੇ ਮੁੰਡੇ ਆਉਂਦੇ ਨੇ ਕਿ ਭਾਈ ਮੈਂ ਲਿਖੀ ਬੈਠਾ ਕਾਪੀ ਕੀ ਤੁਸੀਂ ਉਹਨਾਂ ਨੂੰ ਸਲਾਹ ਦੇਣਾ ਚਾਹੁੰਦੇ ਹੋ ਕਿ ਕਿਵੇਂ ਆਪਣੀ ਜ਼ਿੰਦਗੀ 'ਚ ਤਰੱਕੀ ਕਰਨ ਜਾਂ ਇੱਕ ਵਧੀਆ ਸਿੰਗਰ ਪੈਸੇ ਕਮਾ ਸਕਣ ਸਾਨੂੰ ਵੀ ਬਹੁਤ ਫੋਨ ਆਉਂਦੇ ਨੇ ਕਿ ਵੀਰੇ ਇੰਨੇ ਗਾਣੇ ਲਿਖੇ ਪਏ ਨੇ ਕੋਈ ਕਹਿੰਦਾ ਵੀਰੇ ਮੈਂ ਤਿੰਨ ਕਾਪੀਆਂ ਭਾਰਤੀਆਂ ਚਾਰ ਕਾਪੀਆਂ ਭਾਰਤੀਆਂ ਹਨਾ ਤੇ ਮੈਨੂੰ ਲੱਗਦਾ ਕਿ ਇਹ ਨਾ ਹੀ ਤਾਂ ਮੈਂ ਇਸ ਚੀਜ਼ ਨੂੰ ਉਹ ਕਰ ਸਕਦਾ ਕਿ ਵੀਰੇ ਤੂੰ ਬਹੁਤ ਵਧੀਆ ਲਿਖਦਾ ਤੂੰ ਸਟਾਰ ਬਣ ਜਾਏਗਾ ਇਹ ਮੇਰੇ ਹੱਥ 'ਚ ਨਹੀਂ ਹੈ ਨਾ ਮੈਂ ਕਰ ਸਕਦਾ ਨਾ ਤੁਸੀਂ ਕਰ ਸਕਦੇ ਹੋ ਤੁਹਾਨੂੰ ਕੋਈ ਗਾਣਾ ਵਧੀਆ ਲੱਗਦਾ ਤੁਸੀਂ ਕਹਿ ਸਕਦੇ ਹੋ ਕਿ ਵੀਰੇ ਬਹੁਤ ਵਧੀਆ ਗਾਣਾ ਹੈ ਇਹ ਬਹੁਤ ਵਧੀਆ ਕਵਿਤਾ ਲਿਖੀ ਆ ਬਹੁਤ ਵਧੀਆ ਗਾਇਆ ਉਹ ਮੇਬੀ ਸ਼ਾਇਦ ਸਿਰਫ ਤੁਹਾਨੂੰ ਲੱਗਦਾ ਬਿਲਕੁਲ ਉਹ ਸਾਰੀ ਦੁਨੀਆ ਨੂੰ ਇੱਕ ਵਾਰ ਟਾਈਮ ਤੇ ਲੱਗਣਾ ਮੈਨੂੰ ਲੱਗਦਾ ਕਿ ਬਹੁਤ ਔਖੀ ਚੀਜ਼ ਹੈ ਜਿਹੜਾ ਅੱਜ ਦਾ ਦੌਰ ਹੈ ਅੱਜ ਦਾ ਦੌਰ ਹੈਗਾ ਸੋਸ਼ਲ ਮੀਡੀਆ ਦਾ ਸੋਸ਼ਲ ਮੀਡੀਆ ਤੇ ਲੋਕ ਸੀਰੀਅਸ ਘਟ ਨੇ ਉਹਨੂੰ ਮਜ਼ਾਕ ਚ ਲੈ ਕੇ ਜਾਣ ਵਾਲੇ ਜਿਆਦੇ ਨੇ ਜਦੋਂ ਕੋਈ ਬੰਦਾ ਕਵਿਤਾ ਗਾਣਾ ਜਾਂ ਕੁਝ ਵੀ ਆਪਣੇ ਅੰਦਰਲੇ ਬਿਆਨ ਜ਼ਾਹਿਰ ਕਰਦਾ ਹੈ ਜਾਂ ਲਿਖ ਕੇ ਜਾਂ ਗਾ ਕੇ ਤਾਂ ਜੇ ਤਾਂ ਉਹ ਚੰਗੀ ਚੀਜ਼ ਹੈ ਉਹ ਤਾਂ ਉਨੀ ਡਿਲੀਵਰ ਹੁੰਦੀ ਆ ਕਿ ਜਿੰਨੇ ਉਹਨੂੰ ਸੁਣਨ ਵਾਲੇ ਨੇ ਜੇ ਕੋਈ ਮਜ਼ਾਕ ਹੈ ਉਹਨੂੰ ਬਹੁਤ ਵੱਡਾ ਕਰਕੇ ਦਿਖਾਇਆ ਜਾਂਦਾ ਉਹਨੂੰ ਇੱਕ ਬੰਦਾ ਮਜ਼ਾਕ ਚ ਦੂਜੇ ਨੂੰ ਕਰਦਾ ਸ਼ੇਅਰ ਦੂਜਾ ਕਰਦਾ ਤੀਜੇ ਨੂੰ ਤਾਂ ਮੈਨੂੰ ਲੱਗਦਾ ਉਹ ਚੀਜ਼ਾਂ ਵਾਇਰਲ ਅੱਜਕੱਲ੍ਹ ਜ਼ਿਆਦਾ ਹੋ ਰਹੀਆਂ ਜਿਹੜਾ ਵਧੀਆ ਕੰਟੈਂਟ ਆ ਜਿਹੜਾ ਕਿ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਹੈ ਮੈਨੂੰ ਲੱਗਦਾ ਉਹ ਉਹ ਆ ਹੀ ਨਹੀਂ ਰਿਹਾ ਸੋ ਮੈਨੂੰ ਲੱਗਦਾ ਕਿ ਤੁਸੀਂ ਜੇ ਪੈਸੇ ਕਮਾਉਣ ਵਾਲੀ ਗੱਲ ਆ ਪੈਸਾ ਪਹਿਲਾਂ ਤੁਸੀਂ ਨਾ ਸੋਚੋ ਇਹਨੂੰ ਐਜ਼ ਐਨ ਪ੍ਰੋਫੈਸ਼ਨਲ ਸਿਰਫ ਉਦੋਂ ਜਾਓ ਜਦੋਂ ਤੁਹਾਨੂੰ ਪਤਾ ਕਿ ਤੁਸੀਂ ਕਿਸੇ ਮੁਕਾਮ ਤੇ ਪਹੁੰਚ ਗਏ ਹੋ ਆਪਣਾ ਕੰਮ ਕਰੋ ਮਿਹਨਤ ਕਰੋ ਸਟੱਡੀ ਕਰੋ ਤੇ ਨਾਲ ਕੰਮ ਕਰੋ ਚਾਹੇ ਤੁਸੀਂ ਮੈਨੂੰ ਨਹੀਂ ਪਤਾ ਜੌਬ ਕਰੋਗੇ ਜਾਂ ਤੁਸੀਂ ਆਪਣਾ ਬਿਜ਼ਨਸ ਕਰੋਗੇ ਸਿਰਫ ਫੋਕਸ ਆਪਣਾ ਤੁਹਾਡੇ ਕੰਮ ਤੇ ਹੋਣਾ ਚਾਹੀਦਾ ਇੱਕ ਵਾਰ ਆਪਣਾ ਸਿਕਿਉਰ ਕਰੋ ਤੁਹਾਨੂੰ ਤੁਹਾਡੀ ਲਾਈਫ ਸਿਕਯੂਰ ਚਾਹੀਦੀ ਆ ਮੈਂ ਨਹੀਂ ਕਹਿੰਦਾ ਤੁਹਾਡਾ ਪਹਿਲਾ ਹੀ ਗਾਣਾ ਚੱਲ ਜੂਗਾ ਮੈਂ ਇਹ ਵੀ ਨਹੀਂ ਕਹਿੰਦਾ ਕਿ ਹਾਂ ਚੱਲ ਵੀ ਸਕਦਾ ਮੇਬੀ ਸ਼ਾਇਦ ਉਹ 10ਵਾਂ ਗਾਣਾ ਵੀ ਨਾ ਚੱਲੇ ਤੁਸੀਂ ਪੈਸੇ ਖਰਾਬ ਕਿੰਨੀ ਵਾਰੀ ਕਰੋਗੇ ਉਹ ਇਹ ਨਾ ਹੋਵੇ ਨਾ ਕੱਲ ਨੂੰ ਤੁਸੀਂ ਅਨਮੋਲ ਵੀਰੇ ਦਾ ਪੋਡਕਾਸਟ ਦੇਖ ਕੇ ਕਹੋ ਕਿ ਯਾਰ ਸਿੰਘੇ ਨੇ ਕਿਹਾ ਸੀ ਕਿ ਚੱਕ ਦਿਓ ਕੰਮ ਮੈਂ ਵੀਰੇ ਫੋਕੀ ਹੱਲਾਸ਼ੇਰੀ ਦੇਣ ਵਾਲਾ ਨਹੀਂ ਹੈਗਾ ਮੈਂ ਟੈਕਨੀਕਲੀ ਗੱਲ ਕਰੂੰਗਾ ਲੌਜੀਕਲੀ ਗੱਲ ਕਰੂੰਗਾ ਸੋਹਣੀ ਗੱਲ ਕਰ ਰਹੇ ਹੋ ਕਿ ਜੇ ਜੇ ਤੁਸੀਂ ਕੁਝ ਬਣਾਣਾ ਚਾਹੁੰਦੇ ਹੋ ਬਣੋ ਰੱਬ ਤੁਹਾਡੇ ਨਾਲ ਆ ਤੁਹਾਡੇ ਅੰਦਰ ਲਾਇਲ ਆ ਤੁਹਾਡੇ ਲਈ ਤੁਸੀਂ ਬਣੋਗੇ ਜ਼ਰੂਰ ਬਣੋਗੇ ਬਟ ਇੱਕ ਵਾਰੀ ਆਪਣੀ ਫੈਮਿਲੀ ਨੂੰ ਸਿਕਿਉਰ ਕਰੋ ਆਪਣੇ ਆਪ ਨੂੰ ਸਿਕਿਉਰ ਕਰੋ ਉਹ ਆਪਣਾ ਚੱਲੀ ਜਾਣ ਲੋ ਇਹ ਤੁਹਾਡੀ ਅਲੱਗ ਮਿਹਨਤ ਹੈ ਜਿਹੜਾ ਫਲ ਤੁਹਾਨੂੰ ਰੱਬ ਨੇ ਅਲੱਗ ਦੇਣਾ ਇਹ ਮਿਹਨਤ ਤੁਹਾਡਾ ਹੁਣ ਵੀ ਇਸ ਵੇਲੇ ਵੀ ਲਾਈਫ ਦੇ ਵਿੱਚ ਮੈਂ ਜਿੱਥੇ ਹੈਗਾ ਮੈਂ ਆਪਣਾ ਸਿੰਗਿੰਗ ਐ ਐਕਟਿੰਗ ਕਰੀਅਰ ਮੇਰਾ ਅਲੱਗ ਹੈ ਮੇਰਾ ਕੰਮ ਅਲੱਗ ਹੈ ਕੰਮ ਕੀ ਕਰਦੇ ਹੋ ਬਾਈ ਤੁਸੀਂ ਫਿਰ ਸਿੰਗਿੰਗ ਕੈਰੀਅਰ ਤੋਂ ਇਲਾਵਾ ਮੈਂ ਮੈਂ ਆਪਣਾ ਹੋਰ ਕੰਮ ਕਰਦਾ ਮੈਨੂੰ ਮਤਲਬ ਸੋਰਸ ਆਫ ਇਨਕਮ ਹੋਰ ਹੈ ਤੁਹਾਡਾ ਉਹ ਉਹ ਚੀਜ਼ ਹੀ ਹੋਣੀ ਚਾਹੀਦੀ ਮੈਨੂੰ ਲੱਗਦਾ ਕਿ ਬੰਦੇ ਨੂੰ ਮੈਂ ਕਿਸਾਨ ਆ ਮਤਲਬ ਖੇਤੀਬਾੜੀ ਵੀ ਹੈ ਹੋਰ ਸਾਡੇ ਖੇਤ ਵੀ ਨੇ ਹੋਰ ਵੀ ਸੋਰਸ ਆਫ ਵੀ ਹੋਰ ਵੀ ਚੀਜ਼ਾਂ ਨੇ ਬਟ ਮੇਰੇ ਮੇਰੇ ਕਹਿਣ ਦਾ ਮਤਲਬ ਮੈਂ ਜੇ ਕਿਸੇ ਯੂਥ ਨੂੰ ਕੋਈ ਮੈਨੂੰ ਸੁਣ ਰਿਹਾ ਤਾਂ ਉਹਦੇ ਦਿਮਾਗ ਦੇ ਵਿੱਚ ਇਹ ਗੱਲ ਜਾਵੇ ਕਿ ਅੱਜ ਲਾਈਫ ਉਹ ਨਹੀਂ ਰਹਿ ਗਈ ਕਿ ਅਸੀਂ ਰੀਲ ਪਾਵਾਂਗੇ ਰੀਲ ਤੋਂ ਅਸੀਂ ਵਾਇਰਲ ਹੋ ਜਾਾਂਗੇ ਫਿਰ ਸਾਨੂੰ ਕੰਟੈਂਟ ਕ੍ਰੀਏਟਰ ਕਿਹਾ ਜਾਊਗਾ ਕੰਟੈਂਟ ਕ੍ਰੀਏਟਰ ਕਹਿ ਕੇ ਤਾਂ ਸਾਨੂੰ ਰੀਲਾਂ ਦੇ ਪੈਸੇ ਆਣਗੇ ਉਹ ਤੁਹਾਡੀ ਲਾਈਫ ਨਹੀਂ ਆ ਉਹ 1 ਸਾਲ 2 ਉਹ ਸਾਈਡ ਬਿਜ਼ਨਸ ਹੈ ਉਹ ਲਾਈਫ ਦੇ ਵਿੱਚ ਉਹ ਤੁਹਾਡਾ 2 ਸਾਲ ਹੁਣ ਤੁਸੀਂ ਇੱਕ ਗੱਲ ਮੇਰੀ ਇਨਵੋਲ ਵੀਰੇ ਨੋਟ ਕਰਕੇ ਦੇਖਿਓ ਇੰਸਟਾਗ੍ਰਾਮ ਇੰਸਟਾਗ੍ਰਾਮ ਅੱਜ ਬੰਦ ਹੋ ਜਵੇ ਅੱਜ ਬੰਦ ਹੋ ਜਵੇ ਸਾਈਡ ਬਿਜ਼ਨਸ ਕੀ ਆ ਤੁਹਾਡਾ ਬਿਲਕੁਲ ਬਹੁਤ ਸੋਹਣੀ ਗੱਲ ਕਰ ਰਹੇ ਹੋ ਬਈ ਜੀ ਅੱਜ ਤਾਂ ਰੀਲਾਂ ਨਹੀਂ ਬਣਾਈਆਂ ਨੇ ਮੈਂ ਤਾਂ ਕੰਟੈਂਟ ਕ੍ਰੀਏਟ ਕੀਤਾ ਮੇਰੇ ਫਾਲੋਅਰਸ ਨੇ ਮੈਂ ਪਾ ਸਕਦਾ ਮਤਲਬ ਬਾਕੀ ਬਾਕੀ ਫਾਲੋਅਰਸ ਬਾਕੀ ਜਿਹੜੇ ਇਨਫਲੂਐਂਸਰਸ ਨੇ ਵਧੀਆ ਕੰਮ ਕਰਦੇ ਨੇ ਮੈਂ ਮਾੜਾ ਨਹੀਂ ਕਹਿ ਰਿਹਾ ਕਿਸੇ ਨੂੰ ਮਤਲਬ ਮੈਂ ਲੌਜੀਕਲੀ ਗੱਲ ਕਰਦਾ ਪਿਆ ਸ਼ਾਇਦ ਮੇਬੀ ਉਹ ਜਿਹੜਾ ਪੈਸਾ ਤੁਹਾਨੂੰ ਇਨਫਲੂਐਂਸ ਤੋਂ ਆ ਰਿਹਾ ਹੈ ਉਹਨੂੰ ਆਪਣੇ ਬਿਜ਼ਨਸ ਚ ਚਲਾ ਲਓ ਵਾਹ ਜੀ ਵਾਹ ਬਹੁਤ ਜ਼ਬਰਦਸਤ ਗੱਲ ਕਰ ਰਹੇ ਹੋ ਮੈਂ ਮੈਂ ਲਾਹੌਰ ਖੋਲ ਕੇ ਜੇ ਸਮਝਾਉਣ ਦੀ ਕੋਸ਼ਿਸ਼ ਕਰਾਂ ਤਾਂ ਬਾਈ ਜੀ ਕਹਿ ਰਹੇ ਨੇ ਕਿ ਹਮੇਸ਼ਾ ਪਲਾਨ ਬੀ ਵੀ ਆਪਣਾ ਤਿਆਰ ਰੱਖੋ ਨਾਲ ਪਲਾਨ ਏ ਦੇ ਭਰੋਸੇ 'ਚ ਨਾ ਰਹਿ ਜਾਓ ਕਿ ਮੈਂ ਸਿਰਫ ਜੇ ਗਾਣੇ ਲਿਖ ਲੇ ਤਾਂ ਰੱਬ ਮੇਰੀ ਇੱਕ ਦਿਨ ਸੁਣੇਗਾ ਤੇ ਇਹੀ ਗਾਣੇ ਹਿੱਟ ਹੋਣਗੇ ਰੱਬ ਕਰੇ ਤੁਹਾਡੀ ਰੱਬ ਸੁਣੇ ਪਰ ਉਹਦੇ ਨਾਲ-ਨਾਲ ਪਲਾਨ ਬੀ ਵੀ ਤਿਆਰ ਰੱਖੋ ਸੋਣੇ ਵਾਇਗੁਰੂ ਸੁਣੂਗਾ ਵੀ ਜਦੋਂ ਤੁਸੀਂ ਦਿਲ ਤੋਂ ਕਿਸੇ ਨਾਲ ਚੱਲੋਗੇ ਚਾਹੇ ਤੁਹਾਡਾ ਰਿਸ਼ਤਾ ਹੈ ਚਾਹੇ ਤੁਹਾਡੀ ਫੈਮਿਲੀ ਹੈ ਚਾਹੇ ਤੁਹਾਡਾ ਕੰਮ ਹੈ ਚਾਹੇ ਤੁਹਾਡਾ ਬਿਜ਼ਨਸ ਹੈ ਜਦੋਂ ਤੁਸੀਂ ਇੱਕ ਬੰਦੇ ਕਿਸੇ ਨਾਲ ਦਿਲ ਤੋਂ ਲੱਗ ਜਾਂਦੇ ਹੋ ਨਾ ਰੱਬ ਸੁਣਦਾ ਹੈ ਡੈਫੀਨੇਟਲੀ ਸੁਣਦਾ ਹੈ ਬਟ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਉਹ ਸੁਣਾਉਣ ਦੇ ਚੱਕਰ ਦੇ ਵਿੱਚ ਆਪਣੀਆਂ ਬਾਕੀਆਂ ਚੀਜ਼ਾਂ ਨੂੰ ਇਨਵੋਲਵ ਕਰ ਲਓ ਜਾਂ ਉਹ ਚੀਜ਼ਾਂ ਨੂੰ ਖਰਾਬ ਕਰ ਲਓ ਮਤਲਬ ਕਹਿੰਦੇ ਨਹੀਂ ਪੰਜਾਬੀ ਚ ਕਹਿੰਦੇ ਕਿ ਕਾਚਾ ਮਾਚਾ ਕਰ ਲਓ ਸਾਰੀਆਂ ਚੀਜ਼ਾਂ ਦਾ ਇਹਨਾਂ ਚੀਜ਼ਾਂ ਨੂੰ ਤੁਸੀਂ ਦੋਨਾਂ ਨੂੰ ਅਲੱਗ-ਅਲੱਗ ਰੱਖੋ ਸੋ ਮੈਂ ਮੇਰੀ ਕਹਿਣ ਦਾ ਮਤਲਬ ਇਹ ਹੈ ਕਿ ਵਧੀਆ ਗੱਲ ਆ ਤੁਸੀਂ ਕਿਸੇ ਮੁਕਾਮ ਤੇੋਂ ਲੋਕ ਤੁਹਾਨੂੰ ਚਾਰ ਦੇਖਦੇ ਨੇ ਬਟ ਇਹ ਨਾ ਹੋਵੇ ਕਿ ਜਿਹੜਾ ਇਨਫਲੂਐਂਸ ਕਰਕੇ ਚਾਰ ਪੈਸੇ ਆ ਰਹੇ ਨੇ ਉਹ ਤੁਸੀਂ ਕਿਤੇ दारू ਚੋੜ ਰਹੇ ਨੇ ਉਹ ਤੁਹਾਡੀਆਂ ਪਾਰਟੀਆਂ ਚ ਉੱਡ ਰਹੇ ਨੇ ਉਹ ਬਾਅਦ ਵਿੱਚ ਜਦੋਂ ਸਾਲ 2 ਸਾਲ ਤੱਕ ਸਾਰੇ ਚੈਪਟਰ ক্লোਜ਼ ਹੋ ਜਵੇ ਤਾਂ ਬਾਅਦ ਚੋਂ ਅਸੀਂ ਹੱਥ ਖਾਲੀ ਕਰਕੇ ਦੇਖੀਏ ਕਿ ਅੱਗੇ ਕੀ ਕਰਨਾ ਹੈ ਇਹੀ ਸੇਮ ਹੋਇਆ ਸੀ ਟਿਕਟੌਕ ਦੀ ਟਾਈਮ ਜਦੋਂ ਟਿਕਟੌਕ ਬੈਨ ਹੋਈ ਸੀ ਇਨ ਇੰਡੀਆ ਤੇ ਉਹ ਚੀਜ਼ ਮੈਨੂੰ ਲੱਗਦਾ ਕਿ ਤੁਹਾਨੂੰ ਤੇ ਸਾਨੂੰ ਸਾਰਿਆਂ ਨੂੰ ਸਿੱਖਣ ਦਾ ਸੀਗਾ ਕਿ ਇੱਕ ਆਪਣਾ ਸਾਈਡ ਬਿਜ਼ਨਸ ਜਾਂ ਆਪਣਾ ਕੰਮ ਵੀ ਰੱਖੋ ਆਪਣਾ ਇਹ ਵੀ ਕੰਮ ਕਰੀ ਜਾਓ ਇਹ ਇਹ ਬਣਾਉਣ ਨੂੰ ਤੁਹਾਨੂੰ ਵੀ ਪਤਾ ਹੈ ਨੂੰ ਮੇਰੇ ਬਹੁਤਾ ਟਾਈਮ ਤਾਂ ਲੱਗਦਾ ਨਹੀਂ ਤੇ ਇੱਕ ਗਾਣਾ ਚੂਜ਼ ਕਰਨਾ ਹੁੰਦਾ ਐਕਟਿੰਗ ਆਉਣੀ ਹੁੰਦੀ ਸੋ ਮੈਂ ਕਹਿੰਦਾ ਕਿ ਜਿਹੜੇ ਬਾਕੀ ਇਹ ਗੱਲ ਐਵੇਂ ਸਾਡੀ ਚੱਲੀ ਸੀਗੀ ਇੱਕ ਸਟਰਗਲਰ ਜਿਹੜੇ ਰਾਈਟਰ ਤੇ ਸਿੰਗਰ ਉਹਨਾਂ ਤੋਂ ਚੱਲੀ ਸੀ ਤੇ ਮੈਂ ਉਹਨਾਂ ਨੂੰ ਵੀ ਇਹੀ ਕਹਿਣਾ ਚਾਹਣਾ ਕਿ ਆਪਣਾ ਕੰਮ ਵੀ ਕਰੋ ਐਂਡ ਨਾਲ ਨਾਲ ਆਪਣਾ ਮਿਹਨਤ ਵੀ ਕਰੀ ਜਾਓ ਆਪਣੀਆਂ ਪੋਸਟਾਂ ਵੀ ਪਾਓ ਗਾ ਕੇ ਵੀ ਪਾਓ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਕਦੇ ਵੀ ਕੁਝ ਵੀ ਚੱਲ ਸਕਦਾ ਹੈ ਇੱਥੇ ਇਹ ਬਹੁਤ ਢੂੰਗੀ ਗੱਲ ਗਈ ਬਾਈ ਨੇ ਬਹੁਤ ਵਧੀਆ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਇੱਥੇ ਕਦੇ ਵੀ ਕੋਈ ਰਾਤ ਜਦੋਂ ਤੁਸੀਂ ਸਵੇਰ ਨੂੰ ਉੱਠੋਗੇ ਨਾ ਕੋਈ ਵੀ ਤੁਹਾਨੂੰ ਟ੍ਰੈਂਡਿੰਗ ਚ ਸਟਾਰ ਨਵਾਂ ਦੇਖਣ ਨੂੰ ਮਿਲ ਸਕਦਾ ਹੈ ਇਹ ਵਧੀਆ ਗੱਲ ਹੈ ਬਾਈ ਇਹ ਵਧੀਆ ਗੱਲ ਹੈ ਬਟ ਇਹਨੂੰ ਤੁਸੀਂ ਕਿੰਨਾ ਕਿ ਕੈਰੀ ਕਰਦੇ ਹੋ ਉਹ ਤੇ ਮੈਂ ਕਹਿੰਦਾ ਜਿਆਦਾ ਡਿਪੈਂਡ ਕਰਦਾ ਅਨਮੋਲ ਵੀਰੇ ਜਿੱਦਾਂ ਹੁਣ ਅੱਜ ਤੋਂ 5 ਸਾਲ ਆਪਾਂ ਕਿੰਨੇ ਪੁਰਾਣੇ ਜਾਣਕਾਰ ਆ ਇੱਕ ਦੂਸਰੇ ਦੇ ਜੀ 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 ਬਾਈ ਤੇ ਉਸ ਟਾਈਮ ਤੇ ਮੈਂ ਵੀ ਕੀ ਹੁੰਦਾ ਸੀ ਕੀ ਇਦਾਂ ਡ्रेसਿੰਗ ਸਟਾਈਲ ਜਾਮਾ ਕਿਦਾਂ ਗੱਲ ਕਰਨ ਦਾ ਢੰਗ ਜਮੈਂ ਜਿੰਨੀ ਕਿ ਦੁਨੀਆ ਦੇਖੀ ਸੀ ਮੈਂ ਉਨਾ ਕਿ 19 ਕਿ ਨੌਲੇਜ ਸੀ ਮੈਨੂੰ ਹਨਾ ਤੁਸੀਂ ਵੀ ਗਰੋ ਕੀਤਾ ਜੀ ਬਾਈ ਜੀ ਮੈਂ ਵੀ ਗਰੋ ਕੀਤਾ ਟਾਈਮ 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 ਲੈਬਸ ਦੇ ਹਿਸਾਬ ਨਾਲ ਅਸੀਂ ਬੇਸ਼ੱਕ ਥੜੀ ਥੋੜੀ ਗੱਲ ਹੁੰਦੀ ਬਿਹਤਰ ਹੁੰਦੇ ਰਹੇ ਕਿਉਂਕਿ ਅਸੀਂ ਆਪਣੇ ਚ ਕਮੀਆਂ ਗੱਡੀਆਂ ਤੇ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਕਿ ਜੇ ਹੋਰ ਵੀ ਕੁਝ ਵਾਇਰਲ ਹੁੰਦਾ ਵੀ ਆ ਤੁਹਾਡਾ ਤਾਂ ਉਹਨੂੰ ਰਾਈਟ ਵੇ ਲੈ ਕੇ ਜਾਓ ਜੇ ਮਤਲਬ ਮੈਂ ਤਾਂ ਚਾਹੁੰਦਾ ਕਿ ਯਾਰ ਜਿਹੜੀ ਵੀ ਵਧੀਆ ਕੰਟੈਂਟ ਆ ਉਹਨੂੰ ਤੁਸੀਂ ਦੇਖੋ ਉਹਨੂੰ ਵਾਇਰਲ ਕਰੋ ਤੇ ਉਹਨੂੰ ਰਾਈਟ ਵੇ ਲੈ ਕੇ ਜਾਓ ਮਤਲਬ ਜੇ ਮੇਰੀ ਇੱਕ ਕਵਿਤਾ ਵਾਇਰਲ ਹੋਈ ਆ ਤਾਂ ਮੈਂ ਉਹਨੂੰ ਨੈਕਸਟ ਕਵਿਤਾ ਇਹ ਨਾ ਹੋਵੇ ਕਿ ਮੈਂ ਹੁਣ ਉਹ ਉਹ اچھا ਮੇਰੀ ਆ ਵਾਇਰਲ ਨਹੀਂ ਹੋ ਰਹੀ ਯਾਰ ਚਾਰ ਹੁਣ ਮੈਂ ਇੱਕ ਵੀਡੀਓ ਪਾਤੀ ਯਾਰ ਪਿੱਛੇ ਚਾਰ ਵੀਡੀਓਜ਼ ਮੇਰੀਆਂ ਵਾਇਰਲ ਨਹੀਂ ਹੋ ਰਹੀਆਂ ਜਾਂ ਮੈਂ ਹੋਰ ਗਲਤ ਕੁਛ ਕਰਕੇ ਦਿਖਾਵਾਂ ਸ਼ਾਇਦ ਤਾਂ ਲੋਕ ਦੇਖਣਗੇ ਨਹੀਂ ਇਦਾਂ ਨਹੀਂ ਹੁੰਦਾ ਜਿਹੜੀ ਰੱਬ ਨੇ ਤੁਹਾਡੀ ਪਹਿਲੀ ਚੀਜ਼ ਵਾਇਰਲ ਕੀਤੀ ਆ ਉਹਨੇ ਕੁਝ ਨਾ ਕੁਝ ਤੁਹਾਡੇ ਲਈ ਸੋਚਿਆ ਹੀ ਹੋਊਗਾ ਬਈ ਤੁਸੀਂ ਵੀ ਕਾਪੀ ਚੱਕ ਕੇ ਗਏ ਸੀ ਕਿਸੇ ਕੋਲ ਕਿਸੇ ਕੋਲ ਗਾਣੇ ਜਦੋਂ ਲਿਖੇ ਹੋਏ ਸੀਗੇ ਕਿਦਾਂ ਤੁਸੀਂ ਕਿਦਾਂ ਸ਼ੁਰੂਆਤ ਕੀਤੀ ਸੀ ਆਪਣੇ ਗਾਣੇ ਦੀ ਕਾਪੀ ਨਹੀਂ ਕਾਪੀ ਤੇ ਤਾਂ ਨਹੀਂ ਕਾਪੀ ਨਹੀਂ ਸੀਗੀ ਮੈਂ ਲਿਖਦਾ ਜ਼ਰੂਰ ਸੀਗਾ ਤੇ ਜਾ ਕੇ ਤਾਂ ਨਹੀਂ ਲੈ ਕੇ ਗਿਆ ਮੈਂ ਕਿਸੇ ਕੋ ਬਟ ਇਦਾਂ ਸੀਗਾ ਕਿ ਕਾਫੀ ਟਾਈਮ ਦੀ ਗੱਲ ਆ ਜਦੋਂ ਸਟਾਰਟਿੰਗ ਦੇ ਵਿੱਚ ਮੈਂ ਇੱਥੇ ਸਟਰਗਲ ਕਰਦਾ ਸੀਗਾ ਸਟੂਡੀਓ ਦੇ ਵਿੱਚ ਕੰਮ ਕਰਦਾ ਸੀ ਲੁਧਿਆਣੇ ਜੀ ਬਾਈ ਤੇ ਫਿਰ ਮੇਰੇ ਯਾਰ ਦੋਸਤ ਮਿਲੇ ਤੇ ਉਸ ਤੋਂ ਬਾਅਦ ਚੋਂ ਉਹਨਾਂ ਨੇ ਮੈਨੂੰ ਵੀਰੇ ਉਹਨਾਂ ਨੇ ਗੁਰੀ ਵੀਰਾ ਸੀਗਾ ਇੱਥੋਂ ਲੁਧਿਆਣੇ ਤੋਂ ਉਹ ਹੁਣ ਤਾਂ ਨਹੀਂ ਰਿਹਾ ਵੀਰਾ ਬਟ ਮੈਂ ਹਮੇਸ਼ਾ ਆਪਣੀਆਂ ਦੁਆਵਾਂਾਂ ਚ ਯਾਦ ਕਰਦਾ ਕਿਉਂਕਿ ਜਿਹੜੇ ਬੰਦਿਆਂ ਦੇ ਨਾਲ ਤੁਹਾਡਾ ਸਫ਼ਰ ਸ਼ੁਰੂ ਹੋਇਆ ਹੁੰਦਾ ਉਹ ਕਦੇ ਵੀ ਭੁੱਲਣਾ ਨਹੀਂ ਚਾਹੀਦਾ ਮੇਨ ਲਾ ਬਿਲਕੁਲ ਤੇ ਫਿਰ ਫਲੋ ਵੀਰੇ ਨੂੰ ਮਿਲਿਆ ਉਸ ਤੋਂ ਬਾਅਦ ਚੋਂ ਮਨਕੀਰਤ ਵੀਰੇ ਨੇ ਗਾਣਾ ਕਰ ਲਿਆ ਅਸਲੀ ਹਿੱਟ ਬਈ ਆਪਾਂ ਉੱਥੋਂ ਹੋਏ ਸੀਗੇ ਕਿ 18ਵੇਂ ਚ ਮੁੰਡਾ ਬਦਨਾਮ ਹੋਇਆ ਬਈ ਉਹਦੇ ਪਿੱਛੇ ਕੀ ਥਿਉਰੀ ਸੀ 98 ਦੇ ਬਾਅਦ ਮੁੰਡਾ ਬਦਨਾਮ ਹੋਇਆ ਸੀ ਉਹ ਕਿਸ ਸੈਂਸ ਚ ਗਾਣਾ ਤੁਸੀਂ ਲੈ ਗਏ ਆਈ ਡੋਟ نو ਮੈਨੂ ਕੁਛ ਨਹੀਂ ਪਤਾ ਕਿ ਕਿੱਦਾਂ ਹੋਇਆ ਹੈ ਮੈਂ ਵੀ ਹੁਣ ਤੁਹਾਨੂੰ ਫੜਾ ਮਰੀ ਜਾਵਾਂ ਜੀ ਮੈਂ ਤਾਂ ਚੱਕ ਕੇ ਬੈਠਾ ਰਹਿੰਦਾ ਸੀ ਕਾਪੀ ਦਿਨ ਰਾਤ ਲੱਗਾ ਰਹਿੰਦਾ ਮੈਨੂੰ ਵੀਰੇ ਮੈਂ ਉਹੀ ਗੱਲ ਕਹੀ ਤੁਹਾਨੂੰ ਜਿਹੜੀ ਚੀਜ਼ ਨੇ ਚੱਲਣਾ ਹੁੰਦਾ ਉਹ ਚੀਜ਼ ਤੁਹਾਡੀ ਰਾਹ ਜਾਂਦੇ ਮੂੰਹੋਂ ਕੱਢੀ ਗੱਲ ਵੀ ਚੱਲ ਸਕਦੀ ਐ ਜਿਹੜੀ ਚੀਜ਼ ਨੇ ਨਹੀਂ ਚੱਲਣਾ ਉੱਤੇ ਚਾਹੇ ਤੁਸੀਂ ਜਿੰਨਾ ਮਰਜੀ ਪੈਸਾ ਲਾ ਦਿਓ ਉਹ ਨਹੀਂ ਚਲਦੀ ਸੋ ਮੈਨੂੰ ਕੁਝ ਨਹੀਂ ਪਤਾ ਬਸ ਇੰਨਾ ਮੈਨੂੰ ਪਤਾ ਸੀ ਕਿ ਉਸ ਵੇਲੇ ਮੇਰੇ ਤੇ ਵਾਹਿਗੁਰੂ ਦੀ ਮਿਹਰ ਹੋਈ ਸੀ ਮੈਂ ਮੈਨੂੰ ਮੈਂ ਇਹੀ ਕਹਿ ਸਕਦਾ ਕਿ ਉਹ ਮੇਰੇ ਪ੍ਰਮਾਤਮਾ ਨੇ ਕਿਹਾ ਸੀ ਕਿ ਦਿਨ ਰਾਤ ਜਾਗ ਲੈ ੱੱਕੇ ਖਾਲੇ ਆਪਣੇ ਰਿਸ਼ਤੇਦਾਰਾਂ ਦੀਆਂ ਗੱਲਾਂ ਸੁਣ ਲਈਆਂ ਆ ਹੁਣ ਤੇਰਾ ਸਾਰਿਆਂ ਨੂੰ ਸੁਣਾਉਣ ਦਾ ਟਾਈਮ ਹੈ ਆ ਹੁਣ ਤੇਰਾ ਜਵਾਬ ਦੇਣ ਦਾ ਟਾਈਮ ਹੈ ਸੋ ਉਹ ਉਹ ਜਿਹੜਾ ਟਾਈਮ ਪੀਰੀਅਡ ਸੀਗਾ ਬਾਕੀ ਮੈਂ ਹਮੇਸ਼ਾ ਇਹਨਾਂ ਨੂੰ ਵੀ ਯਾਦ ਕਰਦਾ ਸੋ ਜਿਨ੍ਹਾਂ ਨੇ ਵੀ ਮੇਰਾ ਸਾਥ ਦਿੱਤਾ ਉਹਦੇ ਵਿੱਚ ਤੇ ਬਸ ਸਿੱਖਦੇ ਗਏ ਸਫਰ ਚੱਲਦਾ ਗਿਆ ਜੀ ਅੱਜ ਕੱਲ ਨਵੀਂ ਚੀਜ਼ ਕਿਹੜੀ ਸਿੱਖੀ ਤੁਸੀਂ ਆਪਣੇ ਆਪ 'ਚ ਜਿਹੜੀ ਅੱਜ ਕੱਲ ਦੁਨੀਆ ਦੇ ਰੰਗ 'ਚ ਉਹ ਨਵੀਂ ਚੀਜ਼ ਸਿੱਖੀ ਹੈ ਅੱਜ ਕੱਲ ਮੈਂ ਅਨਮੋਲ ਵੀਰੇ ਜਿੱਦਾਂ ਜਿੱਦਾਂ ਟਾਈਮ 'ਚ ਮੈਂ ਬड़ा ਹੁੰਦਾ ਗਿਆ ਨਾ ਮੈਂ ਇੱਕ ਗੱਲ ਨੋਟ ਕਰਦਾ ਗਿਆ ਮੈਂ ਕਿਹਾ ਯਾਰ ਜਿੱਦਾਂ ਦੁਨੀਆ ਚੱਲਦੀ ਆ ਨਾ ਚੱਲਣ ਦੀਏ ਆਪਾਂ ਸਾਰਿਆਂ ਨੂੰ ਚੰਗਾ ਬਣ ਕੇ ਦਿਖਾਈਏ ਸਰ ਇਹ ਇੱਕ ਨਾ ਚੰਗਾ ਚਾਹੇ ਸਾਡੇ ਨਾਲ ਕੋਈ ਵੀ ਮਾੜਾ ਕਰੇ ਮੈਂ ਮਤਲਬ ਮੇਰੇ ਦਿਮਾਗ 'ਚ ਇਹ ਥੌਟ ਪ੍ਰੋਸੈਸ ਹੁੰਦਾ ਸੀ ਥੋੜੇ ਟਾਈਮ ਦੀ ਗੱਲ ਐ ਮਤਲਬ ਪਹਿਲਾਂ ਜਦੋਂ ਸੀਗਾ ਤਾਂ ਮੇਰੇ ਕੋਈ ਸਾਡੇ ਤੋਂ ਨਰਾਜ਼ ਨਾ ਹੋਵੇ ਨਰਾਜ਼ ਨਾ ਹੋਵੇ ਚਾਹੇ ਸਾਨੂੰ ਕੋਈ ਗਾਲ ਕੱਢ ਜੇ ਚਾਹੇ ਕੋਈ ਥੱਪੜ ਮਾਰ ਜੇ ਅਭੀ ਤਾਂ ਵੀ ਉਹ ਜਿਦਾ ਗਾਂਧੀ ਜੀ ਨੇ ਕਿਹਾ ਕਿ ਕੋਈ ਨਹੀਂ ਵੀ ਹੱਥ ਜੋੜ ਦੇਣੇ ਆ ਜੀ ਤੁਸੀਂ ਚੰਗੇ ਹੋ ਹਾਂ ਤੁਸੀਂ ਖਰੇ ਹੋ ਜੀ ਚੰਗਾ ਜੀ ਹੁਣ ਜਦੋਂ ਕਦਾ ਹੋਇਆ ਨਾ ਮੇ ਤੇ ਪਰਚਾ ਐਫ ਆਈ ਆਰ ਵਾਲਾ ਮੇ ਦਿਮਾਗ 'ਚ ਇੱਕ ਗੱਲ ਚੱਲੀ ਜਾਂਦੀ ਯਾਰ ਅਸੀਂ ਚੰਗੇ ਬਣਨ ਦਾ ਠੇਕਾ ਲਿਆ ਦੁਨੀਆ 'ਚ ਹੂੰ ਅਸੀਂ ਥੋੜੀ ਚੰਗੇ ਬਣ ਦਾ ਠੇਕਾ ਲਿਆ। ਜਾਂ ਤਾਂ ਫਿਰ ਸਾਹਮਣੇ ਵਾਲਾ ਵੀ ਚੰਗਾ ਹੋਵੇ। ਇਹ ਗੱਲ ਜਰੂਰ ਮੰਨੀ ਜਾਂਦੀ ਆ ਕਿ ਹੁਣ ਸਾਡੇ ਘਰ ਦੇ ਕਹਿੰਦੇ ਕਿ ਪੁੱਤ ਆਪਾਂ ਕਿਸੇ ਦਾ ਮਾੜਾ ਨਹੀਂ ਕਰਨਾ ਨਹੀਂ ਕਰਦੇ। ਪਰ ਜੇ ਸਾਡਾ ਕੋਈ ਮਾੜਾ ਕਰਿਆ ਅਸੀਂ ਕੀ ਕਰਾਂਗੇ ਫਿਰ? ਅਸੀਂ ਕਿਸੇ ਨੂੰ ਇਹ ਨਹੀਂ ਕਹਿੰਦੇ ਕਿ ਤੇਰਾ ਰੋਟੀ ਪਾਣੀ ਨਾ ਚੱਲੇ। ਮੈਂ ਕਦੇ ਨਹੀਂ ਕਹਿੰਦਾ ਦਿਲੋਂ। ਮੈਂ ਤਾਂ ਕਹਿੰਦਾ ਬਹੁਤ ਵਧੀਆ ਯਾਰ ਤੂੰ ਮਿਹਨਤ ਕੀਤੀ ਆ ਚ ਇੱਕੋ ਅੱਜ ਗੱਡੀ ਇੱਕ ਖੜੀ ਆ ਚਾਰ ਗੱਡੀਆਂ 10 ਖੜੀਆਂ ਹੋਣ ਵਧੀਆ ਗੱਲ ਐ। ਮੇਰੇ ਕੋਲ ਵੀ ਗੱਡੀਆਂ ਨੇ ਮੇਰੇ ਨਾਲ ਵੀ ਕੋਈ ਬਹਿਣ ਵਾਲਾ ਚਾਹੀਦਾ ਜੇ ਮੈਂ ਇਦਾਂ ਹੀ ਲੋਕਾਂ ਨੂੰ ਮਾੜਾ ਬੋਲਦਾ ਰਿਹਾ ਮੇਰੇ ਨਾਲ ਕੋਣ ਬੈਠੂਗਾ ਸਹੀ ਗੱਲ ਨਾ ਜੀ ਜੀ ਬਾਈ ਜੀ ਪਰ ਮੈਂ ਇੱਕ ਗੱਲ ਹੁਣ ਜ਼ਰੂਰ ਜੇ ਹੁਣ ਸਾਨੂੰ ਕੋਈ ਅੱਖਾਂ ਕੱਢੂਗਾ ਅਸੀਂ ਤਾਂ ਵੀ ਅੱਖਾਂ ਕੱਢਾਂਗੇ ਕਿਉਂਕਿ ਮੈਨੂੰ ਲੱਗਦਾ ਕਿ ਜਵਾਬ ਦੇ ਦੇਣਾ ਬਿਹਤਰ ਹੈ ਜੇ ਤੁਸੀਂ ਜਵਾਬ ਨਹੀਂ ਦਿੰਦੇ ਜਾਂ ਤਾਂ ਤੁਹਾਨੂੰ ਲੋਕ ਗਲਤ ਸਮਝਦੇ ਨੇ ਜਾਂ ਤੁਹਾਨੂੰ ਕਹਿੰਦੇ ਨੇ ਕਿ ਡਰਿਆ ਹੋਇਆ ਤੇ ਜਾਂ ਤੁਹਾਨੂੰ ਲੋਕ ਕਹਿੰਦੇ ਨੇ ਕਿ ਇਹ ਕੋਈ ਸ਼ਬਦ ਨਹੀਂ ਹੈ ਕਿ ਇਹ ਬੋਲ ਨਹੀਂ ਸਕਦਾ ਸੋ ਇਹਦੇ ਨਾਲ ਉਹਨੂੰ ਚੰਗਾ ਲੱਗਦਾ ਕਿ ਆਪਣੇ ਨਾਲ ਕਦੇ ਵੀ ਗਲਤ ਹੋਣ ਨਾ ਦਿਓ ਜੀ ਤੁਸੀਂ ਇੱਕ ਉਹ ਇਨਸਾਨ ਹੋ ਜਿਹੜਾ ਆਪਣੇ ਲਈ ਚੰਗਾ ਸੋਚ ਸਕਦੇ ਹੋ ਹਮੇਸ਼ਾ ਸੋ ਮੈਂ ਥੋੜਾ ਕਿ ਇੱਕ ਵਾਰੀ ਮੈਂ ਪੋਸਟ ਪਾਈ ਸੀ ਸਟੋਰੀ ਉਹਦੇ ਚ ਇਦਾਂ ਮਿਰਰ ਦੇ ਸਾਹਮਣੇ ਜਿਮ 'ਚ ਖੜਾ ਸੀ ਇਦਾਂ ਮੈਂ ਉਹਦੇ ਨਾਲ ਮੁਕਾ ਲਾ ਕੇ ਆਪਣਾ ਨਾ ਪੰਜ ਲਾ ਕੇ ਤੇ ਸਟੋਰੀ ਕੱਲੀ ਪਾਈ ਸੀ ਤਾਂ ਉਹ ਮਿਰਰ ਦੇ ਵਿੱਚ ਵੀ ਪੰਜ ਦਿਖ ਰਿਹਾ ਸੀ ਸਾਹਮਣੇ ਤੁਹਾ ਮੈਗਾ ਮਾਈ ਬੈਸਟ ਫਰੈਂਡ ਹੂੰ ਉਹਦਾ ਮਤਲਬ ਇਹ ਹੈ ਸਿਗਾ ਕਿ ਮੇਰਾ ਬੈਸਟ ਫਰੈਂਡ ਮੈਂ ਹੀ ਹਾਂ ਹੋਰ ਦੁਨੀਆ ਤੇ ਕੋਈ ਨਹੀਂ ਹੋ ਸਕਦਾ ਜੋ ਮੈਂ ਆਪਣੇ ਲਈ ਸੋਚ ਸਕਦਾ ਉਹ ਕੋਈ ਹੋਰ ਸੋਚ ਹੀ ਨਹੀਂ ਸਕਦਾ ਸੋ ਇਹਦੇ ਕਰਕੇ ਤੁਹਾਡੇ ਨਾਲ ਜੇ ਕੋਈ ਮਾੜੀ ਕਰਦਾ ਜਾਂ ਕਰਦਾ ਮੈਨੂੰ ਇਦਾਂ ਲੱਗਦਾ ਕਿ ਤੂੰ ਤੁਹਾਨੂੰ ਉਹਨੂੰ ਜਵਾਬ ਦੇਣਾ ਚਾਹੀਦਾ ਹੈ ਉਹਨੂੰ ਇੰਨਾ ਦੱਸਣਾ ਚਾਹੀਦਾ ਕਿ ਵੀਰੇ ਤੂੰ ਗਲਤ ਹੈਂ ਇੱਥੇ ਸਿਰਫ ਇੰਨੀ ਨੌਲੇਜ ਇਹ ਨਹੀਂ ਹੈ ਕਿ ਭਰਾਵਾ ਤੁਸੀਂ ਲੜਨ ਤੁਰ ਜੋ ਪਰ ਅਗਲੇ ਨੂੰ ਦੱਸੋ ਕਿ ਭਰਾਵਾ ਤੂੰ ਗਲਤ ਹੈਂ ਮੈਂ ਤੇਰਾ ਕਦੇ ਕੁਝ ਮਾੜਾ ਨਹੀਂ ਕੀਤਾ ਮੇਰੇ ਰਾਹ ਤੋਂ ਸਾਈਡ ਤੇ ਰਹਿ। ਮੈਨੂੰ ਆਪਣਾ ਸਫਰ ਮੈਨੂੰ ਆਪਣੀ ਮੰਜ਼ਿਲ ਦੇਖਦੀ ਆ। ਤੂੰ ਆਪਣਾ ਸਾਈਡ ਤੇ ਰਹਿ ਕੇ ਕੰਮ ਕਰ ਮੈਂ ਉੱਥੇ ਪਹੁੰਚਣਾ। ਬਈ ਤੁਹਾਡਾ ਪਹਿਲਾ ਪਰਚਾ ਹੋਇਆ ਜ਼ਿੰਦਗੀ 'ਚ? ਨਹੀਂ ਨਹੀਂ ਤੀਜਾ ਹੈ। ਤੀਜਾ। ਪਹਿਲਾ ਪਰਚਾ ਕਿਹੜਾ ਹੋਇਆ ਸੀ? ਫਾਇਰਿੰਗ ਵਾਲਾ। ਦੂਜਾ। ਆ ਦੂਜਾ 294 ਵਾਲਾ ਹੋਇਆ ਜਿਹੜਾ ਕਪੂਰਥਲੇ ਹੋਇਆ ਸੀਗਾ। ਹੁਣ 259 ਇਹ ਪਛਾਣ ਇਹ ਤਾਂ ਆਮੀਨ ਨਹੀਂ ਲਾਤੀ ਵੀਰ ਉਹ ਤਾਂ ਸਾਰਾ ਕੁਝ ਪਿਆ ਮੈਂ ਵੈਸੇ ਮੈਂ ਕਿਸੇ ਦਾ ਕੀ ਕਰਨਾ ਹੈ ਹਨਾ ਮੈਂ ਚਾਹੁੰਦਾ ਨਹੀਂ ਕਿਸੇ ਨੂੰ ਕਿਉਂਕਿ ਉਹਨਾਂ ਦੇ ਵੀ ਬਾਲ ਬੱਚੇ ਨੇ ਹਨਾ ਮੈਂ ਉਹ ਰਿਸਪੈਕਟ ਮੇਰੀ ਨਹੀਂ ਕਰਦੇ ਮੈਂ ਸਾਰਿਆਂ ਦੀ ਰਿਸਪੈਕਟ ਕਰਦਾ ਪਰ ਇਹਦਾ ਮਤਲਬ ਇਹ ਨਹੀਂ ਕਿ ਡਰਦਾ ਰਿਸਪੈਕਟ ਹੋਰ ਚੀਜ਼ ਹੁੰਦੀ ਹੈ ਡਰਨ ਡਰਨ ਵਾਲੀ ਗੱਲ ਹੋਰ ਹੁੰਦੀ ਹੈ ਡਰ ਕੇ ਪੈਸੇ ਮੈਂ ਵੀ ਦੇ ਸਕਦਾ ਸੀ ਸਾਰਾ ਕੁਝ ਹੈਗਾ ਜਿੱਥੇ ਮੇਰੇ ਪਿਓ ਵਾਲੀ ਗੱਲ ਹੈ ਉੱਥੇ ਫਿਰ ਮੈਂ ਸੁਣ ਨਹੀਂ ਸਕਦਾ ਕਿਸੇ ਦੀ ਮੈਨੂੰ ਗੱਲ ਇਹ ਚੁੱਭੀ ਹੈ ਕਿ ਯਾਰ ਜਦ ਮੈਂ ਕੀਤੀ ਹੁੰਦੀ ਜਾਦਾ ਮੇਰੇ ਮੈਂਟਲੀ ਮੈਂ ਇੰਟੈਂਸ਼ਨਲੀ ਇਹ ਸੋਚਿਆ ਹੁੰਦਾ ਕਿ ਯਾਰ ਇਹ ਚੀਜ਼ ਮੈਂ ਕਰਨੀ ਆ ਕਿਉਂਕਿ ਅਸੀਂ ਸੋਚਦੇ ਨਹੀਂ ਅਸੀਂ ਆਰਟਿਸਟ ਆ ਅਸੀਂ ਕਦੇ ਕਿਸੇ ਦਾ ਮਾੜਾ ਕਿਉਂ ਸੋਚਾਂਗੇ ਕਿਉਂਕਿ ਅਸੀਂ ਖੁਦ ਇੰਨੀ ਸਟਰਗਲ ਦੇ ਵਿੱਚੋਂ ਨਿਕਲ ਕੇ ਆਏ ਆ ਜਾਂ ਸਾਡੇ ਕੋਲ ਟਾਈਮ ਹੀ ਨਹੀਂ ਸਾਡਾ ਸਫਰ ਸਾਡੀ ਮੰਜ਼ਲੀ ਬਹੁਤ ਦੂਰ ਹੈ ਅਸੀਂ ਤਾਂ ਹੋਰ ਚੀਜ਼ਾਂ ਪਲਾਨ ਕਰੀ ਬੈਠੇ ਆ ਸਾਡੇ ਕੋਲ ਇੰਨਾ ਦਿਮਾਗ ਦੇ ਵਿੱਚ ਇਹ ਪਲਾਨ ਹੁੰਦਾ ਹੀ ਨਹੀਂ ਕਿ ਯਾਰ ਅੱਛਾ ਇਹਦੇ ਬਾਰੇ ਆ ਕਹੀਏ ਤਾਂ ਸਾਡਾ ਗੱਲ ਹੋਊਗੀ ਇਹਦੇ ਬਾਰੇ ਆ ਕਹੀਏ ਤਾਂ ਤੁਸੀਂ ਹੋਰ ਹੀ ਪਾਸੇ ਨੂੰ ਗੱਲ ਲੈ ਕੇ ਤੁਰ ਜਾਂਦੇ ਸੋ ਮੈਨੂੰ ਮੇਰੀ ਮੈਨੂੰ ਮੈਂ ਜੋ ਹਰਟ ਹੋਇਆ ਮੈਂ ਆਪਣੇ ਡੈਡੀ ਮੇਰਾ ਬਾਪੂ ਨਾਲ ਬਹੁਤ ਪਿਆਰ ਹੈ ਤੇ ਮੈਂ ਨਾ ਤਾਂ ਫਿਰ ਬਾਪੂ ਬਾਰੇ ਸੁਣ ਸਕਦਾ ਤੇ ਨਾ ਮੈਂ ਦੇਖ ਸਕਦਾ ਬਈ ਜਫੀ ਪਾਈ ਕਦੀ ਤੁਸੀਂ ਬਾਪੂ ਨੂੰ ਕੁੱਟ ਕੇ ਮੈਂ ਹਮੇਸ਼ਾ ਹੀ ਪਾਣਾ ਜਫੀ ਹਮੇਸ਼ਾ ਜਦੋਂ ਜਾਣਾ ਕਰਾਂ ਮੈਂ ਜਫੀ ਪਾ ਕੇ ਜਾਣਾ ਪੈਰੀ ਹੱਥ ਲਾ ਕੇ ਪਰ ਚੱਕਰ ਪਤਾ ਕੀ ਆ ਵੀਰੇ ਆਫਟਰ 295 ਇਹ ਜਦੋਂ ਲੱਗੀ ਆ ਉਹ ਚਲੋ ਉਹ ਵੀ ਨਿਕਲ ਜਾਂਦੇ ਆਪਾਂ ਉਹ ਕਿਉਂਕਿ ਮੈਂ ਦਿਲੋਂ ਤਾਂ ਆਪਾਂ ਕਦੇ ਕਿਸੇ ਦੀ ਬੁਰਾਈ ਕਰਨੀ ਨਹੀਂ ਨਾ ਮੈਂ ਕੀਤੀ ਐ ਲੱਗੀ ਕਿਉਂ ਸੀ ਬਾਈ ਕਿਹੜੇ ਗਾਣੇ ਕਰਕੇ ਸਟੇਲ ਅਲਾਈਵ ਗਾਣਾ ਸੀਗਾ ਇੱਕੋ ਦੋ ਦਾ ਗਾਣਾ ਹੋਇਆ ਤਿੰਨ ਢਾਈ ਤਿੰਨ ਸਾਲ ਹੋ ਗਏ ਦੋ ਸਾਲ ਹੋ ਗਏ ਗਾਣੇ ਆਏ ਨੂੰ ਤੇ ਸਾਲ ਬਾਅਦ ਲਾਈ ਦਿੱਤੀ ਜਾ ਕੇ ਚੱਕ ਕੇ ਇੱਕ ਸਾਲ ਡੇਢ ਸਾਲ ਉਹਦੇ 'ਚ ਧਾਰਮਿਕ ਭਾਵਨਾਵਾਂ ਕੁਝ ਨਹੀਂ ਕੀਤਾ ਸੀਗਾ ਨਹੀਂ ਡਰੈਸਿੰਗ ਡਰੈਸ ਪਾਈ ਸੀਗੀ ਉਹਦੇ 'ਚ ਕੋਈ ਐਦਾ ਉਹ ਨਹੀਂ ਸੀਗਾ ਕਿ ਮੈਂ ਕੁਝ ਬੋਲ ਕੇ ਕਿਸੇ ਨੂੰ ਕਿਹਾ ਆ ਉਹ ਮੈਂ ਆਪਣਾ ਕੰਮ ਇੱਕ ਸਿਰਫ ਰੋਲ ਪਲੇ ਕੀਤਾ ਸੀਗਾ ਜਿੱਦਾਂ ਫਿਲਮਾਂ ਦੇ ਵਿੱਚ ਕਰਦੇ ਆ ਰੋਲ ਪਲੇ ਕਰਦੇ ਆ ਤੇ ਉਹ ਤਾਂ ਐਕਚੁਅਲੀ ਜ਼ਰੀਆ ਸਿਗਾ ਪੈਸੇ ਵਾਲਾ ਸਾਹਿਬ ਤਾ ਤੁਹਾਨੂੰ ਪਤਾ ਕਿਸੇ ਕਿਸੇ ਮਤਲਬ ਧਾਰਮਿਕ ਸੰਸਥਾ ਦਾ ਕਿਸੇ ਦਾ ਤੁਸੀਂ ਰੂਪ ਲਿੱਤਾ ਸੀ ਕੀ ਸੀਗਾ ਉਹਦੇ ਚ ਨਹੀਂ ਰੂਪ ਨਹੀਂ ਲਿਆ ਸੀਗਾ ਫਾਦਰ ਦੀ ਡਰੈਸ ਹੁੰਦੀ ਹੈ ਨਾ ਓਕੇ ਉਹ ਪਾਈ ਸੀ ਕਿਸੇ ਧਾਰਮਿਕ ਪਾਵਨ ਨੂੰ ਹਾਂ ਓਕੇ ਇਹ ਚੀਜ਼ਾਂ ਬੰਦ ਹੋਣੀਆਂ ਚਾਹੀਦੀਆਂ ਬਾਈ ਉਹ ਤਾਂ ਆਪਣੇ ਤੇ ਲਾ ਗਏ ਮੈਂ ਕਿਸੇ ਤੇ ਮੈਂ ਕਿਸੇ ਦੇ ਥੋੜੀ ਮੈਂ ਯਾਰ ਐਡਾ ਬੇਵਕੂਫਤਾ ਹੈ ਨਹੀਂ ਮੈਂ ਕਿਸੇ ਨੂੰ ਠੇਸ ਪਾ ਜਾਊਗਾ ਨਹੀਂ ਵੈਸੇ ਅੱਜ ਕੱਲ੍ਹ ਨਾ ਬਾਈ ਜਿਵੇਂ ਆਪਾਂ ਦੇਖਦੇ ਆਂ ਕਿ ਕੋਈ ਕੋਈ ਵੀ ਵੀਰ ਹਰ ਧਰਮ ਸਤਕਾਰਯੋਗ ਹੈ ਕਿਸੇ ਵੀ ਧਰਮ ਦੇ ਜਦੋਂ ਕਿਸੇ ਭਾਵਨਾਵਾਂ ਠੇਸ ਹੁੰਦੀਆਂ ਕਿਸੇ ਫਿਲਮ ਚ ਕਿਸੇ ਸ਼ੋਅ ਚ ਕਿਸੇ ਗਾਣੇ ਚ ਇਹ ਤੁਹਾਨੂੰ ਲੱਗਦਾ ਨਹੀਂ ਕਿ ਇਹ ਚੀਜ਼ਾਂ ਤੋਂ ਬਾਹਰ ਆ ਜਾਣਾ ਚਾਹੀਦਾ ਸਾਰਿਆਂ ਨੂੰ ਕਿ ਕਿਸੇ ਧਰਮ ਦੀ ਕੋਈ ਡਰੈਸ ਦੀ ਗੱਲ ਕਰੋ ਹੀ ਨਾ ਮੈਂ ਇਹੀ ਚੀਜ਼ ਕਹਿਣੀ ਚਾਹੁੰਦਾ ਕਿ ਅਸੀਂ ਲੋਕ ਐਨੇ ਵੇਲੇ ਹੋ ਗਏ ਆ ਨਾ ਕਿ ਹਰ ਚੀਜ਼ 'ਚ ਅਸੀਂ ਕਮੀ ਕੱਢਦੇ ਆਂ ਹੂੰ ਕਦੇ ਅਸੀਂ ਇਸ਼ਾਈ ਚੰਗਿਆਈ ਵਾਲੀ ਗੱਲ ਹੀ ਨਹੀਂ ਕੀਤੀ ਉਹਦੇ ਬਾਰੇ ਅਸੀਂ ਕਦੇ ਵੀ ਇਹ ਨੋਟ ਨਹੀਂ ਕਰਦੇ ਕਿ ਉਹਦੇ ਚ ਚੰਗੀ ਗੱਲ ਕੀ ਐ ਉਹਦੇ ਚ ਵਧੀਆ ਉਹਨੇ ਕੀ ਕੀਤਾ ਉਹਨਾਂ ਨੇ ਇਹ ਨਹੀਂ ਦੇਖਣਾ ਉਹਨਾਂ ਨੇ ਇਹ ਦੇਖਣਾ ਆਹ ਆਹ ਲਈ ਚੀਜ਼ ਤੇ ਮਾਰਕ ਕਰੋ ਇਤੋਂ ਬੰਦਾ ਚੱਕ ਸਕਦੇ ਆ ਆਪਾਂ ਵੀ ਤੁਸੀਂ ਚੰਗੀ ਗੱਲ ਵੀ ਦੇਖੋ ਮੈਂ ਇਹ ਇਹਦੇ ਵਿੱਚ ਜਦੋਂ ਆਪਾਂ ਕੀਤਾ ਨਾ ਪਤਾ ਤਾਂ ਮੈਨੂੰ ਲੱਗ ਗਿਆ ਸੀ ਪਹਿਲਾਂ ਹੀ ਕਿ ਸਾਕਤਬ ਹੋ ਰਹਿ ਤੇ ਸਾਕਤਬ ਹੋਰ ਮਤਲਬ ਅੰਡਰ ਦਾ ਟੇਬਲ ਤੇ ਬਟ ਮੈਂ ਉਹ ਵੀ ਚੀਜ਼ ਚਲੋ ਹੋ ਗਈ ਸਾਰਾ ਕੁਝ ਹੋ ਗਿਆ ਹਨਾ ਮੇਨ ਇੱਕ ਇੱਕ ਮੇਰੇ ਦਿਮਾਗ ਚ ਬਹੁਤ ਗੰਦਾ ਕੀੜਾ ਕਿ ਜਿਹੜਾ ਮੇਰੇ ਦਿਮਾਗ ਚ ਗੱਲ ਫਸ ਜਾਂਦੀ ਆ ਉਹ ਫਸ ਜਾਂਦੀ ਆ ਹੂੰ ਉਹ 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 ਇਦਾਂ ਫਸ ਜਾਂਦੀ ਆ ਕਿ ਹੁਣ ਯਾਰ ਤੁਸੀਂ ਆਪ ਅਨਮੋਲ ਵੀਰੇ ਸੋਚੋ ਘਰੋਂ ਡੈਡ ਘਰੋਂ ਰੈਡੀ ਦਾ ਫੋਨ ਆਉਣਾ ਹਾਲਚਾਲ ਨਹੀਂ ਪੁੱਛਣਾ ਜੀ ਸਿੱਧੀ ਗੱਲ ਮੈਨੂੰ ਇਹ ਪੁੱਛਣੀ ਕੀ ਬਣਿਆ ਉਹਦਾ ਕੇਸ ਦਾ ਘਰੇ ਜਾਣਾ ਰੋਟੀ ਖਾਣ ਤੋਂ ਪਹਿਲਾਂ ਕੀ ਬਣਿਆ ਉਹਦਾ ਤੁਸੀਂ ਕਦੇ ਵੀ ਕਿਸੇ ਤੇ ਵੀ ਲਾ ਕੇ ਦੇਖ ਲਓ ਆਪਣੇ ਤੇ ਗੱਲ ਆ ਕੇ ਦੇਖ ਲਓ ਜਾ ਜਿੰਨੀ ਵੀ ਆਡੀਅנס ਸੋਚਦੀ ਦੇਖਦੀ ਪਈ ਆ ਉਹ ਇੱਕ ਵਾਰ ਸੋਚ ਕੇ ਦੇਖੋ ਕਿ ਜਦੋਂ ਤੁਸੀਂ 6 ਮਹੀਨਿਆਂ ਤੋਂ ਇੱਕੋ ਹੀ ਗੱਲ ਤੋਂ ਸੁਣ ਰਹੇ ਹੋ ਇੱਕੋ ਹੀ ਗੱਲ ਨੂੰ ਬਾਰ-ਬਾਰ ਸੁਣ ਰਹੇ ਹੋ ਹਾਲਾਂਕਿ ਤੁਹਾਡੇ ਕੋਲ ਸਾਰਾ ਕੁਝ ਪਿਆ ਵੀ ਆ ਮੇਰੇ ਕੋਲ ਸਾਰਾ ਕੁਝ ਪਿਆ ਮੈਂ ਤੁਹਾਨੂੰ ਹੋਣੀ ਸੁਣਾ ਦੂੰ ਮੇਰਾ ਵੀ ਸਾਰੇ ਸਿੰਗਰਾਂ ਦੇ ਨਾਮ ਲੈ ਗਏ ਨੇ ਉਹਦੇ 'ਚ ਗਰੀਬੀ ਦਾ ਜਸਵੀਨ ਦਾ ਪਤਾ ਨਹੀਂ ਹੋਰ ਕਿੰਨਾ ਕਿੰਨਾ ਕੀ ਕੁਝ ਸਭ ਕੁਝ ਹੈਗਾ ਮੇਰੇ ਕੋਲ ਪਰ ਪਰ ਮੈਂ ਨਹੀਂ ਚਾਹੁੰਦਾ ਮੈਂ ਯਾਰ ਮੈਂ ਕੀ ਕਰਨਾ ਮੈਂ ਆਪਣਾ ਰਾਹ ਦੇਖਿਆ ਹੈ ਮੈਂ ਆਪਣੀ ਮਿਹਨਤ ਕਰਦਾ ਮੈਨੂੰ ਪਤਾ ਮੈਂ ਕਿੱਧਰ ਰਾਹ ਮੇਰਾ ਕੀ ਹੈ ਉਧਰ ਨੂੰ ਜਾਣਾ ਯਾਰ ਰੋਜ਼ ਇੱਕੋ ਹੀ ਗੱਲ ਕਰ ਕਰਕੇ ਮੈਂ ਹੋ ਗਿਆ ਇਰੀਟੇਟ ਹਮ ਹਰ ਬੰਦਾ ਹੋ ਜਾਂਦਾ ਕੋਈ ਵੀ ਹੋ ਸਕਦਾ ਤਾਂ ਉਹ ਉਹ ਇਰੀਟੇਸ਼ਨ ਜਿਹੜੀ ਉਹ ਮੈਂ ਆਪਣੇ ਪਿਓ ਨੂੰ ਦੇਖ ਨਹੀਂ ਸਕਦਾ ਕਿ ਮੇਰਾ ਪਿਓ ਇੱਕ ਗੱਲ ਦੇ ਉੱਤੇ ਇੰਨਾ ਦੁਖੀ ਹੋਵੇ ਉਹ ਵੀ ਕਿ ਜਿਹੜੀ ਗੱਲ ਜਾਂ ਜਿਹੜਾ ਅ ਮੈਂ ਦਿਲੋਂ ਕਦੇ ਕਿਸੇ ਦਾ ਕੀਤਾ ਹੀ ਤੇ ਮੇਰੇ ਪਰਚੇ ਨੇ ਸਾਰਾ ਸਿਨੈਰੀਓ ਇਦਾਂ ਦਾ ਬਣਾਤਾ ਉਹ ਸਿਨੈਰੀਓ ਇਦਾਂ ਦਾ ਘਰ ਦਾ ਮਾਹੌਲ ਹੋ ਗਿਆ ਬਿਨਾਂ ਵਜੇ ਤੂੰ ਦੱਸ ਯਾਰ ਖੱਜਲ ਹੋ ਰਹੇ ਹੋ ਬਾਈ ਤੁਸੀਂ ਪੂਰੇ ਨਹੀਂ ਨਹੀਂ ਖੱਜਲ ਉਦੋਂ ਹੁੰਦਾ ਸੀ ਹੁਣ ਤਾਂ ਕਰੋ ਮੈਂਟਲੀ ਖੱਜਲ ਮਤਲਬ ਮੈਂਟਲੀ ਤੁਸੀਂ ਪਰੇਸ਼ਾਨ ਹੋ ਰਹੇ ਹੋ ਕਿ ਫੈਮਿਲੀ ਵੀਰੇ ਜਦੋਂ ਮੈਨੂੰ ਹੋਰ ਪਰੇਸ਼ਾਨੀ ਨਹੀਂ ਚਾਹੇ ਮੈਨੂੰ ਧੁੱਪੇ ਸਾਰੀ ਦਿਹਾੜੀ ਖੜਾ ਰੱਖੋ ਇੱਕ ਲੱਤ ਮੈਨੂੰ ਕੋਈ ਪਰਵਾਹ ਨਹੀਂ ਹੈਗੀ ਹੁਣ ਮੇਰਾ ਇਦਾਂ ਦਾ ਹਿਸਾਬ ਜਿਆ ਹੋ ਗਿਆ ਕਿ ਤੁਹਾਡੀ ਲਾਈਫ ਦੇ ਵਿੱਚ ਇੱਕ ਬੰਦੇ ਨੂੰ ਪ੍ਰੇਪੇਅਰ ਰਹਿਣਾ ਚਾਹੀਦਾ ਤੁਸੀਂ ਵੀ ਇਹ ਗੱਲ ਸਿੱਖੀ ਹੋਣੀ ਆ ਕਿ ਤੁਹਾਡੇ ਅਗਲੇ ਪਲ ਕੁਝ ਵੀ ਹੋ ਸਕਦਾ ਬਿਲਕੁਲ ਜੀ ਬਿਲਕੁਲ ਤੁਹਾਡੇ ਅਗਲੇ ਪਲ ਜਾਂ ਅਗਲੇ ਦਿਨ ਤੁਹਾਨੂੰ ਹਰ ਦਿਨ ਇੱਕੋ ਜਿਹਾ ਨਹੀਂ ਹੁੰਦਾ ਹਰ ਟਾਈਮ ਇੱਕੋ ਜਿਹਾ ਨਹੀਂ ਹੁੰਦਾ ਤੁਹਾਨੂੰ ਹਰ ਚੀਜ਼ ਲਈ ਪ੍ਰੇਪੇਅਰ ਰਹਿਣਾ ਚਾਹੀਦਾ ਇਹ ਤੁਸੀਂ ਗੱਲ ਸਿੱਖੀ ਹੋਣੀ ਹੈ ਮੈਂ ਸਿੱਖੀ ਆ ਇਹ ਗੱਲ ਕਿ ਮੈਂ ਹਰ ਚੀਜ਼ ਲਈ ਪ੍ਰੇਪੇਅਰ ਰਹਿਣਾ ਮੈਂ ਇਹ ਚੀਜ਼ ਨਹੀਂ ਸੋਚਦਾ ਹਾਂ ਯਾਰ ਫਸ ਗਏ ਮੈਂ ਤਾਂ ਇਹ ਸੋਚਦਾ ਚਲ ਫਸ ਗਏ ਨਿਕਲਦਾ ਕਿਦਾਂ ਨੈਕਸਟ ਸਟੈਪ ਸੋਚੋ ਸੋਲੂਸ਼ਨ ਕੀ ਆਉਂਦਾ ਲੈ ਤੁਸੀਂ ਦੇਖੋ ਨਾ ਮੇਰਾ ਮੇਰੇ ਦਿਮਾਗ 'ਚ ਇਹ ਆ ਪਟ ਹੁਣ ਹਰ ਚੀਜ਼ ਵਿੱਚ ਜਦੋਂ ਰੋਟੀ ਖਾਣੀ ਜਦੋਂ ਹੁਣ ਹੁਣ ਯਾਰ ਪਿਓ ਆ ਮੇਰਾ ਮੈਂ ਉਹਦੇ ਨਾਲ ਹੋਰ ਗੱਲਾਂ ਵੀ ਕਰਨੀਆਂ ਨੇ ਮੈਂ ਸਾਰੀ ਜ਼ਿੰਦਗੀ ਦੇ ਚੰਗੇ ਮਾੜੇ ਟਾਈਮ ਦੀ ਗੱਲ ਜਾਂ ਆਪਣਾ ਅੱਗੇ ਫਿਊਚਰ ਡਿਸਕਸ਼ਨ ਵੀ ਕਰਨੀ ਆ ਮੇਰੀ ਜ਼ਿੰਦਗੀ ਚ ਇੱਕੋ ਹੀ ਮੁੱਦਾ ਥੋੜੀ ਰਹਿ ਗਿਆ ਬਿਲਕੁਲ ਮੇਰਾ ਤੇ ਪਿਓ ਪੁੱਤ ਦਾ ਇੱਕੋ ਹੀ ਮੁੱਦਾ ਥੋੜੀ ਲਾਈਫ ਦੇ ਵਿੱਚ ਇੱਕੋ ਗੱਲ ਕਰੀ ਜਾਈਏ ਇਸੇ ਵਾਰ ਬਿਲਕੁਲ ਯਾਰ ਬੜੇ ਕੀਮਤੀ ਹੁੰਦੇ ਨੇ ਮਾਂ ਪਿਓ ਮਾਂ ਪਿਓ ਜਿਨ੍ਹਾਂ ਦੇ ਨਹੀਂ ਹੈਗੇ ਉਹਨਾਂ ਨੂੰ ਪੁੱਛ ਕੇ ਦੇਖੋ ਤੁਸੀਂ ਅੱਜ ਤੱਕ ਇਹ ਦੋਗੇ ਕਿ ਭਰਾਵਾ ਅ ਸਿੰਘੇ ਨੇ ਬੋਲਿਆ ਜੀ ਕੋਈ ਹੱਸ ਵੀ ਲਊਗਾ ਮੇਰੇ ਤੇ ਕੋਈ ਮਜ਼ਾਕ ਵੀੜ ਆ ਲੂਗਾ ਪਰ ਕਦੇ ਨੋਟ ਕਰਕੇ ਦੇਖਿਆ ਜਿਨ੍ਹਾਂ ਦੇ ਮਾਂ ਪਿਓ ਨਹੀਂ ਹੈਗੇ ਉਹ ਇੱਕ ਪਲ ਬੈਠਣ ਲਈ ਤਰਸਦੇ ਨੇ ਆਪਣੇ ਮਾਂ ਪਿਓ ਨਾਲ ਤੇ ਜੇ ਮੇਰੇ ਕੋਲ ਮੇਰਾ ਪਿਓ ਹੈਗਾ ਤਾਂ ਮੈਂ ਬਾਰ ਬਾਰ ਇੱਕੋ ਹੀ ਮੁੱਦੇ ਜ਼ਿੰਦਗੀ 'ਚ ਸਾਲਾ ਇੱਕੋ ਮੁੱਦਾ ਥੋੜੀ ਰਹਿ ਗਿਆ ਮੇਰੇ ਕੋਲ ਮੈਂ ਕਿਉਂ ਨਾ ਉਹਨਾਂ ਦੀ ਡੰਡ ਲਾਵਾਂ ਮੈਂ ਕਿਉਂ ਆਪਣੇ ਆਪ ਨੂੰ ਇੰਨਾ ਅੰਡਰ ਪ੍ਰੈਸ਼ਰ ਕਰ ਲਵਾਂ ਕਿ ਯਾਰ ਜਿਹੜੀ ਚੀਜ਼ ਮੈਂ ਕੀਤੀ ਵੀ ਨਹੀਂ ਨਾ ਮੈਂ ਦਿਲੋਂ ਚਾਹੀ ਤਾਂ ਮੈਂ ਉਸ ਚੀਜ਼ ਦਾ ਖੱਟੀ ਖਾ ਰਿਆਂ ਕਿਉਂ ਬਈ ਮੈਂ ਤਾਂ ਫਿਰ ਜਵਾਬ ਦਊਂਗਾ ਕਿਉਂਕਿ ਮੇਰਾ ਜਿਹੜਾ ਡੈਡੀ ਦੇ ਨਾਲ ਮੇਰੇ ਪਿਓ ਦਾ ਜਿਹੜਾ ਕੀਮਤੀ ਸਮਾਂ ਸੀਗਾ ਸਾਡਾ 5-6 ਮਹੀਨਿਆਂ ਦਾ ਅਸੀਂ ਇੰਨੀਆਂ ਗੱਲਾਂ ਕਰਨੀਆਂ ਸੀ ਹੱਸ ਕੇ ਅਸੀਂ ਉਹ ਟੈਨਸ਼ਨ 'ਚ ਕੱਟਿਆ ਕਿਉਂ ਕੱਟਿਆ ਬਈ ਉਹ ਸਿਰਫ ਉਹਨਾਂ ਨੇ ਪੈਸੇ ਲੈਣ ਕਰਕੇ ਮੈਂ ਕਿਉਂ ਆਪਣਾ ਆਪਣੇ ਪਿਓ ਦਾ ਸਮਾਂ ਆਪਣੇ ਦੋਨਾਂ ਦਾ ਮਾਪ ਪਿਓ ਪੁੱਤ ਦਾ ਸਮਾਂ ਕੀਮਤੀ ਕਿਸੇ ਨੂੰ ਦੇਣ ਦਵਾਂ ਵੀ ਸ਼ਾਇਦ ਮੈਂ ਕੀਤਾ ਹੁੰਦਾ ਤਾਂ ਮੈਂ ਮੰਨਦਾ ਵੀ ਹਕ ਟੋਕ ਕੇ ਕਹਿੰਦਾ ਵੀ ਕੀਤਾ ਮੈਂ ਜਾਣ ਕੇ ਕੀਤਾ ਜਦ ਯਾਰ ਕੀਤਾ ਹੀ ਨਹੀਂ ਹਰੇਕ ਬੰਦੇ ਦਾ ਅਸੀਂ ਰਿਸਪੈਕਟ ਕਰਦੇ ਆਂ ਹਰੇਕ ਧਰਮ ਦੀ ਰਿਸਪੈਕਟ ਕਰਦੇ ਆਂ ਕੋਈ ਤੀਜਾ ਬੰਦਾ ਚਾਰ ਛਲੜਾਂ ਲਈ ਆਪਣੇ ਤੇ ਅਲੀਗੇਸ਼ਨ ਲਾ ਦਵੇ ਇਦਾਂ ਹੁੰਦਾ ਏ ਇੰਡਸਟਰੀ ਦੇ ਵਿੱਚ ਬਾਕੀਆਂ ਨੂੰ ਕਿਹੜਾ ਨਹੀਂ ਪਤਾ ਹੁਣ ਅਲੱਗ ਗੱਲ ਹੈ ਕਿ ਹੁਣ ਬਾਕੀ ਸਿੰਗਰਾਂ ਦੇ ਨਹੀਂ ਬੋਲ ਸਕਦੇ ਉਹ ਨਾ ਬੋਲਣਾ ਚਾਹੁੰਦੇ ਨਾ ਬੋਲ ਹੋਣਾ ਉਹਨਾਂ ਤੋਂ ਹਰੇਕ ਕੋ ਸਿੰਘਾ ਥੋੜੀ ਬਣ ਜੂਗਾ ਸਿੰਘਾ ਦਾ ਸਿੰਘ ਨੇ ਬੋਲਤਾ ਚਾਹੇ ਤੁਸੀਂ ਮਜ਼ਾਕ ਕਰੋ ਮੈਨੂੰ ਕਿਸੇ ਨਾ ਵੈਸੇ ਵਧੀਆ ਲੋਕਾਂ ਨੇ ਐਪਰੀਸ਼ੀਏਟ ਕੀਤਾ ਨਾਲ ਖੜੇ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਵੀ ਮੇਰੇ ਤੇ ਮੈਨੂੰ ਸਪੋਰਟ ਕੀਤੀ ਆ ਸਾਰਿਆਂ ਨੇ ਇਹੀ ਕਿਹਾ ਆ ਬਟ ਇੱਕ ਵਾਰੀ ਗੱਲ ਸੋਚ ਕੇ ਦੇਖੋ ਤੁਹਾਡਾ ਪਿਓ ਹੋਵੇ ਤੁਹਾਡੇ ਮਾਪਿਓ ਹੋਣ ਜਿਹੜਾ ਤੁਸੀਂ ਕੀਮਤੀ ਸਮਾਂ ਕਿਤੇ ਹੱਸ ਖੇਡ ਕੇ ਆਪਣੇ ਪਿਓ ਨਾਲ ਤੁਸੀਂ ਬਤਾਉਣਾ ਹੈ ਉਹੀ ਤੁਹਾਡਾ ਸਮਾਂ ਕਿਤੇ ਹੋਰ ਚੀਜ਼ਾਂ ਚ ਉਲਝ ਜਵੇ ਤੁਹਾਨੂੰ ਆਪ ਤੇ ਇਰੀਟੇਸ਼ਨ ਕਿੰਨਾ ਗੁੱਸਾ ਆਊਗਾ ਸਿਰਫ ਲੌਜੀਕਲੀ ਗੱਲ ਕਰਦਾ ਮੈਂ ਮੈਂ ਸਿਰਫ ਮੇਰੇ ਕਾਰਨ ਗੱਲ ਕਰਨ ਦਾ ਮਤਲਬ ਉਹੀ ਸੀ ਮੈਂ ਨਾ ਇਹ ਪਤਾ ਨਹੀਂ ਇਹ ਸਵਾਲ ਕਿਵੇਂ ਰੱਖਾਂ ਤੁਹਾਡੇ ਅੱਗੇ ਪਰ ਮੈਂ ਫਿਰ ਵੀ ਪੁੱਛਣਾ ਚਾਹੁੰਗਾ ਤੁਸੀਂ ਗਲਤ ਨਾ ਸੋਚਿਓ ਮੈਂ ਪੁੱਛਣਾ ਚਾਹੁੰਦਾ ਕਿ ਜਿਵੇਂ ਗਾਣਿਆਂ ਦੇ ਵਿੱਚ ਪਰਚੀਆਂ ਦੀਆਂ ਗੱਲਾਂ ਹੁੰਦੀਆਂ ਹਥਿਆਰਾਂ ਦੀਆਂ ਗੱਲਾਂ ਹੁੰਦੀਆਂ ਬੜੀਆਂ ਕਾਮਨ ਜੀਆਂ ਚੱਕ ਦੋ ਧਰ ਲੋ ਮਾਰ ਲੋ ਮੈਂ ਵੀ ਕਰਦਾ ਹਾਂ ਪਰ ਜਦੋਂ ਸੱਚੀ ਚ ਕਿਤੇ ਫੈਮਿਲੀ ਦੇ ਇੱਕ ਪਰਚਾ ਪੈ ਜਾਂਦਾ ਤਾਂ ਕੀ ਹਾਲਾਤ ਹੁੰਦੇ ਨੇ ਕਿਉਂਕਿ ਤੁਹਾਨੂੰ ਜਿਹੜੀ ਯੂਥ ਸੁਣਨ ਵਾਲੀ 18 19 20 ਸਾਲ ਦੇ ਮੁੰਡੇ ਨੇ ਉਹਨਾਂ ਦਾ ਦਿਮਾਗ ਸਿੰਗਰਗਾ ਮੈਚੂਰ ਨਹੀਂ ਹੋ ਸਕਦਾ ਕਿਉਂਕਿ ਤੁਸੀਂ ਕੋ ਨਸ਼ਾ ਕੀਤਾ ਤੇ ਚੱਕਦਾ ਉਹਨਾਂ ਨੂੰ ਇਹ ਪਤਾ ਹੈ ਕਿ ਸਿੰਘੇ ਨੇ ਇਹ ਤਾਂ ਕੋਈ ਨਿਸ਼ਾਨਾ ਕੀਤਾ ਸਿੰਘੇ ਨੇ ਸ਼ਰਾਬ ਨਹੀਂ ਪੀਤੀ ਆ ਓਕੇ ਮੈਂ ਪਹਿਲਾਂ ਲੜਾਈ ਪਹਿਲਾਂ ਮੈਂ ਦੱਸਦਾ ਲੜਾਈ ਵਾਲੀ ਗੱਲ ਦੱਸਦਾ ਮੈਂ ਕੀ ਕੀ ਹੈ ਓਕੇ ਜਿਹੜੀ ਤਾਂ ਗੱਲ ਹੈਗੀ ਪਰਚੇ ਵਾਲੀ ਮੈਂ ਤੁਹਾਨੂੰ ਇੱਕ ਗੱਲ ਕਹਿ ਕੇ ਜਿਹੜਾ ਮੈਂ ਕੀਤਾ ਹੁੰਦਾ ਇੱਕ ਠੋਕ ਕੇ ਕਹਿੰਦਾ ਮੈਂ ਕੀਤੇ ਵੀ ਆ ਲੜਾਈਆਂ ਕਿਹੜੀਆਂ ਕੀਤੀਆਂ ਨੇ ਹਰੇਕ ਦੀ ਉਮਰ ਹੁੰਦੀ ਆ ਹਰੇਕ ਦਾ ਟਾਈਮ ਹੁੰਦਾ ਜਦੋਂ ਬੰਦਾ ਲੜਦਾ ਲੜ ਕੇ ਸਾਰਾ ਕੁਝ ਦੇਖ ਲੈਂਦਾ ਬਾਹਰ ਆ ਜਾਂਦਾ ਉਹ ਚੀਜ਼ਾਂ ਦੇਖ ਚੁੱਕੇ ਆ ਬਸ ਸਾਰੇ ਨਹੀਂ ਬਾਹਰ ਆਉਂਦੇ ਬਾਈ ਮੈਨੂੰ ਲੱਗਦਾ ਜੇ ਇੱਕ ਵਾਰੀ ਕਿਸੇ 302 ਦਾ ਪਰਚਾ ਪੈ ਗਿਆ ਹਾਂ ਤਾਂ ਉਹ ساری ਜ਼ਿੰਦਗੀ ਲਈ ਗਿਆ ਪਰਚੇ ਦਾ ੱਤਬਾ ਲੱਗ ਗਿਆ ਉਹਦੇ ਅੰਦਰ ਹੋ ਗਿਆ ਮਰਡਰ ਕੇਸ ਪੈ ਗਿਆ ਯੂਥ ਜਿਹੜੀ ਸੁਣਦੀ ਹੈ ਗਾਣਿਆਂ ਤੋਂ ਦੇਖ ਕੇ ਪ੍ਰਭਾਵਿਤ ਹੁੰਦੀ ਹੈ ਉਹਨਾਂ ਨੂੰ ਤੁਸੀਂ ਕੀ ਸਨੇਹਾ ਦੇਣਾ ਚਾਹੁੰਦੇ ਹੋ ਕਿ ਲੜਾਈ ਝਗੜਿਆਂ ਤੇ ਤੁਹਾਡਾ ਐਕਸਪੀਰੀਅੰਸ ਲਾਈਫ ਦਾ ਪਿਛਲਾ ਕੀ ਕਹਿੰਦਾ ਕਿ ਆ ਲੜਾਈ ਝਗੜੇ ਮਾਰਕਟਾਈ ਜਿਵੇਂ ਪਰਸੋਂ ਇੱਕ ਵੀਡੀਓ ਵਾਇਰਲ ਹੋਈ ਕਿ ਦੋ ਦੋਸਤ ਬਹਿ ਕੇ ਸਕੋਰਪੀਓ ਦੇ ਬਾਹਰ ਡਰਿੰਕ ਕਰ ਰਹੇ ਸੀ ਅੱਛਾ ਤੇ ਆਪਸ ਚ ਦੋਸਤ ਤੇ ਮਜ਼ਾਕ ਮਿਆਕ ਚ ਗੁੱਸੇ ਅੱਛਾ ਕਿ ਇੰਨਾ ਸਹਿ ਨਹੀਂ ਸਕਿਆ ਉਹ ਤੁਹਾਨੂੰ ਕੀ ਲੱਗਦਾ ਕਿ ਯੂਥ ਇੰਨਾ ਸ਼ਾਰਟ ਟੈਂਪਰਡ ਹੋਣੀ ਚਾਹੀਦੀ ਹੈ ਨਹੀਂ ਯੂਥ ਨੂੰ ਇੰਨਾ ਸ਼ਾਰਟ ਟੈਂਪਰ ਨਹੀਂ ਹੋਣਾ ਚਾਹੀਦਾ ਮੇਰੇ ਕਹਿਣ ਦਾ ਮਤਲਬ ਹੈ ਕਿ ਲੋਕਾਂ ਚ ਸਮਝਦਾਰੀ ਦੀ ਘਾਟ ਹੋ ਗਈ ਹੈ ਮੈਨੂੰ ਲੱਗਦਾ ਜੇ ਸਾਹਿਬ ਜੇ ਤੁਸੀਂ ਇਹ ਗੱਲ ਕੀਤੀ ਹੈ ਚਲੋ ਇਹ ਗੱਲ ਦਾ ਹੁਣ ਛਿੜੀ ਆ ਕਿ ਜੇ ਹੁਣ ਅਸੀਂ ਗਾਣੇ ਕਰਦੇ ਲੋਕ ਸ਼ਾਰਟ ਟੈਂਪਰ ਹੋ ਜਾਂਦੇ ਨੇ ਯਾਰ ਸਭ ਤੋਂ ਜ਼ਿਆਦਾ ਫਿਰ ਇਹਦਾ ਮਤਲਬ ਜਿਹੜੇ ਬਾਹਰਲੇ ਲੋਕ ਸਾਊਥ ਦੇ ਵਿੱਚ ਫਿਰ ਤਾਂ ਬਹੁਤ ਜਾਣਾ ਹੋਣਾ ਚਾਹੀਦਾ ਸਾਊਥ ਦੇ ਵਿੱਚ ਤਾਂ ਇੱਕ ਇੱਕ ਬੰਦਾ ਹੀ ਕਿੰਨਿਆਂ ਨੂੰ ਮਾਰ ਦਿੰਦਾ ਫਿਰ ਤਾਂ ਟਰੱਕ ਚਸਲਾ ਲੈ ਕੇ ਘੁੰਮਣ ਬਿਲਕੁਲ ਇਦਾਂ ਨਹੀਂ ਹੁੰਦਾ ਅਨਮੋਲ ਵੀਰੇ ਪਤਾ ਕੀ ਹੈ ਨਹੀਂ ਨਹੀਂ ਮੇਰਾ ਸਵਾਲ ਉਹ ਨਹੀਂ ਜੋ ਤਾ ਮੈਂ ਬਿਲਕੁਲ ਸਮਝਦਾ ਵੀਰੇ ਕਿ ਸਾਊਥ ਦੀਆਂ ਫਿਲਮਾਂ ਐਡੀਆਂ ਵੱਡੀਆਂ ਨੇ ਲੋਕ ਉਹਨਾਂ ਨੂੰ ਦੇਖ ਕੇ ਕਿਉਂ ਨਹੀਂ ਬੰਦੇ ਮਾਰਨੇ ਮੇਰਾ ਸਵਾਲ ਹੈ ਕਿ ਜਦੋਂ ਅਸਲ ਪਰਚਾ ਪੈਂਦਾ ਹੂੰ ਤੇ ਇੱਕ ਗਾਣੇ 'ਚ ਬੰਦਾ ਕਿਉਂਕਿ ਜਦੋਂ ਗਾਣਾ ਬਣਦਾ ਹੁੰਦਾ ਉਦੋਂ ਉਹਦੇ 'ਚ ਮੂਮੈਂਟ ਨਹੀਂ ਦਿਖਾਈ ਜਾਂਦਾ ਮੈਂ ਦੱਸਦਾ ਅਸਲ ਜਿਹੜਾ ਪਰਚਾ ਪੈਂਦਾ ਜੇ ਤਾਂ ਬੰਦੇ ਨੇ ਕੀਤਾ ਹੁੰਦਾ ਜਾਣ ਬੁੱਝ ਕੇ ਜੇ ਤਾਂ ਬੰਦੇ ਨੂੰ ਪਤਾ ਹੈ ਕਿ ਹਾਂ ਬਈ ਕੀਤਾ ਤਾਂ ਕੀਤਾ ਇੱਕ ਠੋਕ ਕੇ ਕੀਤਾ ਸਾਨੂੰ ਪਰਵਾਹ ਨਹੀਂ ਹੈਗੀ ਉਹਦਾ ਬੰਦਾ ਸਹਿ ਵੀ ਲਊਗਾ ਉਹ ਤਾਂ ਬੰਦਾ ਦਿਨ ਰਾਤ ਹੈਗੇ ਵੀ ਨੇ ਜਿਹੜੇ ਮੇਰੇ ਯਾਰ ਦੋਸਤ ਵੀ ਨੇ ਜਿਨ੍ਹਾਂ ਨੇ ਤਾਂ ਕੀਤਾ ਵੀ ਠੋਕ ਕੇ ਵੀ ਅਸੀਂ ਗਏ ਸੀਗੇ ਅਣਖ ਕਰਕੇ ਜਾਂ ਸਾਡੀ ਭੈਣ ਕਰਕੇ ਕਈ ਕੰਮ ਕਰਦੇ ਆ ਅਗਲਿਆਂ ਨੇ ਕੀਤਾ ਤਾਂ ਅਗਲਾ ਸਹਿ ਲੈਂਦਾ ਚੁੱਪ ਕਰਕੇ ਅਗਲਾ ਕਰਦਾ ਕੰਮ ਆਪਣਾ ਅੰਦਰ ਕੋਸ਼ਿਸ਼ ਨੇ ਅਗਲੇ ਪਰ ਜੇ ਨਜਾਇਜ਼ ਹੋਇਆ ਜਿਹੜਾ ਨਜਾਇਜ਼ ਨਜਾਇਜ਼ ਤਾਂ ਇਦਾਂ ਫਿਰ ਤੁਹਾਨੂੰ ਵੀ ਪਤਾ ਹੀ ਕਿੰਨੇ ਕੇਸ ਪਾਏ ਜਾਂਦੇ ਨੇ ਕਿੰਨੇ ਚੱਕੇ ਪਰਚੇ ਬਿਨਾਂ ਵਜਾ ਤੋਂ ਅੰਦਰ ਦਿੱਤੇ ਜਾਂਦੇ ਨੇ ਨਜਾਇਜ਼ ਤਾਂ ਹੋਇਆ ਹੀ ਹੈ ਨਾ ਮੈਂ ਨਜਾਇਜ਼ ਵਾਲੀ ਗੱਲ ਤੇ ਜਾਣਬੁੱਝ ਕੇ ਵਾਲੀ ਗੱਲ 'ਚ ਬਹੁਤ ਡਿਫਰੈਂਟ ਆ ਵੀਰੇ ਜਿਹੜਾ ਨਜਾਇਜ਼ ਹੈ ਨਜਾਇਜ਼ ਕਰਨਾ ਕਿ ਮਤਲਬ ਕਿਸੇ ਨੂੰ ਜਾਣ ਕੇ ਮੈਂਟਲੀ ਹਰਾਸ ਕਰਨਾ ਇਹ ਤਾਂ ਫਿਰ ਮੈਂਟਲੀ ਹਰਾਸ ਪੈਸਿਆਂ ਲਈ ਮੈਂਟਲੀ ਹਰਾਸ ਕਰਨਾ ਹਾਂ ਕੱਲ ਨੂੰ ਮੈਨੂੰ ਕੋਈ ਮੇਰੇ ਤੇ ਗੱਲ ਆਉਂਦੀ ਆ ਜਾਂ ਕਿਸੇ ਤੇ ਸ਼ਾਇਦ ਮੇਰੇ ਖਿਆਲ ਚ ਮੇਰਾ ਦਿਮਾਗ ਹੋਪੜੀ ਮੇਰੀ ਹੋਰ ਹੋਊਗੀ ਫਿਰ ਤਾਂ ਮੈਂ ਫਿਰ ਫਿਰ ਥੋੜੀ ਹੋਊਗਾ ਹਾਂ ਜਦੋਂ ਮੇਰੇ ਪਿਓ ਦੀ ਗੱਲ ਹੈ ਜਾਂ ਮੇਰੀ ਫੈਮਿਲੀ ਦੀ ਗੱਲ ਆ ਫਿਰ ਮੈਂ ਰਹਿ ਨਹੀਂ ਸਕਦਾ ਉਹ ਗੱਲ ਹੋਈ ਹੈ ਉਹ ਮੇਰੇ ਪਿਓ ਦੇ ਕਰਕੇ ਹੋਈ ਹੈ ਮੇਰੇ ਮੇਰੇ ਪਿਓ ਦੀ ਮੈਂ ਟੈਨਸ਼ਨ ਨਹੀਂ ਦੇ ਸਕਦਾ ਕਿ ਮੇਰੇ ਖਿਆਲ ਚ ਬਾਕੀ ਜਿੰਨੀ ਵੀ ਆਡੀਅנס ਸਾਰਿਆਂ ਦਾ ਆਪਣੇ ਮਾਪੇ ਤੁਸੀਂ ਇੱਕ ਗੱਲ ਦੱਸੋ ਤੁਹਾਡੀ ਜ਼ਿੰਦਗੀ ਚ ਕੀਮਤੀ ਕੀ ਆ ਸਭ ਤੋਂ ਪੈਰੈਂਟਸ ਜਿੰਨੀ ਆਡੀਅנס ਆ ਸਾਰੀ ਦੇਖਦੀ ਆ ਸਾਰਿਆਂ ਦੀ ਜ਼ਿੰਦਗੀ ਚ ਕੀਮਤੀ ਕੀ ਆ ਸਭ ਤੋਂ ਜ਼ਿਆਦਾ ਫੈਮਿਲੀ ਪੈਰੈਂਟਸ ਬਸ ਗੱਲ ਤਾਂ ਉੱਥੇ ਆ ਪਰ ਜਿੱਥੇ ਆਪਣੇ ਪੈਰੈਂਟਸ ਦੀ ਗੱਲ ਆਉਂਦੀ ਆ ਬੰਦਾ ਦੇਖਦਾ ਕੁਝ ਨਾ ਤੂੰ ਹੋਸ਼ ਹੀ ਨਹੀਂ ਰਹਿੰਦਾ ਹੋਊ ਕਿ ਕੀ ਬੋਲਣਾ ਕੀ ਗਾਣਿਆਂ ਵਾਲੀ ਗੱਲ ਨਹੀਂ ਹੈਗੀ ਗਾਣਿਆਂ ਵਾਲੀ ਫਿਰ ਚਲਾਓ ਹੀ ਨਾ ਗਾਣੇ ਤੁਸੀਂ ਜ਼ਰੂਰੀ ਜੱਟ ਦੀ ਕਲਿੱਪ ਚਲਾਉਣੀ ਆ ਹੂੰ ਮੈਂ ਤੁਹਾਨੂੰ ਥੋੜੀ ਕਹਿਣਾ ਚਲਾਓ ਤੁਸੀਂ ਨਾ ਚਲਾਓ ਯਾਰ ਜਦ ਤੁਸੀਂ ਖੁਸ਼ੀ ਪਰਚੇ ਵਾਲੀ ਗੱਲ ਤੋਂ ਹੁੰਨੇ ਹੋ ਤਾਂ ਫਿਰ ਹੁਣ ਮੈਂ ਕੀ ਕਰਾਂ ਪਰਚੇ ਵਾਲੀ ਗੱਲ ਪਾਣੀ ਪੈਂਦੀ ਫਿਰ ਗਾਣਿਆਂ ਚ ਫਿਰ ਤਾਂ ਮੈਂ ਉਹੀ ਕਰੂੰਗਾ ਮੇਰੇ ਵੱਲੋਂ ਤੁਸੀਂ ਖੁਸ਼ ਹੋ ਜਾਓ ਯਾਰ ਅ ਹੋਰ ਗਾਣੇ ਬਥੇਰੇ ਨੇ ਰੋਮਾਂਟਿਕ ਨੇ ਸਾਰੇ ਨੇ ਫਿਰ ਜਦੋਂ ਚਾਰ ਗਾਣੇ ਸਿੰਘੇ ਦੇ ਰੋਮਾਂਟਿਕ ਆਉਂਦੇ ਨੇ ਫਿਰ ਜਾਣ ਕੇ ਬਾਅਦ ਚ ਕਮੈਂਟ ਕਰਨਗੇ ਵੀਰੇ ਨਹੀਂ ਸਵਾਦ ਨਹੀਂ ਆਇਆ ਚੱਕ ਮਾ ਗਾਣਾ ਕਰ ਕੋਈ ਫਿਰ ਸਿੰਘਾ ਕੀ ਕਰੇ ਬਿਲਕੁਲ ਉਹ ਤਾਂ ਗੱਲ ਲੱਗਿਆ ਨਾ ਉਹ ਤਾਂ ਫਿਰ ਸਿੰਘਾਂ ਨੇ ਕੀਤਾ ਉਹ ਤਾਂ ਮੈਨੂੰ ਪਤਾ ਕਿ ਕਰਦਾ ਜਿਹੜਾ ਬੰਦਾ ਜਾਣ ਬੁੱਝ ਕੇ ਕਰਦਾ ਕਰਦਾ ਉਹਨੂੰ ਪਤਾ ਮੈਂ ਮੈਂ ਖੁੱਦ ਵੀਰੇ ਗਾਣੇ ਸੁਣਦਾ ਚੁਕਵੇਂ ਸਿੱਧੂ ਮੂਸੇਵਾਲੇ ਦੇ ਗਾਣੇ ਸੁਣ ਸੁਣ ਕੇ ਚੁਕਵੇਂ ਗਾਣੇ ਤੋਂ ਵਗੈਰ ਤਾਂ ਜਿੰਮੇ ਨਹੀਂ ਲੱਗਦਾ ਪਰ ਮੇਰਾ ਸਵਾਲ ਇਹ ਸੀਗਾ ਕਿ ਯੂਥ ਨੂੰ ਗਾਣੇ ਨੂੰ ਸਿਰਫ ਗਾਣਾ ਹੀ ਸਮਝ ਕੇ ਗਾਲ ਕੇ ਇੰਜੋਏ ਕਰਕੇ ਛੱਡ ਦੇਣਾ ਚਾਹੀਦਾ ਹੈ ਜਾਂ ਉਹਦੇ ਤੋਂ ਇਨਫਲੂਐਂਸ ਹੋ ਕੇ ਤੇ ਜਿਦਾਂ ਆਪਾਂ ਕਹਿੰਦੇ ਨਯਾਇਜ ਤੇ ਜਾਇਜ ਪਰਚੇ ਇਨਫਲੂਐਂਸ ਜਿਹੜਾ ਹੋਣਾ ਚਾਹੀਦਾ ਨਾ ਬੰਦੇ ਨੂੰ ਜਾਂ ਯੂਥ ਨੂੰ ਮੈਂ ਕਹਿੰਦਾ ਇਨਫਲੂਐਂਸ ਹੋਣਾ ਚਾਹੀਦਾ ਆ ਵਧੀਆ ਚੀਜ਼ ਤੋਂ ਮੇਰੇ ਗਾਣੇ ਦੇ ਵਿੱਚ ਇੱਕ ਲਾਈਨ ਜੇ ਮੈਂ ਸ਼ੁਰੂ ਚ ਪਾਤੀ ਕਿ ਵੀ ਪਰਚਾ ਪਾਇਆ ਜਿਹੜਾ ਐਂਡਲਾ ਗਾਣਾ ਆ ਐਂਡ ਤੱਕ ਜੇ ਸ਼ਾਇਦ ਵੀਡੀਓ ਦੇ ਵਿੱਚ ਮੈਂ ਦਿਖਾਵਾਂ ਕਿ ਬਈ ਅ ਕਿਸੇ ਦੀ ਸੇਫਟੀ ਲਈ ਜਾਂ ਕੁਝ ਵੀ ਮਤਲਬ ਕੁਝ ਵੀ ਕਨਸੈਪਟ ਹੋ ਸਕਦਾ ਮੈਨੂੰ ਮਤਲਬ ਕਨਸੈਪਟ ਦੇ ਵਿੱਚ ਮੈਂ ਚਲੋ ਨਹੀਂ ਜਾਂਦਾ ਮਤਲਬ ਇਹ ਇੱਕ ਉਹ ਵਧੀਆ ਚੀਜ਼ ਤੋਂ ਇਨਫਲੂਐਂਸ ਜ਼ਿਆਦਾ ਹੋਣੇ ਚਾਹੀਦੀ ਆ ਜਿਹੜੀ ਗਲਤ ਚੀਜ਼ ਆ ਉਹ ਤੋਂ ਘੱਟ ਹੋਣੇ ਚਾਹੀਦੇ ਆ ਬਟ ਸਾਡਾ ਓਪੋਜ਼ਿਟ ਐ ਅਸੀਂ ਕੀ ਕਰਦੇ ਆ ਜਿਹੜੀ ਘਟਿਆ ਚੀਜ਼ ਆ ਜਾਂ ਜਿਹੜੀ ਲੜਾਈ ਵਾਲੀ ਚੀਜ਼ ਆ ਉਹ ਤੋਂ ਇਨਫਲੂਐਂਸ ਜ਼ਿਆਦਾ ਹੁੰਨੇ ਆ ਹੁਣ ਸੜਕ ਦੇ ਉੱਤੇ ਲੜਾਈ ਹੋ ਜਵੇ ਤੁਹਾਡੇ ਗੁਆਂਢ ਦੇ ਵਿੱਚ ਲੜਾਈ ਹੋ ਜਵੇ ਪਤਾ ਕੀ ਕਰਦੇ ਹੋ ਆਲੇ ਦੁਆਲੇ ਸਾਰੇ ਕੋਠਿਆਂ ਤੇ ਬਾਲਕੋਨੀਆਂ 'ਚ ਖੜੇ ਦੇਖਦੇ ਹੁੰਨੇ ਆ ਸਵਾਦ ਲੈਣ ਦੇ ਹੁੰਨੇ ਆ ਕਿਉਂ ਉਹ ਸਹੀ ਐ ਦੋ ਜਾਨੇ ਜਾ ਕੇ ਉਹਨੂੰ ਰੋਕ ਨਹੀਂ ਸਕਦੇ ਨਹੀਂ ਰੋਕ ਸਕਦੇ ਨਹੀਂ ਕਿ ਜੇ ਜੇ ਰੋਕਾਂਗੇ ਸਾਡਾ ਸਵਾਲ ਖਤਮ ਹੋ ਜਾਣਾ ਐ ਬੜਾ ਸੋਹਣਾ ਅੱਜ ਪਤਾ ਲੱਗੇ ਚਾਰ ਗਾਲਾਂ ਉਧਰੋਂ ਆ ਰਹੀਆਂ ਚਾਰ ਗਾਲਾਂ ਉਧਰੋਂ ਆ ਰਹੀਆਂ ਸਵਾਦ ਆ ਰਿਹਾ ਤੁਹਾਨੂੰ ਨਾ ਤਾਂ ਉਹ ਉਹ ਗਲਤ ਚੀਜ਼ ਤੋਂ ਇਨਫਲੂਐਂਸ ਹੋਇਆ ਫਿਰ ਇਹੀ ਚੀਜ਼ ਬੰਦਾ ਕੋਈ ਤੀਜਾ ਬੰਦਾ ਜਾ ਕੇ ਰੋਕਦਾ ਵੀ ਹਟ ਜਾਓ ਵੀਰੇ ਚੰਗੀ ਗੱਲ ਨਹੀਂ ਹੈਗੀ ਸੋਸਾਇਟੀ ਆ ਸਾਰੇ ਜਣੇ ਜਾਗਦੇ ਆ ਜਾਂ ਤੁਸੀਂ ਆਪਣਾ ਅੰਦਰ ਜਾ ਕੇ ਸਵੇਰੇ ਉੱਠ ਕੇ ਗੱਲ ਕਰਾਂਗੇ ਜਾਂ ਦਾਰੂ ਪੀਤੀ ਹੋਈ ਆ ਜਾਂ ਜੋ ਵੀ ਜਿਹਦੇ ਕਰਕੇ ਵੀ ਲੜਾਈ ਹੋਈ ਆ ਪਰ ਸਵਾਦ ਹੀ ਹੁਣ ਲੋਕਾਂ ਨੂੰ ਪੁੱਠਾ ਪੈ ਗਿਆ ਮੈਂ ਕੀ ਕਰਾਂ ਬਾਈ ਤੁਸੀਂ ਜਿਵੇਂ ਗੱਲ ਕੀਤੀ ਕਿ 5 ਸਾਲ ਪਹਿਲਾਂ ਸੰਗਾ ਕੁਝ ਹੋਰ ਸੀ ਅੱਜ ਕੁਝ ਹੋਰ ਹੈ ਆਪਣੀਆਂ ਕਮੀਆਂ ਪਛਾਣੀਆਂ ਕਿਵੇਂ ਤੁਸੀਂ ਇਹਨਾਂ ਬੈਟਰ ਵੇ ਤੁਸੀਂ ਕਿਵੇਂ ਐਨਲਾਈਜ਼ ਕੀਤਾ ਕਿ ਹਾਂ ਮੈਨੂੰ ਇਹ ਚੀਜ਼ ਆਪਣੇ ਚ ਠੀਕ ਕਰਨੀ ਹੈ ਤੇ ਤੁਸੀਂ ਕਰਕੇ ਅੱਜ ਖੁਸ਼ ਹੋ ਕਿ ਯਾਰ ਸ਼ੁਕਰ ਹੈ ਮੈਂ ਚੀਜ਼ ਛੱਡਤੀ ਸੀ ਟਾਈਮ ਸੇਰੀ ਅ ਕਮੀਆਂ ਤਾਂ ਮੇਰੇ ਚ ਹੁਣ ਵੀ ਬਹੁਤ ਨੇ ਮੈਂ ਨਹੀਂ ਕਹਿੰਦਾ ਕਿ ਮੇਰੇ ਚ ਕਮੀਆਂ ਨਹੀਂ ਹੈਗੀਆਂ ਨਾ ਤਾਂ ਮੈਂ ਰੱਬ ਆ ਨਾ ਮੈਂ ਬਣ ਸਕਦਾ ਨਾ ਦੁਨੀਆ ਤੇ ਕੋਈ ਵੀ ਬੰਦਾ ਜਿਹੜਾ ਜੰਮਿਆ ਉਹ ਨਾ ਰੱਬ ਹੈ ਨਾ ਬਣ ਸਕਦਾ ਇਹ ਤੁਸੀਂ ਮੇਰੀ ਗੱਲ ਖਾ ਕੇ ਲਾ ਲਓ ਚਾਹੇ ਤੁਸੀਂ ਜੋ ਮਰਜ਼ੀ ਕਰੀ ਜਾਓ ਕਿ ਅਸੀਂ ਬਹੁਤ ਚੰਗੇ ਆ ਜੀ ਚਾਹੇ ਨਟ ਤੇ ਅਸੀਂ ਪਾਈ ਜਾਈਏ ਬਹੁਤ ਚੰਗੇ ਆ ਮੇਰੇ 'ਚ ਵੀ ਹਜ਼ਾਰ ਕਮੀਆਂ ਹੋਣਗੀਆਂ ਵੀਰੇ ਤੁਹਾਡੇ 'ਚ ਵੀ ਹੋਣਗੀਆਂ ਠੀਕ ਜੀ ਉਹ ਹਰੇਕ ਬੰਦੇ ਨੂੰ ਕਮੀ ਆਪਣੀ ਅੰਦਰੋਂ ਪਤਾ ਹੁੰਦਾ ਕਿ ਮੈਨੂੰ ਮੈਨੂੰ ਪਤਾ ਕਿ ਸੰਗੇ 'ਚ ਕੀ ਕਮੀ ਆ ਹਾਂ ਮੈਨੂੰ ਪਤਾ ਕਿ ਮੈਂ ਆਪਣਾ ਉਹ ਉਹ ਕਿਦਾਂ ਆਪਣੇ ਆਪ ਨੂੰ ਸੁਧਾਰਨਾ ਉਹ ਇਕੱਲੇ ਬੈਠੋ ਸ਼ਾਂਤ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਆਪਣੇ ਤੇ ਫੋਕਸ ਕਰੋ ਆਪਣੇ ਬਾਰੇ ਸੋਚੋ ਕਿ ਹੁਣ ਤੱਕ ਦਾ ਸਫ਼ਰ ਤੁਹਾਡਾ ਕਿਦਾਂ ਦਾ ਰਿਹਾ ਕਿੱਥੋਂ ਕਿੱਥੋਂ ਆਏ ਹੋ ਤੁਸੀਂ ਇਹ ਤੋਂ ਅਗਲਾ ਸਫ਼ਰ ਤੁਸੀਂ ਕੀ ਚਾਹੁੰਦੇ ਹੋ ਤੁਸੀਂ ਉਸੇ ਹੀ ਸਫ਼ਰ ਦੇ ਰਾਹ 'ਚ ਜਾਣਾ ਚਾਹੁੰਦੇ ਹੋ ਜਾਂ ਤੁਹਾਨੂੰ ਰਾਹ ਬਦਲਣ ਦੀ ਲੋੜ ਹੈ ਜਿੱਦਾਂ ਮੈਂ ਤੁਹਾਡੇ ਨਾਲ ਗੱਲ ਕੀਤੀ ਅੰਦਰ ਬੈਠੇ ਨੇ ਮੈਂ ਕਹਿੰਦਾ ਅਨਮੋਲ ਵੀਰਿਆ ਤੋਂ 5-6 ਸਾਲ ਪਹਿਲਾਂ ਮੈਂ ਤੁਹਾਨੂੰ ਮਿਲਿਆ ਜੀ ਭਾਈ ਜਦੋਂ ਮੇਰਾ ਫਰਸਟ Song ਆਇਆ ਨਹੀਂ ਸੀ ਮੇਰੇ ਖਲਚ ਆਇਆ ਸੀ ਜਦੋਂ ਅਸੀਂ ਆਏ ਸੀ ਮੈਂ ਕਿਹਾ ਉਦੋਂ ਤੁਸੀਂ ਵੀ ਮਤਲਬ ਸਟਾਰਟ ਕੀਤਾ ਸੀ ਤਾਂ ਮੈਂ ਵੀ ਸਟਾਰਟ ਕੀਤਾ ਸੀ ਤੇ ਬਟ ਅਸੀਂ ਹੌਲੀ ਹੌਲੀ ਆਪਣੇ ਆਪ ਨੂੰ ਗਰੋ ਕੀਤਾ ਅਸੀਂ ਆਪਣਾ ਰਾਹ ਲੱਭਿਆ ਸ਼ਾਇਦ ਮੇ ਵੀ ਹੋਰ ਵੀ ਬਹੁਤ ਨੇ ਬਹੁਤ ਜਾਣੇ ਚਲਾਉਂਦੇ ਆ ਐਨ ਜੀਓਜ਼ ਐਨ ਜੀਓਜ਼ ਬਹੁਤ ਜਾਣੇ ਚਲਾਉਂਦੇ ਆ ਮੈਂ ਬਹੁਤ ਜਾਣੇ ਸਿੰਗਰਸ ਨੇ ਲੱਖਾਂ ਹੀ ਰਾਈਟਰ ਨੇ ਜਿਨ੍ਹਾਂ ਦੇ ਗਾਣੇ ਆਉਂਦੇ ਨੇ ਪੂਰੇ ਹਾਈਪ ਤੇ ਜਾਂਦੇ ਨੇ ਪੂਰਾ ਪਰ ਭੁੱਲ ਜਾਂਦੇ ਨੇ ਬਿਲਕੁਲ ਸਹੀ ਗੱਲ ਹੈ ਉਨਾ ਦਾ ਰਹਾ ਬਦਲੀ ਜਾਂਦਾ ਹੈ ਸਟਾਰਟਿੰਗ ਕਿਤੇ ਹੁੰਦੀ ਹੈ ਐਂਡ ਕਿਤੇ ਹੋ ਜਾਂਦਾ ਬਿਲਕੁਲ ਸਹੀ ਗੱਲ ਹੈ ਤਾਂ ਇਹਦਾ ਮਤਲਬ ਇਹ ਥੋੜੀ ਹੈ ਕਿ ਜੇ ਤੁਹਾਡਾ ਸਫਰ ਸ਼ੁਰੂ ਹੋਇਆ ਤਾਂ ਤੁਹਾਡਾ ਐਂਡ ਮੇਬੀ ਤੁਹਾਡੇ ਲਈ ਰੱਬ ਨੇ ਹੋਰ ਕੋ ਸੋਚਿਆ ਹੋਵੇ ਤਾਂ ਤੁਹਾਡਾ ਜਿਹੜਾ ਕੁਐਸਚਨ ਸੀ ਉਹਦੇ ਤੇ ਆਉਣਾ ਮੈਂ ਤਾਂ ਮੈਂ ਆਪਣੇ ਆਪ ਨੂੰ ਪਛਾਣਿਆ ਆਪਣੇ ਆਪ ਨੂੰ ਇਕੱਲਾ ਮੈਂ ਕੀਤਾ ਮੈਂ ਖੁਦ ਨੂੰ ਦੇਖਿਆ ਕਿ ਯਾਰ ਸਿੰਘੇ ਐਡੀ ਗੱਲਬਾਤ ਹੈ ਨਹੀਂ ਤੂੰ ਜਿੱਡਾ ਬਣ ਰਿਹਾ ਤੁਸੀਂ ਆਪ ਬਣ ਗਏ ਮੈਂ ਵੀਰੇ ਖੁਦ ਨੂੰ ਦੇਖਿਆ ਮੈਂ ਕਿ ਯਾਰ ਸਿੰਘੇ ਦੇਖ ਇੱਕ ਤਾਂ ਮੈਂ ਮੈਂ ਐਕਚੁਅਲੀ ਮੈਂ ਤੁਹਾਨੂੰ ਅੰਦਰਲੀ ਹੋਂ ਗੱਲ ਦੱਸਦਾ ਕਿਸੇ ਨੂੰ ਨਹੀਂ ਪਤਾ ਹੈਗੀ ਜਦੋਂ ਤਾਂ ਮੇਨਾਂ ਆ ਚੀਜ਼ਾਂ ਹੋਈਆਂ ਜਾਂ ਮੇਨਾਂ ਹੋਰ ਹੋਰ ਵੀ ਬਹੁਤ ਕੁਝ ਚਲੋ ਯਾਰ ਦੋਸਤ ਵੀ ਰਹਿ ਕੇ ਨਾਲ ਸਾਰਾ ਕੁਝ ਕਰਕੇ ਜਦੋਂ ਗਏ ਨਾ ਫਿਰ ਮੈਂ ਨਾ ਇੱਕ ਬੰਦੇ ਨੂੰ ਆਪਣਾ ਪੱਕਾ ਯਾਰ ਬਣਾਇਆ ਹਮ ਮੰਨਪ੍ਰੀਤ ਨੂੰ ਮੈਂ ਕਿਹਾ ਦੇਖ ਆ ਹੈਗਾ ਸਿੰਘਾ ਹੈਗਾ ਮੰਨਪ੍ਰੀਤ ਪਰ ਜਿਹੜਾ ਸਿੰਘੇ ਨੇ ਗੱਲ ਕਰਨੀ ਹੁੰਦੀ ਮਨਪਰੀਂਣਾ ਕਰਦਾ ਤੇ ਜਿਹੜਾ ਮਨਪਰੀਂ ਨੇ ਗੱਲ ਕਰਨੀ ਹੁੰਦੀ ਉਹ ਸਿੰਘੇ ਨਾ ਕਰਦਾ ਵਾਹ ਜੀ ਫਿਰ ਮੈਂ ਦੋਨਾਂ ਦੀ ਆਪਸ ਚ ਸਲਾਹ ਲੈਣੀ ਫਿਰ ਮੈਂ ਸੋਚਣਾ ਮੈਂ ਕਹਿੰਦਾ ਯਾਰ ਦੇਖ ਸਿੰਘੇ ਮੇਰੀ ਗੱਲ ਸੁਣਾ ਸਾਰੀ ਦੁਨੀਆ ਦੇਖ ਲਈ ਸਾਰੇ ਘੁੰਮ ਲਿਆ ਪੈਸਾ ਵੀ ਕਮਾ ਲਿਆ ਪੈਸਾ ਅਰਜਾਰ ਵੀ ਲਿਆ ਚੀਜ਼ਾਂ ਵੀ ਇਕੱਠੀਆਂ ਕਰ ਲਈਆਂ ਮਾਪੇ ਖੁਸ਼ ਕਰਤੇ ਮਾਪਿਆਂ ਦਾ ਨਾਂ ਬਣਾਤਾ ਇੱਜ਼ਤ ਬਣਾਤੀ ਮਾਪੇ ਦੁਖੀ ਵੀ ਹੋ ਗਏ ਜੀ ਤੇ ਐਕਚੁਅਲੀ ਮਕਸਦ ਕੀ ਆ ਮੇਰਾ ਲਾਈਫ ਦਾ ਫਿਰ ਮੈਂ ਕੀਤਾ ਆਪਣੇ ਤੇ ਕੰਮਾਂ ਪਹਿਲਾ ਤਾਂ ਮੇਰਾ ਮਕਸਦ ਹੈਗਾ ਆ ਇੱਕ ਘੈਂਟ ਵਧੀਆ ਬਾਡੀ ਹੂੰ ਇੱਕ ਸਿੰਗੇ ਦੀ ਜਾਂ ਮਨਪ੍ਰੀਤ ਦਿਖਣ ਚ ਘੈਂਟ ਹੋਣਾ ਚਾਹੀਦਾ ਆ ਉਹਦਾ ਡ्रेसਿੰਗ ਸਟਾਈਲ ਉਹਦੇ ਕੱਪੜੇ ਦੂਜਾ ਮਕਸਦ ਹੈਗਾ ਨੌਲੇਜ ਹੂੰ ਤੀਜਾ ਮਕਸਦ ਹੈਗਾ ਕਿ ਇੱਕ ਗੁੱਡ ਬਿਜ਼ਨਸਮੈਨ ਵਾ ਜੀ ਵਾ ਕਿ ਇੱਕ ਘੈਂਟ ਬਿਜ਼ਨਸਮੈਨ ਹੋਣਾ ਚਾਹੀਦਾ ਚਾਹੇ ਉਹ ਮਨਪ੍ਰੀਤ ਹੋਵੇ ਤੇ ਚਾਹੇ ਉਹ ਸਿੰਘਾ ਬਟ ਉਹ ਘੈਂਟ बिजनेसमैन ਹੋਣਾ ਚਾਹੀਦਾ ਹੈ ਗੁੱਡ ਪਰਸਨੈਲਿਟੀ ਇੱਕ ਨੋਲੇਜ ਹੋਣੀ ਚਾਹੀਦੀ ਹੈ ਇਹਨਾਂ ਚੀਜ਼ਾਂ ਤੇ ਮੈਂ ਆਪਣੇ ਤੇ ਕੰਮ ਕੀਤਾ ਜੀ ਤੇ ਮੈਨੂੰ ਲੱਗਦਾ ਕਿ ਹਰ ਬੰਦਾ ਹਰ ਮੁੰਡਾ ਜੇ ਮੇਰੀ ਗੱਲ ਕਿਸੇ ਨੇ ਸਮਝਦਾਰੀ ਦੀ ਜੇ ਕਿਸੇ ਨੇ ਬਾਕੀ ਮਜ਼ਾਕ ਮਜ਼ੂਕ ਛੱਡ ਕੇ ਬਾਕੀ ਹੋਰ ਜਨਤਾ ਪਿੱਛੇ ਰਹਿ ਕੇ ਇੱਕ ਗੱਲ ਦਿਮਾਗ 'ਚ ਬਿਠਾਵੇ ਤਾਂ ਹਮੇਸ਼ਾ ਬੰਦਾ ਜੇ ਆਪਣੇ ਤੇ ਇਹ ਚਾਰ ਪੰਜ ਚੀਜ਼ਾਂ ਸੁਧਾਰ ਲਵੇ ਨਾ ਤੁਸੀਂ ਐਨੇ ਘੈਂਟ ਇਨਸਾਨ ਬਣ ਜਾਓਗੇ ਨਾ ਦੁਨੀਆ ਤੇ ਡਿਸਪੀਸਪਲਨ ਡਿਸਪੀਸਪਲਨ ਐਡੀ ਘੈਂਟ ਚੀਜ਼ ਐ ਲਾਈਫ ਦੇ ਵਿੱਚ ਡਿਸਪੀਸਪਲਨ ਦੇ ਵਿੱਚ ਰਹਿ ਕੇ ਇੱਕ ਘੈਂਟ ਬਿਜ਼ਨਸਮੈਨ ਬਣੋ ਤੁਹਾਡਾ ਬਿਜ਼ਨਸ ਸੌਟ ਹੈ ਇੱਕ ਘੈਂਟ ਬਾਡੀ ਜਿਹੜੀ ਤੁਹਾਡੇ ਨਾਲ 24 ਘੰਟੇ ਰਹਿਣੀ ਆ ਜਿਹਦੇ ਤੁਸੀਂ ਰਹਿਣਾ ਸਰੀਰ ਹੈ ਬਿਲਕੁਲ ਇੱਕ ਇੱਕੋ ਹੀ ਦਿੱਤਾ ਲਾਈਫ ਲਾਈਫ ਚ ਵਾਹਗਰੂ ਨੇ ਇੱਕੋ ਹੀ ਇੱਕੋ ਹੀ ਸਰੀਰ ਹੈ ਪਰਮਾਤਮਾ ਨੇ ਇਹਨੇ ਦੁਨੀਆ ਦਿਖਾਤੀ ਇਸ ਤੋਂ ਬਾਅਦ ਕੁਝ ਨਹੀਂ ਜਿੱਦਣ ਅੱਖਾਂ ਮੀਟ ਗਏ ਸਰੀਰ ਮਿੱਟੀ ਆ ਨਾ ਇਹ ਕੋ ਦੇਖ ਸਕਣਾ ਨਾ ਕੋ ਸੁਣ ਸਕਣਾ ਨਾ ਕੋ ਸੁੰਘ ਸਕਣਾ ਇੱਕੋ ਹੀ ਸਰੀਰ ਹੈ ਇਹਨੂੰ ਘੈਂਟ ਬਣਾ ਲਓ ਦੂਜਾ ਆਪਣੇ ਮਾਪੇ ਲਈ ਮਤਲਬ ਚਾਰ ਪੰਜ ਚੀਜ਼ਾਂ ਨੇ ਕੁੱਲ ਮਿਲਾ ਕੇ ਜੋ ਤੁਸੀਂ ਲਾਈਫ ਦੇ ਵਿੱਚ ਘੈਂਟ ਕਰ ਲਈਆਂ ਸਾਰਾ ਕੁਝ ਵਧੀਆ ਹੀ ਆ ਬਸ ਵਾਹਿਗੁਰੂ ਦਾ ਨਾਮ ਪ੍ਰਮਾਤਮਾ ਦਾ ਨਾਮ ਦਿਖਾਵੇ ਲਈ ਨਾ ਕੀਤਾ ਜਾਵੇ ਅੰਦਰ ਰਹਿ ਕੇ ਕੀਤਾ ਜਾਵੇ ਆਪਣੇ ਦਿਲ ਚ ਕਹੋ ਕਿ ਯਾਰ ਵਾਹਿਗੁਰੂ ਭਲਾ ਹੋਵੇ ਸਭ ਦਾ ਬਸ ਤੁਸੀਂ ਘੈਂਟ ਇਨਸਾਨ ਬਣ ਜਾਓਗੇ ਬਹੁਤ ਵਧੀਆ ਭਈ ਆਪਾਂ ਇਲੂਮੀਨਾਰਟੀ ਤੇ ਗੱਲ ਕਰ ਸਕਦੇ ਆ ਮੈਨੂੰ ਇਹਦੇ ਬਾਰੇ ਪਤਾ ਕੁਝ ਨਹੀਂ ਹੈ ਪਰ ਤੁਹਾਡੇ ਨਾਮ ਦੇ ਨਾਲ ਜੁੜਦੀ ਬਹੁਤ ਹੈ ਇਹ ਚੀਜ਼ ਇਹ ਕਿਉਂ ਕਿੱਥੋਂ ਜੁੜਦੀ ਹੈ ਇਹ ਟੈਟੂ ਵੀ ਤੁਸੀਂ ਬਣਾਏ ਹੋਏ ਨੇ ਇਲੂਮੀਨਾਰਟੀ ਹੈ ਕੀ ਜੇ ਤੁਹਾਨੂੰ ਇਹਦੇ ਬਾਰੇ ਪਤਾ ਨਹੀਂ ਅਲੂਮੀਨਾਰਟੀ ਬਾਰੇ ਮੈਨੂੰ ਨਹੀਂ ਪਤਾ ਹੈਗਾ ਵੀਰੇ ਕੁਝ ਵੀ ਮੈਂ ਵੀ ਦੱਸਾਂ ਤੁਹਾਨੂੰ ਕਿ ਮੈਨੂੰ ਬਹੁਤ ਕੁਝ ਪਤਾ ਬਟ ਮੈਨੂੰ ਇੰਨਾ ਪਤਾ ਹੈ ਕਿ ਮੇਬੀ ਇਹ ਸੰਸਥਾ ਹੈ ਇੱਕ ਓਕੇ ਤੇ ਟੈਟੂ ਤਾਂ ਮੈਂ ਬਹੁਤ ਪਹਿਲੀਆਂ ਚ ਬਣਾ ਲਏ ਸੀਗੇ ਕਈ ਲੋਕ ਸੋਚਦੇ ਵੀ ਆ ਕਿ ਮੈਂ ਸ਼ਾਇਦ ਅਲੂਮੀਨਾਟੀ ਚ ਉਹ ਕਰਦਾ ਬਲੀਵ ਕਰਦਾ ਜਾਂ ਮੈਂਬਰ ਆ ਬਟ ਹਾਂ ਗਾਣੇ ਯਾਰ ਦੇਖੋ ਮੇਰੀ ਗਰਲਸ ਗਾਣਿਆਂ ਨੂੰ ਇੰਨਾ ਕਿਉਂ ਲੋਕ ਸੀਰੀਅਸ ਲੈ ਕੇ ਹਰੇਕ ਬੰਦੇ ਦੀ ਲਾਈਫ ਨਾਲ ਜੋੜ ਦਿੰਦੇ ਆ ਡੀਪ ਸਵਾਲ ਐ ਡੀਪ ਗੱਲ ਐ ਤੁਹਾਡੀ ਇਹਨੂੰ ਪਲੀਜ਼ ਐਕਸਪਲੇਨ ਕਰੋ ਖੁੱਲ ਕੇ ਹਰ ਗਾਣੇ ਨੂੰ ਤੁਸੀਂ ਹਰੇਕ ਆਰਟਿਸਟ ਦੀ ਲਾਈਫ ਨਾਲ ਜੋੜ ਦਿੰਨੇ ਹੋ ਫਿਲਮਾਂ ਨੂੰ ਵੀ ਜੋੜਿਆ ਕਰੋ ਸ਼ਾਹਰੂਖ ਖਾਨ ਦੀ ਲਾਈਫ ਨਾਲ ਹੁਣ ਜੋੜੋ ਤਾਂ ਪਠਾਨ ਫਿਲਮ ਨੂੰ ਕਿਉਂ ਨਹੀਂ ਜੋੜਦੇ ਉਹਨਾਂ ਤੇ ਤਾਂ ਪੈਪਰਾਜੀ ਦੇ ਦੇਖ ਕੇ ਤੁਸੀਂ ਖੁਸ਼ ਹੁੰਨੇ ਹੋ ਵੀ ਆ ਉਹਨਾਂ ਦੀ ਲਾਈਫ ਆ ਵੀ ਉਹ ਵਾਹ ਉਹ ਕੀ ਬਾਤ ਹੈ ਫਿਲਮ ਦੇ ਵਿੱਚ ਹੁਣ ਐਨੀਮਲ ਫਿਲਮ ਐਨੀ ਚੱਲੀ ਆ ਤੁਸੀਂ ਉਹਦੀ ਲਾਈਫ ਚ ਕਿਉਂ ਨਹੀਂ ਜੋੜਦੇ ਉਹਨੂੰ ਰਣਵੀਰ ਕਪੂਰ ਕਿਉਂ ਨਹੀਂ ਐਨੀਮਲ ਲੱਗ ਰਿਹਾ ਕਿਉਂ ਨਹੀਂ ਜਦੋਂ 에어ਪੋਰਟ ਤੋਂ ਉਤਰਦਾ ਕਿਉਂ ਨਹੀਂ ਗੋਲਾਸੀਆਂ ਕਿਰਪਾਨਾਂ ਖੜਕਦੀਆਂ ਵੀ ਜੋੜੋ ਉਹਨੂੰ ਅਸੀਂ ਆਰਟਿਸਟ ਆ ਯਾਰ ਸਾਨੂੰ ਕੱਲ ਨੂੰ ਕੁਝ ਵੀ ਸਾਡਾ ਕੰਮ ਐ ਮਤਲਬ ਪ੍ਰੋਫੈਸ਼ਨ ਐ ਮੇਰਾ ਮੈਂ ਤੁਹਾਨੂੰ ਇੱਕ ਗੱਲ ਪਹਿਲਾਂ ਕਹਿ ਕੇ ਹਟਿਆ ਪ੍ਰੋਫੈਸ਼ਨ ਜਦੋਂ ਤੱਕ ਤੁਹਾਡਾ ਇਹ ਲਾਈਵ ਆਰਟਿਸਟ ਲਾਈਵ ਸਿੰਗਰ ਐਕਟਰ ਰਾਈਟਰ ਜਦੋਂ ਤੱਕ ਤੁਹਾਡਾ ਪ੍ਰੋਫੈਸ਼ਨ ਨਹੀਂ ਬਣਦਾ ਉਦੋਂ ਤੱਕ ਤੁਹਾਡਾ ਬਿਜ਼ਨਸ ਹੋਰ ਐ ਬਟ ਮੇਰਾ ਤਾਂ ਪ੍ਰੋਫੈਸ਼ਨ ਇਹ ਐ ਨਾ ਹਾਂ ਬਿਲਕੁਲ ਮੇਰਾ ਤਾਂ ਕੰਮ ਇਹ ਐ ਮੇਰਾ ਤਾਂ ਇੱਕ ਕੰਮ ਮੈਂ ਉਹੀ ਗੱਲ ਕਹੀ ਐ ਕਿ ਇਸ ਕੰਮ ਨੂੰ ਜੋ ਮੈਨੂੰ ਇਨਕਮ ਆਉਂਦੀ ਆ ਹੁਣ ਮੇਰਾ ਪ੍ਰੋਡਿਊਸਰ ਮੈਨੂੰ ਬੋਲੂਗਾ ਮੇਰਾ ਡਾਇਰੈਕਟਰ ਮੈਨੂੰ ਬੋਲੂਗਾ ਕਿ ਵੀ ਸਿੰਘੇ ਆ ਆ ਸ਼ਾਰਟ ਚ ਤੈ ਰੋਣਾ ਆ ਜਾਂ ਹੱਸਣਾ ਆ ਉੱਚੀ ਉੱਚੀ ਮੈਨੂੰ ਕਰਨਾ ਪਾਊਗਾ ਸ਼ਾਇਦ ਮੇਰੀ ਪਿਛਲੀ ਸਿਚੁਏਸ਼ਨ ਕੁਝ ਵੀ ਹੋਵੇ ਮੇਰੀ ਫੈਮਿਲੀ ਦੀ ਹੋਵੇ ਬਟ ਉਹ ਮੇਰਾ ਕੰਮ ਹੈ ਨਾ ਫਿਰ ਤੁਹਾਡੇ ਜਦੋਂ ਤੁਸੀਂ ਕਮੈਂਟ ਕਰਦੇ ਹੋ ਫਿਰ ਜਦੋਂ ਤੁਸੀਂ ਜੌਬ ਤੇ ਜਾਂਦੇ ਹੋ ਸਵੇਰੇ ਬੈਗ ਚੱਕ ਕੇ ਟਾਈ ਲਾ ਕੇ ਕੋਟ ਪਾ ਕੇ ਫਿਰ ਤੁਸੀਂ ਜਾ ਕੇ ਸਿੱਧਾ ਬੌਸ ਦੇ ਥੱਪੜ ਮਾਰਿਆ ਕਰੋ ਨਾ ਹੂੰ ਨਹੀਂ ਮਾਰ ਸਕਦੇ ਤੁਹਾਡਾ ਕੰਮ ਹੈ ਤੁਸੀਂ ਬੈਠ ਕੇ ਆਪਣੀਆਂ 9 to 5 ਤੱਕ ਜੌਬ ਕਰਨੀ ਹੁੰਦੀ ਆ ਉਹ ਵੀ ਤਾਂ ਕੰਮ ਆ ਨਾ ਫਿਰ ਬਿਲਕੁਲ ਫਿਰ ਇਹਦਾ ਮੇਰਾ ਕੰਮ ਹੈ ਕਿਸੇ ਦੇ ਕੰਮ ਤੇ ਕਿਰਦਾਰ ਤੇ ਉਂਗਲ ਨਾ ਠਾਇਆ ਕਰੋ ਦੂਜੀ ਗੱਲ ਕਿਸੇ ਨੂੰ ਐਨਾ ਰਿਲੇਟ ਨਾ ਕਰਦਿਆ ਕਰੋ ਕਿ ਲਾਈਫ ਦੇ ਵਿੱਚ ਕਿ ਯਾਰ ਉਹਨੇ ਤਾਂ ਕੀਤਾ ਤਾਂ ਉਹ ਇਦਾਂ ਦਾ ਹੀ ਆ ਥੋੜੀ ਜੀ ਥਿੰਕਿੰਗ ਲੈਵਲ ਜਿਹਨੂੰ ਕਹਿੰਦੇ ਆ ਜਾਂ ਉਹਨੂੰ ਉਹਨੂੰ ਥੋੜਾ ਜਆ ਵੱਡਾ ਕੀਤਾ ਜਾਵੇ ਮੈਂ ਕਹਿੰਨਾ ਜਿੱਦਾਂ ਬਾਹਰ ਨੇ ਲੋਕ ਅਸੀਂ ਅਸੀਂ ਪਤਾ ਕੀ ਕੀਤਾ ਸਾਡੀ ਪੰਜਾਬੀ ਆਡੀਅנס ਜਾਂ ਮਤਲਬ ਇੰਡੀਅਨ ਅਸੀਂ ਅਸੀਂ ਬਾਲੀਆਂ ਚੀਜ਼ਾਂ ਨੂੰ ਗੇਨ ਬਹੁ ਛੇਤੀ ਕਰ ਲੰਨੇ ਆ ਅਸੀਂ ਵੈਸਟਰਨ ਕਲਚਰ ਨੂੰ ਬੜਾ ਛੇਤੀ ਗੇਨ ਕਰ ਲਿਆ ਅਸੀਂ ਕਿਹਾ ਬਈ ਅਰੇ ਯਾਰ ਕੀ ਬਾਤ ਹੈ ਡ्रेसਿੰਗ ਸਟਾਈਲ ਹਨਾ ਉਹਨੇ ਫੱਟੀ ਜੀਨ ਪਾਈ ਆ ਜੀ ਜਾਂ ਜੋ ਕੁਝ ਵੀ ਉਹ ਘੈਂਟ ਹੈ ਘੈਂਟ ਹੈ ਉਹਨੂੰ ਉਹਨੂੰ ਗੇਨ ਕਰ ਲਿਆ ਬਟ ਉਹਨਾਂ ਦੀ ਆਦਤਾਂ ਨਹੀਂ ਗੇਨ ਕੀਤੀਆਂ ਹੂੰ ਆਦਤਾਂ ਸਾਡੀਆਂ ਉਹੀ ਨੇ ਜੀ ਮਜ਼ਾਕੜਾਉਣ ਵਾਲੀਆਂ ਫਨੀ ਜੱਜ ਜਜਮੈਂਟ ਕਰਨ ਵਾਲੀਆਂ ਜੱਜਮੈਂਟ ਕਰਨ ਵਾਲੀਆਂ ਕਿਸੇ ਨੂੰ ਨੈਗੇਟਿਵ ਬੋਲਣ ਵਾਲੀਆਂ ਕਮੈਂਟ ਤੇ ਗਾਲਾਂ ਕੱਢਣ ਵਾਲੀਆਂ ਆਦਤਾਂ ਉਹੀ ਨੇ ਪਰ ਅਸੀਂ ਡਰੈਸਿੰਗ ਛੇਤੀ ਅਸੀਂ ਡਾਂਸ ਵਾਲੀਆਂ ਰੀਲਾਂ ਤਾਂ ਬਹੁਤ ਛੇਤੀ ਫੋਲੋ ਕਰ ਲੈਂਦੇ ਆ ਬਾਹਰ ਲੀਆਂ ਵੈਸਟਰਨ ਫਿਰ ਉਹਨਾਂ ਦੀ ਆਦਤਾਂ ਵੀ ਕਰੋ ਅਗਲੇ ਪੂਰਾ ਵੀਕ ਕੰਮਤੇ ਜਾਂਦੇ ਆ ਸੈਚਰਡੇ ਸੰਡੇ ਫ੍ਰੀ ਰਹਿੰਦੇ ਆ ਕੋਈ ਸਾਈਕਲਿੰਗ ਕਰਦਾ ਆ ਕੋਈ ਟਰੈਕਿੰਗ ਤੇ ਜਾਂਦਾ ਆ ਅਸੀਂ ਕੀ ਕਰਦੇ ਆ ਸਾਡਾ ਪੂਰਾ ਵੀਕ ਚਿੱਲ ਹੁੰਦਾ ਅਸੀਂ ਜਾਂ ਨੂੰ दारू ਪੀਣੀ ਹੁੰਦੀ ਆ ਸ਼ਨੀ ਐਤਵਾਰ ਨੂੰ ਅਸੀਂ ਉਹ ਦੇਖਣਾ ਹੁੰਦਾ ਉਹ ਉਹ ਤਾਂ ਕਲਚਰ ਅਡਾਪਟ ਕਰ ਲਿਆ ਸੀ ਕਿ ਸਾਡਾ ਵੀਕਐਂਡ ਵੀਕਐਂਡ ਹੈ ਪਰ ਵੀਕਐਂਡ ਚ ਉਹਨਾਂ ਦੀਆਂ ਚੀਜ਼ਾਂ ਵੀ ਅਡਾਪਟ ਕਰੋ ਨਾ ਉਹ ਵੀਕੈਂਡ 'ਚ ਆਪਣੀ ਫੈਮਿਲੀ ਨਾਲ ਜਾਂਦੇ ਆ ਜਾਂ ਅ ਅਗਲੇ ਇਕੱਠੇ ਯਾਰ ਦੋਸਤੋਂ ਕੇ ਟਰੈਕਿੰਗ ਕਰਨ ਚਲੇ ਜਾਂਦੇ ਆ ਅਗਲੇ ਰੀਸਿੰਗ ਕਰਦੇ ਆ ਮਤਲਬ ਕਿੰਨੀਆਂ ਚੀਜ਼ਾਂ ਨੇ ਯਾਰ ਬਾਹਰ ਬਹੁਤ ਚੀਜ਼ਾਂ ਨੇ ਸਾਰੀਆਂ ਸਿੱਖੋ ਨਾ ਫਿਰ ਸਾਰੀਆਂ ਚੀਜ਼ਾਂ ਅਡਾਪਟ ਕਰੋ ਕੋਈ ਕੁਕਿੰਗ ਕਰਦਾ ਹੈ ਕੋਈ ਵਧੀਆ ਚੀਜ਼ਾਂ ਸਿੱਖਦਾ ਹੈ ਮਤਲਬ ਅਸੀਂ ਅਸੀਂ ਦਿਖਾਵਾ ਉਹਨਾਂ ਦਾ ਅਡਾਪਟ ਕੀਤਾ ਹੂੰ ਸੌਖਾ ਕੰਮ ਅਡਾਪਟ ਕਰ ਲੈਣਾ ਕੱਪੜੇ ਪਾਣੇ ਬਸ ਆਦਤਾਂ ਜਿਹੜੀਆਂ ਅਸਲੀ ਅਡਾਪਟ ਕਰਨ ਵਾਲੀਆਂ ਕਿ ਆਪਣੇ ਕੰਮ ਨਾਲ ਕੰਮ ਰੱਖੋ ਆਪਣੇ ਬਾਰੇ ਆਪਣੇ ਸੋਚੋ ਉਹ ਔਖੀਆਂ ਆਦਤਾਂ ਨਾ ਬਈ ਇਹ ਔਖੀ ਆਦਤਾਂ ਲੈਣੀ ਨਹੀਂ ਲੈਣੀ ਨਹੀਂ ਸਾਡੇ ਅਸੀਂ ਕਹਿੰਦੇ ਆ ਕਿ ਮੈਂ ਹੁਣ ਲਾ ਲਓ ਆਇਨਸਟਾਈਨ ਦੀ ਗੱਲ ਕਰਦਾ ਮੈਂ ਉਹਨੇ ਖੋਜ ਕੀਤੀ ਉਹ ਆਪਣੀ ਲਾਈਫ ਦੇ ਵਿੱਚ ਬਹੁਤ ਮਤਲਬ ਸਟruggਲ ਸੀਗੀ ਮਤਲਬ ਕਿਸੇ ਚੀਜ਼ ਨੂੰ ਖੋਜ ਕਰਨਾ ਬਹੁਤ ਵੱਡੀ ਗੱਲ ਹੁੰਦੀ ਹੈ ਹਾਂ ਬਿਲਕੁਲ ਬਈ ਬਿਲਕੁਲ ਕਿਉਂ ਕੀਤੀ ਕਿਉਂਕਿ ਉਹਨਾਂ ਦੀ ਜਿਹੜੀ ਲਾਈਫ ਹੈ ਇੱਕ ਕੰਮ ਵੀ ਕਰਨਾ ਨਾਲ ਯਾਰ ਕੁਝ ਨਾ ਕੁਝ ਇਦਾਂ ਦਾ ਇਨਵੈਂਟ ਕਰਨਾ ਜਿਹੜੀ ਦੁਨੀਆ ਯਾਦ ਰੱਖੇ ਕ੍ਰੀਏਟੀਵਿਟੀ ਕ੍ਰੀਏਟੀਵਿਟੀ ਪਰ ਸਾਡੇ ਪਤਾ ਕੀ ਇੱਥੇ ਅਸੀਂ ਉਹ ਚੀਜ਼ਾਂ ਅਡਾਪਟ ਕਰ ਲਈਆਂ ਵੀਕੈਂਡ ਤੇ ਪਾਰਟੀ ਕਰਨੀ ਆ ਜੀ ਹੋ ਗਿਆ ਅਸੀਂ ਇੱਥੇ ਘੁੰਮਣਾ ਜੀ ਉਹ ਕਰਨਾ ਅ ਮੇਰੇ ਖਿਆਲ ਚ ਵਨ ਨਾਈਟ ਸਟੈਂਡ ਹੋ ਗਿਆ ਤੇ ਇੱਕ ਹੋਰ ਪਤਾ ਨਹੀਂ ਹੋਕਅਪ ਫਿਕ ਫਲਿੰਗ ਹੁੰਦੇ ਜੋ ਵੀ ਮੈਨੂੰ ਨਹੀਂ ਪਤਾ ਮੈਨੂੰ ਵੀ ਨਹੀਂ ਪਤਾ ਮੈਨੂੰ ਵੀ ਹੁਣੇ ਪਤਾ ਲੱਗੇ ਨੇ ਸਾਰੀਆਂ ਮਤਲਬ ਇਹ ਚੀਜ਼ਾਂ ਅਸੀਂ ਬਹੁਤ ਛੇਤੀ ਐਡਾਪਟ ਕਰ ਲਈਆਂ ਯਾਰ ਉਹਨਾਂ ਦੇ ਲੈਵਲ ਤੇ ਜਾਓ ਪਹਿਲਾਂ ਲਿਵਿੰਗ ਰਿਲੇਸ਼ਨਸ਼ਿਪ ਜਿੱਦਾਂ ਉਧਰ ਚੱਲਿਆ ਕਿ ਪਿਆ ਤੂੰ ਪਹਿਲਾਂ ਨਾਲ ਰਹਿ ਕੇ ਦੇਖਣਾ ਕਿ ਅਸੀਂ ਇਕੱਠੇ ਕੱਟ ਸਕਦੇ ਹਾਂ ਕਿ ਜ਼ਿੰਦਗੀ ਨਹੀਂ ਪਤਾ ਤਾਂ ਉਧਰ ਚੱਲਿਆ ਹਾਂ ਪਤਾ ਨਹੀਂ ਚੱਲੋ ਤੇ ਮਤਲਬ ਮੇਰੇ ਕਹਿਣ ਦਾ ਕਿ ਮਤਲਬ ਉਹਨਾਂ ਦੀਆਂ ਇਹ ਚੀਜ਼ਾਂ ਅਡਾਪਟ ਕਰਨ ਤੋਂ ਪਹਿਲਾਂ ਉਹਨਾਂ ਦੀਆਂ ਚੰਗੀਆਂ ਚੀਜ਼ਾਂ ਅਡਾਪਟ ਕਰ ਲਓ ਯਾਰ ਇਕੱਠੇ ਹੋ ਕੇ ਕੁਕਿੰਗ ਕਰੋ ਬਾਹਰ ਟੂਰ ਤੇ ਜਾਓ ਟਰੈਕਿੰਗ ਕਰੋ ਕਲਾਈਮਬਿੰਗ ਕਰੋ ਬਹੁਤ ਚੀਜ਼ਾਂ ਨੇ ਸਾਨੂੰ ਨੂੰ ਪਸੰਦ ਆ ਬਈ ਫ੍ਰੀ ਟਾਈਮ ਕਰਨਾ ਤੁਸੀਂ ਕਰਦੇ ਹੋ ਸ਼ੈਟਰਡੇ ਸੰਡੇ ਮੈਨੂੰ ਹੌਰਸ ਰਾਈਡਿੰਗ ਪਸੰਦ ਆ ਤੇ ਸਵਾਰਡ ਪਲੇਇੰਗ ਕਰ ਲੈਣਾ ਮੈਂ ਐਂਡ ਸੈਚਰਡੇ ਸੰਡੇ ਮੈਨੂੰ ਚਿੱਲ ਜਾਂ ਮਾਰਨਾ ਪਸੰਦ ਆ ਮੂਵੀ ਮਾਵੀ ਦੇਖਣੀ ਘਰੇ ਰਹਿਣਾ ਕਿਉਂਕਿ ਸਾਰਾ ਘੁੰਮਣ ਫਿਰਨ ਹੋ ਜਾਂਦਾ ਮਤਲਬ ਸਾਰਾ ਵੀਕਡੇ ਪੂਰੀ ਮੀਟਿੰਗਸ ਐਂਡ ਸਾਰੀਆਂ ਚੀਜ਼ਾਂ ਬਈ ਤੁਸੀਂ ਨਸ਼ੇ ਪੱਤੇ ਤੋਂ ਸ਼ੁਰਤੋਂ ਹੀ ਦੂਰ ਹੋਗੇ ਵੇ ਛੱਡਿਆ ਕਿਤੇ ਸ਼ੁਰੂ ਕੀਤਾ ਇਸ ਜ਼ਿੰਦਗੀ ਚ ਕਦੀ ਡਰਿੰਕ ਨਹੀਂ ਕਰਦੇ ਤੁਸੀਂ ਨਹੀਂ ਨਸ਼ੇ ਪੱਤੇ ਦਾ ਇਦਾਂ ਹੈ ਮੇਰਾ ਵੀਰ ਮੇਰੇ ਨਾਲ ਬਹੁਤ ਬੰਦੇ ਰਹੇ ਨੇ ਹਰ ਚੀਜ਼ ਕੀਤੀ ਆ ਉਹਨਾਂ ਨੇ ਮਤਲਬ ਨਾਲ ਨਹੀਂ ਰਹਿੰਦਾ ਸੈਂਸ ਕਿ ਮਤਲਬ ਨਾਲ ਹੀ ਰਹੇ ਉੱਥੇ ਬੈਠੇ ਮਤਲਬ ਉੱਥੇ ਬੈਠੇ ਸਰਕਲ ਦੇਖਿਆ ਮੈਂ ਇਸ ਕਾਲਜ ਟਾਈਮ ਤੋਂ ਹੀ ਮੈਨੂੰ ਪਤਾ ਹੈ ਕਾਲਜ ਟਾਈਮ ਤੋਂ ਹੀ ਮਤਲਬ ਬਟ ਮੈਂ ਸ਼ਾਇਦ ਆਪਣੇ ਆਪ ਨੂੰ ਐਨਾ ਵਾਹਿਗੁਰੂ ਨੂੰ ਐਨਾ ਕਹਿਣਾ ਕਿ ਵਾਹਿਗੁਰੂ ਥੈਂਕ ਯੂ ਤੇਰਾ ਪਤਾ ਨਹੀਂ ਕਿਦਾਂ ਕੀ ਹੈ ਸ਼ਾਇਦ ਜਿੰਨਾ ਕੁਝ ਹੁਣ ਮੈਂ ਜੋੜਿਆ ਹੈ ਉਜਾਰ ਲੈਂਦਾ ਹੂੰ ਮੈਂ ਸ਼ੁਰੂ ਤੋਂ ਹੀ ਦੂਰੋਂ ਭਾਈ ਚੀਜ਼ਾਂ ਮੈਨੂੰ ਵਾਹਿਗੁਰੂ ਨੇ ਮੈਂ ਨਹੀਂ ਦੂਰ ਹੈਗਾ ਐਕਚੁਅਲੀ ਤੂੰ ਰੱਖਿਆ ਉਹ ਬਾਹੇ ਗੁਰੂ ਨੇ ਪਤਾ ਨਹੀਂ ਸਿਰ ਤੇ ਕਿਦਾਂ ਹੱਥ ਰੱਖਿਆ ਮੇਰੇ ਤੇ ਕਿ ਲੋਗੇ ਇੱਕ ਚੀਜ਼ ਇੱਕ ਗਾਣਾ ਚੱਲਦਾ ਉਸ ਤੋਂ ਬਾਅਦ ਚੋਂ ਪਤਾ ਹੀ ਹਾਲਤਾਂ ਜੀ 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 ਕੋਈ ਚੱਟਾ ਦੱਸੋ ਭਾਈ ਮੈਨੂੰ ਤਾਂ ਸਭ ਕੁਝ ਪਤਾ ਹੈ ਮੈਨੂੰ ਤਾਂ ਇੰਨਾ ਕੁ ਪਤਾ ਕਿ ਸਾਨੂੰ ਪੌਡਕਾਸਟ ਕਰਨ ਦੀ ਲੋੜ ਨਾ ਪੈਂਦੀ ਪਰ ਆਪਾਂ ਪੌਡਕਾਸਟ ਕਰ ਰਹੇ ਹਾਂ ਆਡੀਅנס ਨੂੰ ਕੁਝ ਤੁਹਾਡੇ ਪੌਡਕਾਸਟ ਚੋਂ ਐਕਸਪੀਰੀਅੰਸ ਮਿਲੇ ਤੁਹਾਡੀ ਲਾਈਫ ਦਾ ਕਿ ਜਿਹੜੀਆਂ ਚੀਜ਼ਾਂ ਤੁਸੀਂ ਹੰਡਾਈਆਂ ਨੇ ਉਹਨਾਂ ਨੂੰ ਕੁਝ ਸਿੱਖਣ ਨੂੰ ਮਿਲੇ ਸਪੋਰਟ ਕਰਦੇ ਆਂ ਨਹੀਂ ਹੰਡਾਈਆਂ ਤਾਂ ਐਨੀ ਮੈਂ ਦੇਖੀਆਂ ਜਰੂਰ ਨੇ ਹੰਡੀਆਂ ਜਿਹੜੀਆਂ ਸ਼ੇਅਰ ਕਰਨ ਵਾਲੀਆਂ ਵੀ ਹੈ ਨਹੀਂ ਤੁਸੀਂ ਉਹ ਵੀ ਹੰਡਾਈਆਂ ਨੇ ਨਹੀਂ ਨਹੀਂ ਹੰਡਾਈਆਂ ਨਹੀਂ ਹੈਗੀਆਂ ਮੈਂ ਹੰਡੀਆਂ ਜਰੂਰ ਦੇਖੀਆਂ ਨੇ ਤੇ ਬਟ ਠੀਕ ਹੈ ਵਾਹਿਗੁਰੂ ਨੇ ਵਧੀਆ ਰੱਖਿਆ ਸਾਨੂੰ ਤੇ ਜਿੰਨਾ ਕ ਜੋਗਾ ਕਰਦੇ ਆ ਮੇਰੇ ਖਿਆਲ ਚ ਮੈਂ ਤਾਂ ਹੀ ਆਪਣੀ ਬਾਡੀ ਤੇ ਕਨਸੈਂਟਰੇਟ ਕੀਤਾ ਤੇ ਆਪਣੀ ਆਪਣੀ ਆਪਣੇ ਆਪ ਨੂੰ ਪਹਿਚਾਣਿਆ ਕਿ ਪ੍ਰავਾ ਸਿੰਘਏ ਤੂੰ ਪਹਿਲਾਂ ਆਪਣੇ ਆਪ ਨੂੰ ਦੇਖ ਬਾਕੀ ਦੁਨੀਆ ਛੱਡ ਕਿਸੇ ਚੋ ਕਮੀਆਂ ਕੱਢਣੀਆਂ ਛੱਡ ਕੇ ਪਹਿਲਾਂ ਆਪਣੇ ਚੋ ਕਮੀਆਂ ਕੱਢ ਤੂੰ ਫਿਰ ਮੈਂ ਆਪਣੀ ਥੋੜੀ ਜੀ ਐਥਲੈਟਿਕ ਬਾਡੀ ਮਾਈਂਡ ਸੈਟ ਕਿੰਨੀ ਦੇਰ ਚ ਬਣੀ ਬਈ ਬਾਡੀ ਤੁਸੀਂ ਮੈਂ ਦੇਖਿਆ ਇੰਸਟਾਗ੍ਰam ਤੇ ਤੁਸੀਂ ਕਾ ਪਾਇਆ ਪੂਰਾ ਇਹ ਤਾਂ ਮੈਂ ਵੀਰੇ ਪੂਰਾ ਜਦੋਂ ਲੋਕ ਸਿਆਲਾਂ ਦੇ ਵਿੱਚ ਸਿਆਲਾਂ ਚ ਕਹਿੰਦਾ ਸੌਰੀ ਜਦੋਂ ਗਰਮੀਆਂ ਦੇ ਵਿੱਚ ਜੂਨ ਜੁਲਾਈ ਚ ਲੋਕ ਏਸੀ ਲਾ ਕੇ ਬਹਿੰਦੇ ਹੁੰਦੇ ਸੀ ਮੈਂ ਧੁੱਪੇ ਵੀਰੇ ਜਿੰਮ ਦੇ ਬਾਹਰ ਐਕਸਰਸਾਈਜ਼ ਲਾਉਂਦਾ ਹੁੰਦਾ ਸੀ ਹਾਂ ਕਿੰਨੀ ਦੇਰ ਦਾ ਮਿਹਨਤ ਦਾ ਵੀਰੇ ਤੁਸੀਂ ਕਿੰਨੀ ਦੇਰ ਚ ਪਰਫੈਕਟ ਬੋਡੀ ਬਣਾ ਲਈ ਮੇਰੇ ਮੈਂ 5-6 ਮਹੀਨਿਆਂ ਦੇ ਵਿੱਚ ਤਿਆਰ ਕੀਤਾ ਸੀ ਕੋਈ ਸਟੀਰੋਇਡ ਬੋਡੀ ਨੂੰ ਨਹੀਂ 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 ਮੇਰੇ ਤੁਸੀਂ ਕਦੇ ਜਦੋਂ ਸੁਖਣਾ ਤੁਹਾਡੀ ਵੀ ਬੋਡੀ ਘੈਂਟ ਆ ਤੇ ਮੈਂ ਸਮਾਂ ਕਿ ਆਪਣੇ ਨਾਲ ਇਹਨਾਂ ਨੂੰ ਕਰਦਾ ਹੁੰਦਾ ਮੈਂ ਕਿਹਾ ਤੁਸੀਂ ਇੱਕ ਵਾਰੀ ਡਾਈਟ ਤੇ ਆਓ ਮੇਰੇ ਨਾਲ ਮੈਂ ਕਿਹਾ ਤੁਹਾਨੂੰ ਮੈਂ ਦੱਸਦਾ ਕਿੱਦਾਂ ਕਿਉਂਕਿ ਇੱਕ ਇੱਕ ਜਿਹੜਾ ਫੋਨ ਹੈ ਨਾ ਇਹ ਬਹੁਤ ਵੱਡੀ ਚੀਜ਼ ਹੈ ਹੂੰ ਇਹਨੂੰ ਤੁਸੀਂ ਚੰਗੇ ਥਾਂ ਵੀ ਯੂਜ਼ ਕਰ ਸਕਦੇ ਹੋ ਇਹਨੂੰ ਮਾੜੇ ਥਾਂ ਵੀ ਯੂਜ਼ ਕਰ ਸਕਦੇ ਹੋ ਹੂੰ ਇਹ ਬਸ ਫੋਨ ਦਾ ਕਮਾਲ ਹੈ ਮੇਰੇ ਕੋਲ ਐਪਸ ਨੇ ਉਹਦੀਆਂ ਬੋਡੀ ਬਿਲਡਿੰਗ ਰਿਕਾਰਡਿੰਗ ਜਿਹੜੀ ਮਤਲਬ ਪੂਰਾ ਮਸਲ ਜਾਂ ਐਕਸਰਸਾਈਜ਼ ਰਿਕਾਰਡਿੰਗ ਹੈ ਨਾ ਐਪਸ ਕਿੱਦਾਂ ਕੱਢਣੇ ਆ ਜਾਂ ਬੋਡੀ ਦਾ ਕਿਹੜਾ ਮਸਲ ਕਿੱਦਾਂ ਲਾਉਣਾ ਹੈ ਇਸ ਨੂੰ ਇਸ ਚੀਜ਼ ਚ ਮੈਂ ਯੂਜ਼ ਕੀਤਾ ਇਹਦਾ ਮਤਲਬ ਮੇਰਾ ਪਰਸਨਲ ਟ੍ਰੇਨਰ ਨਹੀਂ ਆ ਕੋਈ ਇਹ ਇਹ ਅਮੇਜ਼ਿੰਗ ਅਮੇਜ਼ਿੰਗ ਚੀਜ਼ ਹੈ ਕਿ ਤੁਹਾਡਾ ਪਰਸਨਲ ਟ੍ਰੇਨਰ ਹੈ ਨਹੀਂ ਤੁਸੀਂ ਫਿਰ ਵੀ ਇੰਨੀ ਸੋਹਣੀ ਬੋਡੀ ਬਣਾ ਲਈ ਮੈਂ ਉਹ ਵੀਰੇ ਤੁਸੀਂ ਤਾਂ ਫਿਰ ਵੀ ਕਹਿੰਦੇ ਹੋ ਲੋਕ ਤਾਂ ਮੈਨੂੰ ਇਹ ਕਹੀ ਜਾਂਦੇ ਟੀਕੇ ਲਾਉਂਦਾ ਪਤਾ ਨਹੀਂ ਕੀ ਕੀ ਕਹੀ ਜਾਂਦੇ ਨੇ ਆ ਹੁਣੇ ਹੁੰਦਾ ਸੀ ਹੁਣੇ ਹੁਣੇ ਦੱਸਦਾ ਮੈਂ ਹੁਣੇ ਹੀ ਏ ਲੈ ਗੱਡੀ ਚਾਉਂਦੇ ਪਏ ਸੀ ਆਪਾਂ ਤਾਂ ਭਰਾਵਾ ਮੇਰੇ ਨਾਲ ਵੀਰਾ ਬੈਠਾ ਸੀ ਵੀ ਵੀਰਾ ਕਹਿੰਦਾ ਕਹਿੰਦਾ ਯਾਰ ਮੈਨੂੰ ਬੜਾ ਗੁੱਸਾ ਆਇਆ ਮੈਂ ਕਿਹਾ ਹੋ ਗਿਆ ਤੈਨੂੰ ਇਕੱਲੇ ਨੂੰ ਗੁਸਾਈ ਜਾਂਦਾ ਮੈਨੂੰ ਵੀ ਦੱਸ ਦੇ ਮੈਨੂੰ ਵੀ ਆ ਜਵੇ ਤੇ ਕਹਿੰਦਾ ਯਾਰ ਇੱਦਾਂ ਤਾਂ ਗੱਲ ਸੀ ਕੋਈ ਹੋਮਲੈਂਡ ਦੇ ਇਦਾਂ ਪਿੱਛੇ ਬੰਦਾ ਸੀ ਕਹਿੰਦਾ ਸਿੰਘਾ ਕਹਿੰਦਾ ਉਹ ਤਾਂ ਕਹਿੰਦਾ ਸਾਡੇ ਨਾਲ ਟੀਕੇ ਲੋਂਦਾ ਰਿਹਾ ਸੀ ਸਾਡੇ ਨਾਲ ਸਾਡੇ ਨਾਲ ਤੇ ਮੈਗਾ ਅੱਛਾ ਮੈਂ ਗਲਤ ਆ ਹੈ ਗੁੱਸੇ ਕਰਨ ਵਾਲੀ ਪਰ ਇਤਿਹਾਸਾ ਮੈਨੂੰ ਜ਼ਿਆਦਾ ਆ ਰਿਹਾ ਤੇ ਮੈਂ ਕਿਹਾ ਛੱਡ ਐਨੀ ਟੈਨਸ਼ਨ ਲਈ ਦੀ ਮੈਂ ਕਿਹਾ ਹੋਰ ਚਿੰਗਾ ਪਤਾ ਨਹੀਂ ਲੋਕਾਂ ਨੇ ਨਾਲ ਕੀ ਕੀ ਕਰਦਾ ਰਿਹਾ ਮੈਂ ਕਿਹਾ ਤੈਨੂੰ ਪਤਾ ਹੀ ਨਹੀਂ ਨਹੀਂ ਸਰ ਬਹੁਤ ਦੁਨੀਆ ਜਿਹੜੇ ਕਿਸੇ ਨੇ ਲੋਕ ਮਿਲੇ ਵੀ ਨਹੀਂ ਜੱਜ ਪਤਾ ਨਹੀਂ ਕਿੱਦਾਂ ਕਰ ਲੈਂਦੇ ਨੇ ਲੋਕ ਜਿਹੜੇ ਜਾਣਦੇ ਵੀ ਨਹੀਂ ਸ਼ਾਇਦ ਉਹਨਾਂ ਨੂੰ ਪਤਾ ਵੀ ਨਹੀਂ ਹੋਣਾ ਮੇਰੀ ਹਾਈਟ ਕਿੰਨੀ ਆ ਮੈਂ ਬੈਠਦਾ ਕਿੱਦਾਂ ਮੈਂ ਖੜਦਾ ਕਿੱਦਾਂ ਜਾਂ ਮੈਂ ਹੱਥ ਕਿੱਦਾਂ ਮળોਣਾ ਉਹ ਲੋਕ ਵੀ ਮੈਨੂੰ ਜੱਜ ਕਰ ਲੈਣਗੇ ਉਹ ਦੂ ਤੀਜੇ ਬੰਦੇ ਕੋ ਫੁਕਰੀ ਮਾਰਨੀ ਆ ਜਾਂਦਾ ਕੀ ਆ ਜਾਂਦਾ ਥੋੜੀ ਕੁਛ ਮੂੰਹ ਚ ਬੋਲਣਾ ਹੀ ਆ ਮੈਂ ਵੀ ਕ ਮੈਂ ਜੇ ਮੈਂ ਇਹਨਾਂ ਚੀਜ਼ਾਂ 'ਚ ਵੜ ਗਿਆ ਮੈਂ ਆਪਣਾ ਮੰਜ਼ਲ ਜਾਣਾ ਬਹੁਤ ਘੈਂਟ ਆ ਮੇਰਾ ਤਾਂ ਮੰਜ਼ਲੇ ਬਹੁਤ ਘੈਂਟ ਆ ਸਵਾਦ ਆਊਗਾ ਬਾਈ ਜਿਵੇਂ ਤੁਸੀਂ ਆਪਣੇ ਸਰੀਰ ਨੂੰ ਬਣਾਉਣ ਲਈ ਖਰਾਕ ਖਾ ਕੇ ਸਰੀਰ ਬਣਾਇਆ ਦਿਮਾਗ ਦੀ ਖਰਾਕ ਲਈ ਕੀ ਸੁਣਦੇ ਹੋ ਕੀ ਖਾਂਦੇ ਹੋ ਦਿਮਾਗ ਲਈ ਕੀ ਖਾਂਦੇ ਹੋ ਆਪਣੇ ਆਪ ਨੂੰ ਅ ਦਿਮਾਗ ਲਈ ਐਕਚੁਅਲੀ ਮੈਂ ਸਹੀ ਗੱਲ ਦੱਸਾਂ ਦਿਮਾਗ ਤਾਂ ਮੇਰਾ ਬਹੁਤ ਖਰਾਬ ਹੋ ਗਿਆ ਹੁਣ ਤਾਂ ਮੈਨੂੰ ਮੈਂ ਤੁਹਾਨੂੰ ਕਹਿਣਾ ਸੀ ਮੇਰਾ ਵੀ ਕੋਈ ਅੱਦਾ ਦੀ ਦਿਓ ਨੋਸਕਾ ਜੀ ਨਾ ਮੇਰਾ ਦਿਮਾਗ ਸੈੱਟ ਰਹੇ ਕਿਉਂਕਿ ਜਿਹੜੀ ਗੱਲ ਮੈਂ ਤੁਹਾਨੂੰ ਕਿਹਾ ਕਿ ਯਾਰ ਮੈਨੂੰ ਐ ਲੱਗਦਾ ਮੈਂ ਥੋੜਾ ਜਿਹਾ ਸ਼ਾਂਤ ਹੋਵਾਂ ਤੇ ਥੋੜਾ ਜਿਹਾ ਪੀਸ ਮਾਈਂਡ ਜਿਹਾ ਹੋਵਾਂ ਥੋੜਾ ਜਿਹਾ ਆਪਣੇ ਆਪ ਨੂੰ ਟਾਈਮ ਦਵਾਂ ਸੋ ਮੇਰਾ ਇਹੀ ਹੈ ਕਿ ਮੈਂ ਥੋੜਾ ਜਿਹਾ ਹੁਣ ਆਪਣੇ ਆਪ ਤੇ ਕੰਮ ਕਰਾਂ ਹੱਲੇ ਤਾਂ ਦਿਮਾਗ ਬਹੁਤ ਖਰਾਬਾ ਮੇਰਾ ਭਰਾ ਦਿਮਾਗ ਦਾ ਨਾ ਪੁੱਛ ਲੈ ਅਜੇ ਕੁਛ ਨਹੀਂ ਹੱਲੇ ਤਾਂ ਅ ਹੱਲੇ ਤਾਂ ਸੱਚੀ ਦੱਸ ਕੀ ਚੱਲ ਰਿਹਾ ਬਈ ਦਿਮਾਗ ਚ ਦੱਸੋ ਅਸੀਂ ਫੇਸ ਤੋਂ ਮੈਂ ਰੀਡ ਕਰ ਪਾ ਰਿਹਾ ਪਰ ਫਿਰ ਵੀ ਦੱਸੋ ਦਿਮਾਗ ਕੀ ਚੱਲ ਰਿਹਾ ਯਾਰ ਦਿਮਾਗ ਦੇ ਵਿੱਚ ਇਹ ਚੱਲਦਾ ਪਿਆ ਮੇਰੇ ਵੀਰੇ ਕਿ ਇੱਕ ਆਰਟਿਸਟ ਦੀ ਲਾਈਫ ਨਾ ਜਿਹੜੀ ਤੁਹਾਨੂੰ ਦੇਖਣ ਨੂੰ ਲੱਗਦੀ ਆ ਦੂਰੋਂ ਕਿ ਯਾਰ ਜਿੱਦਾਂ ਮੈਂ ਸ਼ਾਇਦ ਕਹਿ ਦਵਾਂ ਕਿ ਯਾਰ ਹਾਲੀਵੁੱਡ ਜਾਂ ਬਾਲੀਵੁੱਡ ਦਾ ਸਟਾਰ ਹੈ ਹੁਣ ਮੈਂ ਉਹਨਾਂ ਦੀ ਲਾਈਫ ਨੂੰ ਜੱਜ ਕਰ ਸਕਦਾ ਹੂੰ ਹੁਣ ਹਾਂ ਮੈਂ ਕਰ ਸਕਦਾ ਹਾਂ ਜਿਹੜੀ ਰੇਸ ਤੇ ਆਇਆ ਹਾਂ ਹਾਂ ਮੈਨੂੰ ਪਰਸਨਲੀ ਹੁਣ ਪਤਾ ਹੈ ਉਹ ਉਹ ਯਾਰ ਕਿਸੇ ਨੇ ਕੀ ਕਹਤਾ ਆਹ ਕਹਤਾ ਜੀ ਤੇ ਯਾਰ ਮੈਨੂੰ ਇਹ ਨਹੀਂ ਸਮਝ ਆਉਂਦੀ ਇਹ ਗੱਲਾਂ ਬਣਾ ਕਿੱਦਾਂ ਲੈਂਦੇ ਨੇ ਲੋਕ ਫਿਰ ਮੈਨੂੰ ਸਾਲਾ ਸਮਝ ਆਉਂਦੀ ਕਿ ਜੇ ਦੇਖ ਜੇ ਸਿੰਗੇ ਜੇ ਤੈਨੂੰ 2-4 ਕਰੋੜ ਬੰਦਾ ਜਾਣਦਾ ਹੈ ਜੇ ਮੈਨੂੰ ਜਾਣਦਾ ਹੈ ਮੇਰਾ ਇੱਕ ਦਿਮਾਗ ਹੈ ਉਹਨਾਂ ਦੇ ਇੰਨੇ ਦਿਮਾਗ ਨੇ ਉਹ ਤਾਂ ਕੋਈ ਕੁਝ ਵੀ ਬਣਾ ਸਕਦਾ ਮੇਰਾ ਵੀਰ ਹੁਣ ਅਨਮੋਲ ਵੀਰੇ ਤੁਹਾਨੂੰ ਇੰਨੀ ਦੁਨੀਆ ਜਾਣਦੀ ਆ ਹੁਣ ਤੁਸੀਂ ਤਾਂ ਇੱਥੇ ਬੈਠੇ ਬੈਠੇ ਸਿੰਗੇ ਨਾਲ ਪੋਡਕਾਸਟ ਕਰ ਰਹੇ ਹੋ ਨਾ ਹੁਣ ਬਾਕੀ ਦੁਨੀਆ ਦਾ ਹੁਣ ਅਨਮੋਲ ਵੀਰੇ ਠੇਕਾ ਥੋੜੀ ਲਿਆ ਹੈ ਕਿ ਕੌਣ ਕੀ ਸੋਚ ਰਿਹਾ ਹੈ ਮੇਰੇ ਬਾਰੇ ਜੀ ਬਿਲਕੁਲ ਹੈ ਕਿ ਨਹੀਂ ਹੁਣ ਇਹੋ ਚੀਜ਼ ਤੇ ਮੈਂ ਕਿਹਾ ਮੈਂ ਕਿਉਂ ਗੌਰ ਕਰਾਂ ਜੇ ਕੋਈ ਮੇਰੇ ਬਾਰੇ ਮਾੜਾ ਬੋਲਦਾ ਬੋਲੀ ਜਾਓ ਮੈਂ ਹੈਗਾ ਮਾੜਾ ਮੈਂ ਕੀ ਲੈਣਾ ਤੁਹਾਡੇ ਤੋਂ ਮੈਂ ਤੁਹਾਡੇ ਲਈ ਨਹੀਂ ਲਾਈਫ ਜੀ ਰਿਹਾ ਮੈਂ ਆਪਣੇ ਮਾਪਿਆਂ ਲਈ ਲਾਈਫ ਜੀ ਰਿਹਾ ਆ ਮੈਂ ਆਪਣੇ ਲਈ ਲਾਈਫ ਜੀ ਰਿਹਾ ਮੈਂ ਕਿਸੇ ਤੋਂ ਕੀ ਲੈਣਾ ਯਾਰ ਚਾਹੇ ਤੁਸੀਂ ਜਿਹਨੂੰ ਮਰਜ਼ੀ ਬੋਲੀ ਜਾਓ ਆਹ ਕਰਦਾ ਵੀ ਜ਼ਿੰਗਾ ਉਹ ਕਰਦਾ ਭਰਾਵਾ ਜਿੱਦਣ ਲੋਕਾਂ ਨੂੰ ਮੇਰੇ ਜਿੱਦਣ ਕਿਉਂਕਿ ਲੋਕਾਂ ਕੋ ਪ੍ਰੂਫ ਨਹੀਂ ਹੁੰਦਾ ਲੋਕਾਂ ਕੋ ਨਹੀਂ ਆ ਗੱਲਾਂ ਹੂੰ ਇਹ ਜ਼ੁਬਾਨ ਆ ਜਿੱਦਦਰ ਨੂੰ ਮਾਜੀ ਫਸਲਾ ਦਿਓ ਇਹ ਤੁਹਾਨੂੰ ਬਹੁਤ ਵੱਡਾ ਕਰ ਵੀ ਸਕਦੀ ਆ ਇਹ ਕਿਤੇ ਨਾ ਕਿਤੇ ਤੁਹਾਨੂੰ ਥੱਲੇ ਵੀ ਸੇਟ ਸਕਦੀ ਆ ਪਰ ਲੋਕ ਜਿਹੜਾ ਬੰਦਾ ਹਾਈ ਨਹੀਂ ਕੁਝ ਬਣਿਆ ਉਹਦਾ ਜ਼ੁਬਾਨ ਦਾ ਕੀ ਤਾਲ ਮੇਲਾ ਕੇ ਬਈ ਉਹ ਬਣ ਜਾਊਗਾ ਉਹਨੇ ਤਾਂ ਜੇ ਚਾਰ ਬੰਦਿਆਂ 'ਚ ਫੁਕਰੀ ਮਾਰਨੀ ਆ ਉਹ ਤਾਂ ਮਾਰੀ ਜਾਣੀ ਆ ਕਿਉਂਕਿ ਉਹਨੂੰ ਜਾਣਦੇ ਹੀ ਚਾਰ ਬੰਦੇ ਨੇ ਜਿਹਨੂੰ ਲੋਕ ਹੀ ਇੰਨਾ ਪਿਆਰ ਕਰਦੇ ਨੇ ਹੁਣ ਮੋਰ ਵੀ ਦੇ ਤੁਹਾਨੂੰ ਇੰਨੇ ਲੋਕ ਪਿਆਰ ਕਰਦੇ ਨੇ ਹੁਣ ਤੁਹਾਡਾ ਸਰਕਲ ਵੱਡਾ ਹੈ ਤੁਸੀਂ ਕੀ ਲੈਣਾ ਕਿਸੇ ਤੋਂ ਤੁਸੀਂ ਕੀ ਕੀ ਕਰਨਾ ਕਿਸੇ ਦੀ ਗੱਲ ਸੁਣ ਕੇ ਜੇ ਜੇ ਕਿਸੇ ਨੇ ਕਾਇ ਵੀ ਦੱਸਤਾ ਯਾਰ ਕੀ ਲੈਣਾ ਕੋਈ ਗੱਲ ਨਹੀਂ ਹੁਣ ਨਜ਼ਾਰੇ ਲੈ ਕੇ ਕਹਤਾ ਵਧੀਆ ਚ ਤੇਰੇ ਦਿਮਾਗ ਚ ਤਾਂ ਹੈ ਇੰਜੋਏ ਕਰ ਬਸ ਉਹ 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 ਵਾਲਾ ਦਿਮਾਗ ਹੁਣ ਮੇਰਾ ਹੋਇਆ ਪਿਆ ਥੋੜਾ ਜਿਹਾ ਖਰਾਬ ਖਰਾਬ ਠੀਕ ਹੈ ਹਾਂ ਖਰਾਬ ਲਿਆ ਹੋਇਆ ਪਿਆ ਤੇ ਇਹਨੂੰ ਸੈੱਟ ਕਰਨ ਲਈ ਕੀ ਕਰ ਰਹੇ ਹੋ ਬਾਈ ਫਿਰ ਹੁਣ ਇਹਨੂੰ ਸੈੱਟ ਕਰਨ ਲਈ ਗਾਣੇ ਛੱਡ ਰਿਹਾ ਮੈਂ ਗਾਣੇ ਛੱਡ ਰਹੇ ਹਾਂ ਹਾਂ ਹੁਣ ਗਾਣੇ ਆਉਣਗੇ ਨਹੀਂ ਛੱਡ ਨਹੀਂ ਰਿਹਾ ਮੈਂ ਛੱਡਣ ਤੇ ਆ ਗਿਆ ਮੈਂ ਕਿਹਾ ਪੌਡਕਾਸਟ ਦੀ ਵੱਡੀ ਗੱਲ ਤਾਂ ਹੋਣਾ ਹੀ ਤੇ ਨਹੀਂ ਗਾਣੇ ਨਹੀਂ ਛੱਡਦਾ ਗਾਣੇ ਤਾਂ ਹੁਣ ਨਾਲ ਹੀ ਜ਼ਿੰਦਗੀ ਨਾਲ ਹੀ ਜਾਣਗੇ ਹੁਣ ਤਾਂ ਗਾਣੇ ਪਿਛਲੇ ਬੜੇ ਸਮੇਂ ਤੋਂ ਬ੍ਰੇਕ ਤੇ ਹੋਂ ਤੁਸੀਂ ਗਾਣਿਆਂ ਤੇ ਥੋੜਾ ਮੇਰਾ ਸਿਚੁਏਸ਼ਨ ਉਦਾਂ ਦੀ ਹੋ ਗਈ ਸੀ ਮੇਰਾ ਵੀਰ ਤੇ ਬਟ ਮੈਂ ਹੁਣ ਹੁਣ ਗਾਣੇ ਕੱਢਾਂਗੇ ਨ ਘੈਂਟ ਗਾਣੇ ਹੁਣ ਤੁਸੀਂ ਗਾਣੇ ਦੀ ਗੱਲ ਕੀਤੀ ਇੱਕ ਅੱਧੀ ਸਾਨੂੰ ਝਲਕ ਦਿਓ ਗਾਣੇ ਦੀ ਕਿਹੜਾ ਆ ਰਿਹਾ ਗਾਣਾ ਇੱਕ ਅੱਧੀ ਲਾਈਨ ਸੁਣਾਓ ਕੋ ਗਾਣੇ ਆਣ ਵਾਲੇ ਦੀ ਅ ਗਾਣੇ ਤਾਂ ਬਹੁਤ ਨੇ ਘੈਂਟ ਹੁਣ ਮੈਂ ਐਸ ਟਾਈਮ ਐਟ ਅ ਟਾਈਮ ਤਾਂ ਮੈਂ ਕੋਈ ਯਾਰ ਸੋਚਿਆ ਵੀ ਨਹੀਂ ਹੈਗਾ ਸੋਚ ਲਓ ਤੁਸੀਂ ਕੋਈ ਗੱਲ ਨਹੀਂ ਫਿਲਮਾਂ ਬਾਰੇ ਕੀ ਸੋਚੇ ਬਈ ਆਉਣ ਵਾਲੇ ਟਾਈਮ 'ਚ ਫਿਲਮ ਆ ਰਹੀ ਕੋਈ ਤੁਹਾਡੀ ਫਿਲਮ ਹਾਂਜੀ ਮੈਂ ਫਿਲਮ ਇੱਕ ਖੁਦ ਲਿਖੀ ਐ ਤੇ ਖੋਦੀ ਉਹਨੂੰ ਡਾਇਰੈਕਟ ਕੀਤਾ ਐ ਤੇ ਉਹਦਾ ਇੱਕ ਪਾਇਲਟ ਸ਼ੂਟ ਕੀਤਾ ਹੋਇਆ ਬਾਲਾ ਘੈਂਟ ਕਨਸੈਪਟ ਹੈ ਵਾਹਿਗੁਰੂ ਟੱਚਵੁੱਡ ਤੇ ਬਸ ਇੰਨਾ ਐ ਆ ਕਿ ਜੋ ਮੈਂ ਲੋਕਾਂ ਨੂੰ ਦਿਖਾਉਣਾ ਚਾਹੁੰਨਾ ਕਿ ਐਕਚੁਅਲੀ ਸਿੰਘਾਂ ਆ ਕਰ ਸਕਦਾ ਉਹ ਚੀਜ਼ ਐ ਉਹ ਕੀ ਬਈ ਉਹਦੇ 'ਚ ਖਾਸ ਕੀ ਕਿਸ ਕਿਸ ਜ਼ੋਨ ਚ ਫਿਲਮ ਹੈ ਮੈਂ ਤੁਹਾਨੂੰ ਟ੍ਰੇਲਰ ਦਿਖਾਵਾਂਗਾ ਹੁਣ ਤਾਂ ਨਹੀਂ ਦਿਖਾ ਸਕਦਾ ਬਾਅਦ ਚ ਟ੍ਰੇਲਰ ਦਿਖਾਉਣਾ ਜਿਹੜਾ ਪਾਇਲਟ ਚੂਟ ਕੀਤਾ ਨਾ ਨੈਕਸਟ ਲੈਵਲ ਹੈ ਮਤਲਬ ਮੇਰੇ ਮੇਰਾ ਮਾਈਂਡ ਸੈਟਅਪ ਵੀਰੇ ਬਹੁਤ ਡਿਫਰੈਂਟ ਹੈ ਲੋਕਾਂ ਤੋਂ ਮੈਂ ਨਹੀਂ ਕਹਿੰਦਾ ਮਤਲਬ ਇਹ ਨਹੀਂ ਕਹਿੰਦਾ ਕਿ ਯਾਰ ਮੈਂ ਬਹੁਤ ਖਰਾ ਮਤਲਬ ਇਹ ਮੈਂ ਖਰਾ ਨਹੀਂ ਖਰਾ ਜਿਹੜੀ ਸੈਂਸ ਚ ਨਹੀਂ ਕਹਿ ਰਿਹਾ ਮਤਲਬ ਇਹ ਸੈਂਸ ਚ ਕਹਿ ਰਿਹਾ ਕਿ ਮੈਂ ਮਾਈਂਡ ਸੈਟ ਮੈਂ ਐਡਵਾਂਸ ਚਲੇ ਜਾਣਾ ਮੇਰਾ ਮਾਈਂਡ ਸੈਟਅਪ ਇਹਨਾਂ ਹੈ ਕਿ ਮੈਂ ਥੋੜਾ ਜਿਹਾ ਆਪਣੇ ਆਪ ਨੂੰ ਅ ਚਾਹੇ ਲੋਕ ਨੂੰ ਬੁਰਾ ਕਹਿਣ ਚਾਹੇ ਗਾਲਾਂ ਕੱਢਣ ਚਾਹੇ ੜਾਉਣ ਮਜ਼ਾਕ ਮੈਂ ਕਿਸੇ ਤੋਂ ਕੁਝ ਨਹੀਂ ਲੈਣਾ ਮੈਂ ਕਰਨੀ ਆ ਆਪਣੀ ਤੁਹਾਡਾ ਤੋਂ ਬੈਸਟ ਹੈ ਬਸ ਮੈਂ ਕਰਨੀ ਆ ਆਪਣੀ ਮੈਂ ਆਪਣੇ ਤੇ ਕੰਮ ਕੀਤਾ ਮੈਂ ਲੋਕਾਂ ਨੂੰ ਦਿਖਾਉਣਾ ਚਾਹੁੰਦਾ ਤਾਂ ਦਿਖਾਉਂਗਾ ਇਹ 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 ਮੰਨ ਲ ਮੈਨੂੰ ਇਦਾਂ ਲੱਗਦਾ ਕਿ ਹਰ ਬੰਦੇ ਨੂੰ ਲਾਈਫ ਦੇ ਵਿੱਚ ਇਦਾਂ ਹੀ ਹੋਣਾ ਚਾਹੀਦਾ ਜਦੋਂ ਤੁਸੀਂ ਕਿਸੇ ਦੀ ਗੱਲ ਸੀਰੀਅਸ ਲੈਣ ਲੱਗ ਪਏ ਨਾ ਫਿਰ ਤੁਸੀਂ ਜ਼ਿੰਦਗੀ 'ਚ ਅੱਗੇ ਕਦੇ ਨਹੀਂ ਵੱਸ ਸਕਦੇ ਪਰ ਕੁਝ ਗੱਲਾਂ ਸੀਰੀਅਸ ਲੈਣੀਆਂ ਚਾਹੀਦੀਆਂ ਸਲਾਹਾ ਉਹ ਕਿਦਾਂ ਫੜਦੇ ਹੋ ਤੁਸੀਂ ਜਿਹੜੀ ਮੈਂ ਹੁਣ ਦਾਦਾ ਜਿਹੜੀ ਸਲਾਹ ਲੈਣ ਆਲੀ ਆ ਮੈਂ ਉਸ ਗੱਲ ਦੀ ਸੀਰੀਅਸ ਨਾ ਗੱਲ ਕਰਦਾ ਕਿ ਜਿਹੜੀ ਗੱਲ ਤੁਹਾਨੂੰ ਪਿੱਛੇ ਖਿੱਚੇ ਹੂੰ ਜਿਹੜੀ ਗੱਲ ਤੁਹਾਨੂੰ ਤੁਹਾਡੇ ਮਕਸਦ ਤੋਂ ਪਟਕਾਵੇ ਉਸ ਗੱਲ ਲੱਜਾਣਾ ਹੀ ਨਹੀਂ ਹੈਗਾ ਉਸ ਗੱਲ ਤੇ ਜ਼ਰੂਰ ਗੌਰ ਕਰਿਓ ਕਿ ਹਾਂ ਯਾਰ ਸਿੰਘ ਨੇ ਆਹ ਗੱਲ ਕਹੀ ਸੀ ਇਹ ਮੇਰੀ ਲਾਈਫ ਚ ਇੱਥੇ ਜਾ ਕੇ ਕੰਮ ਆਊਗੀ ਉਹ ਗੱਲ ਜ਼ਰੂਰ ਰੱਖਣੀ ਆ ਮਤਲਬ ਫਾਲਤੂ ਗੱਲਾਂ ਚ ਨਹੀਂ ਜਾਣਾ ਹੈਗਾ ਸੋ ਮੈਨੂੰ ਇਦਾਂ ਲੱਗਦਾ ਕਿ ਬਸ ਆਪਣੇ ਤੇ ਕੰਮ ਕਰੋ ਬਸ ਆਪਣੇ ਆਪ ਨੂੰ ਇੰਪਰੂਵ ਕਰੋ ਚੰਗੇ ਮਾੜੇ ਕੰਮ ਬੰਦੇ ਚ ਕਿਵੇਂ ਡਿਫਰੈਂਸ਼ੀਏਟ ਕਰਦੇ ਹੋ ਤੁਸੀਂ ਕਿਉਂਕਿ ਚੰਗੇ ਮਾੜੇ ਬੰਦੇ ਦੇ ਵਿੱਚ ਜਾਂ ਚੰਗੇ ਮਾੜੇ ਕੰਮ ਬੰਦੇ ਦੇ ਚੰਗੇ ਬੰਦੇ ਬੰਦੇ ਦੇ ਵਿੱਚ ਸੁਪੋਜ਼ ਅੱਜ ਤੁਹਾਡੀ ਸਟੇਜ ਐਸੀ ਹੈ ਕਿ ਹਰ ਬੰਦਾ ਤੁਹਾਡੇ ਨਾਲ ਯਾਰੀ ਈ ਲਾਣ ਨੂੰ ਫਿਰਦਾ ਹੈ ਹਰ ਬੰਦਾ ਤੁਹਾਡੇ ਨਾਲ ਘੁੰਮਣ ਨੂੰ ਫਿਰਦਾ ਨਹੀਂ ਮੈਂ ਹੁਣ ਵੀਰੇ ਆਪਣੇ ਹੱਥ ਖੜੇ ਆ ਯਾਰ ਯਾਰੀ ਕਰ ਲਈ ਹੁਣ ਖਤਮ ਹੋ ਗਈਆਂ ਯਾਰੀਆਂ ਉਹ ਟਾਈਮ ਵੀ ਲੰਘ ਗਿਆ ਉਹ ਯਾਰੀਆਂ ਪਗਾਉਣ ਵਾਲਾ ਸਿੰਘਾ ਵੀ ਚਲਾ ਗਿਆ ਹੂੰ ਯਾਰੀ ਚੱਲ ਗਈ ਯਾਰੀ ਗੱਲਾਂ ਦੀ ਯਾਰੀ ਆ ਯਾਰ ਅੱਜ ਹੈ ਨਹੀਂ ਕੁੱਖ ਵੀ ਤੁਸੀਂ ਕਿਸੇ ਦਾ ਕੁਝ ਵੀ ਕਰ ਲਓ ਕੱਖ ਵੀ ਕਰ ਲਓ ਚਾਹੇ ਕਿਸੇ ਨੂੰ ਆਸਮਾਨ ਦਿਖਾ ਦਿਓ ਅੱਜ ਮੈਂ ਕਿਸੇ ਨੂੰ ਰੌਕਟ 'ਚ ਬਿਠਾ ਕੇ ਚੰਦ ਤੇ ਭੇਜ ਦਵਾਂ ਤੂੰ ਚੰਦ ਤੋਂ ਧਰਤੀ ਦੇਖ ਉੱਥੋਂ ਉਹਨੂੰ ਇੱਕ ਬੰਦਾ ਮਾੜਾ ਦਿਖਣਾ ਸਿੰਗਾ ਅੱਛਾ ਜੀ ਐ ਹੀ ਹੁੰਦਾ ਕਿਸੇ ਦਾ ਵੀ ਕਰਕੇ ਦੇਖ ਲੈ ਮੇਰਾ ਭਰਾ ਪਤਾ ਲੱਗ ਜਾਣਾ ਜਿਸ ਬੰਦੇ ਨੂੰ ਤੁਸੀਂ ਸਾਰਾ ਜ਼ੋਰ ਲਾ ਕੇ ਚੰਗਾ ਕੀਤਾ ਹੋਊਗਾ ਨੂੰ ਇੱਕ ਬੰਦਾ ਅਖਰੀ ਚ ਮਾੜਾ ਦਿਖਦਾ ਜਿਸ ਬੰਦੇ ਨੇ ਉਹਦਾ ਚੰਗਾ ਕੀਤਾ ਹੁੰਦਾ ਬਿਲਕੁਲ ਸੋ ਯਾਰੀ ਵਾਲੇ ਹੱਥ ਖੜੇ ਆਪਣੇ ਆਪਣੇ ਤੇ ਫੋਕਸ ਹੈ ਆਪਣੇ ਕੰਮ ਤੇ ਆਪਣੇ ਬਿਜ਼ਨਸ ਤੇ ਫालतू ਯਾਰੀਆਂ ਯੂਰੀਆਂ ਚ ਨਾ ਆਪੋ ਯਾਰੀ ਯਾਰੀ ਕਰਦਾ ਸੀ ਯਾਰੀ ਯਾਰੀ ਨਹੀਂ ਹੀ ਮਾਰੀ ਭਾਈ ਤੁਸੀਂ ਗਾਣਾ ਸੁਣਾਓ ਕਿਉਂਕਿ ਬਿਨਾ ਗਾਣੇ ਤੋਂ ਸਾਡਾ ਪੋਡਕਾਸਟ ਤੁਹਾਡੇ ਨਾਲ ਪੂਰਾ ਨਹੀਂ ਹੋਣਾ ਕੋਈ ਅਪਕਮਿੰਗ ਕੋਈ ਸਾਨੂੰ ਗਾਣਾ ਸੁਣਾਓ ਜਿਹੜਾ ਤੁਹਾਡਾ ਆਪਕਮਿੰਗ ਤਾਂ ਨਹੀਂ ਇੱਕ ਗਾਣਾ ਆਇਆ ਸੀ ਮੇਰਾ ਹਾਉ ਸਾਡੇ ਬਾਰੇ ਨੈਗੇਟਿਵ ਹੁੰਦੀਆਂ ਨੇ ਗੱਲਾਂ ਪਰ ਬੰਦੇ ਅਸੀਂ ਨੈਗੇਟਿਵ ਨਾ ਹਾਉ ਸਾਡੇ ਬਾਰੇ ਨੈਗੇਟਿਵ ਹੁੰਦੀਆਂ ਨੇ ਗੱਲਾਂ ਪਰ ਬੰਦੇ ਅਸੀਂ ਨੈਗੇਟਿਵ ਨਾ ਬੰਦੇ ਅਸੀਂ ਨੈਗੇਟਿਵ ਨਾ ਇਹਦਾ ਮਤਲਬ ਇਹ ਆ ਕਿ ਉਹ ਤੁਸੀਂ ਇੱਕ ਵਾਰੀ ਕਿਤੇ ਮਿਲ ਕੇ ਤਾਂ ਦੇਖੋ ਪਤੰਦਰੋ ਅੱਜ ਤਾਂ ਬੰਦੇ ਹੀ ਜਿਹੜੇ ਜਿਨ੍ਹਾਂ ਨੇ ਕੁਝ ਕੀਤਾ ਹੁੰਦਾ ਉਹ ਤਾਂ ਬੰਦੇ ਹੀ ਵਾਹਿਗੁਰੂ ਨੇ ਪਤਾ ਨਹੀਂ ਸਾਨੂੰ ਕਿਹੜੀਆਂ-ਕਿਹੜੀਆਂ ਸਿਚੁਏਸ਼ਨਾਂ ਚੋਂ ਕੱਢ ਕੇ ਸਾਨੂੰ ਕਿੱਥੇ ਲੈ ਕੇ ਆਂਦਾ ਤੁਸੀਂ ਇੱਕ ਵਾਰ ਜਿੱਦਾਂ ਚੰਗੇ ਰਹਿ ਕੇ ਤਾਂ ਦੇਖੋ ਸਾਡੇ ਨਾਲ ਇੱਕ ਦੋਂਗੇ ਤੁਹਾਨੂੰ ਅਸੀਂ 100 ਗੁਲਾਬ ਦੇਵਾਂਗੇ ਪਰ ਤੁਸੀਂ ਟੱਕਰਦੇ ਹੋ ਮਾੜੇ ਬਣ ਕੇ ਕੀ ਕਰੀਏ ਯਾਰ ਤੁਹਾਡਾ ਮਤਲਬ ਨੂੰ ਤੁਸੀਂ ਟੱਕਰਦੇ ਹੋ ਮਤਲਬ ਨੂੰ ਹੁਣ ਫਿਰ ਤੁਹਾਨੂੰ ਮਾੜੀ ਅਸੀਂ ਲੱਗਣ ਲੱਪੈਨੇ ਆ ਯਾਰ ਜਦੋਂ ਅਸੀਂ ਸਮਝ ਜਾਂਦੇ ਹਾਂ ਕਿ ਤੁਹਾਡਾ ਮਤਲਬ ਕੀ ਹੈ ਤਾਂ ਗਲਤ ਗੱਲ ਹੈ ਨਾ ਮੇਰਾ ਵੀਰ ਤੁਸੀਂ ਇੱਕ ਵਾਰੀ ਦਿਲ ਖੋਲ ਕੇ ਮਿਲੋ ਅਸੀਂ ਦਿਲ ਦਿਲ ਖੋਲ ਕੇ ਤੇ ਬਾਹਾਂ ਖੋਲ ਕੇ ਮਿਲਾਂਗੇ ਮਤਲਬ ਇਨਸਾਨ ਚਾਹੁੰਦਾ ਕਿ ਮੇਰਾ ਸਾਹਮਣੇ ਵਾਲਾ ਇੱਜ਼ਤ ਵੀ ਕਰੀ ਜਾਵੇ ਤੇ ਉਹਨੂੰ ਮੇਰਾ ਮਤਲਬ ਵੀ ਨਾ ਪਤਾ ਲੱਗੇ ਮਤਲਬ ਇਨਸਾਨ ਪਤਾ ਕੀ ਚਾਹੁੰਦਾ ਹੈ ਮਤਲਬਲੀ ਇਨਸਾਨ ਇਹ ਮਤਵਲੀ ਇਨਸਾਨ ਇਹ ਚਾਹੁੰਦਾ ਹੈ ਕਿ ਮੇਰਾ ਕੰਮ ਨਿਕਲਦਾ ਹੋ ਜਾਵੇ ਬਸ ਚਾਹੇ ਇਹਦਾ ਕੁਝ ਵੀ ਹੋਵੇ ਗੋਡੇ ਲੱਗੇ ਗਿੱਟੇ ਲੱਗੇ ਮੇਰਾ ਕੰਮ ਨਿਕਲਦਾ ਹੋ ਜਾਵੇ ਮੈਨੂੰ ਲੱਖ ਰੁਪਏ ਦੀ ਲੋੜ ਹੈ ਚਾਹੇ ਸਿੰਘੇ ਦਾ ਕੁਝ ਨਹੀਂ ਹੈ ਿੰਗਾ ਖਾਲੀ ਹੈ ਿੰਗਾ ਚਾਹ ਦਾ ਡਾ ਬੜਾ ਸਟਾਰ ਹੈ ਤੇ ਕੋ ਲੱਖ ਰੁਪਈਆ ਨਹੀਂ ਹੋਊਗਾ ਐ ਹੀ ਹੁੰਦਾ ਹੈ ਬਿਲਕੁਲ ਸਾਡਾ ਲੱਖ ਰੁਪਈਆ ਨਿਕਲਾ ਓਏ ਚਾਹੇ ਸਿੰਘਾ ਸਾਲਾ ਕਿਸੇ ਤੋਂ ਮੰਗ ਕੇ ਵੀ ਵੀ ਦਾ 10000 ਰੁਪਈਆ ਇਕੱਠਾ ਕਰਕੇ ਦਵੇ ਉਸ ਤੋਂ ਬਾਅਦ ਝੋ ਮਾੜਾ ਕੌਣ ਸਿੰਘਾ ਇਸ ਕਰਕੇ ਬਹੁਤਾ ਨਾਹੀਂ ਕਰੋ ਕਿਸੇ ਦਾ ਆਪਣੇ ਤੇ ਫੋਕਸ ਕਰੋ ਹਾਂ ਇੰਨਾ ਹੈ ਜੇ ਕੋਈ ਤੁਹਾਨੂੰ ਤੁਹਾਨੂੰ ਪਤਾ ਹੈ ਦਿਲ ਜਾਨ ਬਾਰ ਦਾ ਤੁਹਾਡੇ ਤੋਂ ਫਿਰ ਕੰਮ ਵੀ ਨਾ ਛੱਡੋ ਕੋਈ ਨਹੀਂ ਬਹੁਤ ਵਧੀਆ ਲੱਗਿਆ ਬਾਈ ਤੁਹਾਡੇ ਨਾਲ ਗੱਲਬਾਤ ਕਰਕੇ ਤੁਹਾਨੂੰ ਕਿਵੇਂ ਲੱਗਿਆ ਮੈਨੂੰ ਘੈਂਟ ਲੱਗਾ ਵੀਰੇ ਕਾਫੀ ਟਾਈਮ ਬਾਅਦ ਮੈਂ ਬੋਲਿਆ ਖੁੱਲ ਕੇ ਤੇ ਆ ਕਾਫੀ ਚੀਜ਼ਾਂ ਮੈਨੂੰ ਪਤਾ ਵੀ ਨਹੀਂ ਹੱਲੇ ਮੈਂ ਕੀ ਕੀ ਬੋਲ ਗਿਆ ਬਾਅਦ ਵਿੱਚ ਦੇਖੋ ਤੁਹਾਨੂੰ ਸਾਰਾ ਸੁਣਾਵਾਂਗੇ ਬਾਈ ਅਸੀਂ ਤੇ ਬਾਕੀ ਇੰਨਾ ਬਹੁਤ ਵਧੀਆ ਲੱਗਾ ਵੀਰੇ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਤੁਹਾਡਾ ਮੇਨ ਹੁੰਦਾ ਜਦੋਂ ਬੰਦਾ ਕੋਈ ਵੀ ਆ ਲਾਈਫ ਦੇ ਵਿੱਚ ਤੁਹਾਡੀ ਚੜ੍ਹਾਈ ਜਾਂ ਤੁਹਾਡੀ ਪ੍ਰੋਗਰੈਸ ਦੇਖ ਕੇ ਤੁਹਾਡੀ ਸਕਸੈਸ ਦੇਖ ਕੇ ਖੁਸ਼ ਹੁੰਦਾ ਹੈ ਜੀ ਬਾਈ ਲਾਈਫ ਦੇ ਵਿੱਚ ਸਿਰਫ ਮਾਪੇ ਆ ਜੀ ਮਾਪੇ ਆ ਹਮੇਸ਼ਾ ਮਾਪੇ ਕਹਿਣਗੇ ਜਦੋਂ ਪ੍ਰੋਗਰੈਸ ਕਰਦਾ ਕੋਈ ਸਕਸੈਸ ਹੁੰਦਾ ਸਭ ਤੋਂ ਜ਼ਿਆਦਾ ਖੁਸ਼ੀ ਹੁੰਦੀ ਮਾਪਿਓ ਨੂੰ ਮਾਪਿਓ ਹੈਪੀ ਹੁੰਦੇ ਨੇ ਕਹਿੰਦੇ ਨੇ ਲੈ ਵੇ ਸਾਡੇ ਪੁੱਤ ਨੇ ਕੰਮ ਕੀਤਾ ਨਾਮ ਰੋਸ਼ਨ ਕੀਤਾ ਉਹਨਾਂ ਨੂੰ ਹੋਰ ਦੁਨੀਆ ਤੋਂ ਕਿਸੇ ਤੋਂ ਕੁਝ ਲੈਣਾ ਦੇਣਾ ਨਹੀਂ ਆ ਕਿਸੇ ਤੀਜੇ ਬੰਦੇ ਨਾਲ ਉਹਨਾਂ ਨੂੰ ਕੁਝ ਨਹੀਂ ਪਰ ਤੁਹਾਨੂੰ ਵੀ ਤੁਹਾਡੇ ਮਾਪਿਆਂ ਨਾਲ ਹੀ ਹੋਣਾ ਚਾਹੀਦਾ ਜਦੋਂ ਅਸੀਂ ਫਾਲਤੂ ਦੀਆਂ ਵਾਲੇ ਦੋਵਾਲੇ ਗੰਢਾ ਕੱਢ ਲੈਂਦੇ ਆ ਨਾ ਕਿ ਇਹਦੇ ਨਾਲ ਵੀ ਇਹਦੇ ਨਾਲ ਫਿਰ ਜਦੋਂ ਵਾਧੀਆਂ ਲੱਤਾਂ ਫਿਰ ਆਉਂਦਾ ਮੁੜ ਕੇ ਬੰਦਾ ਨਹੀਂ ਆ ਇਸ ਕਰਕੇ ਸਿਰਫ ਆਪਣੇ ਤੇ ਫੋਕਸ ਰੱਖੋ ਤੇ ਆਪਣੇ ਮਾਪਿਆਂ ਨੂੰ ਖੁਸ਼ ਰੱਖੋ ਹੋਰ ਫਾਲਤੂ ਦੁਨੀਆਦਾਰੀ ਤੋਂ ਦੂਰ ਰਹੋ ਬਸ ਜਿੰਨਾ ਮਿਲਣਾ ਵਰਤਣਾ ਮਾੜਾ ਨਾ ਸੋਚੋ ਕਿਸੇ ਦਾ ਇਹ ਨਹੀਂ ਹੈ ਕਿ ਜੇ ਤੁਸੀਂ ਕਿਸੇ ਨਾਲ ਨਹੀਂ ਰੱਖੀ ਤਾਂ ਉਹਦੇ ਬਾਰੇ ਮਾੜਾ ਸੋਚੀ ਜਾਓ ਮੈਂ ਮਾੜਾ ਨਹੀਂ ਸੋਚਦਾ ਕਿਸੇ ਦਾ ਵੀ ਨਾਥਿੰਗ ਮੈਨੂੰ ਕਿਸੇ ਨਾਲ ਏ ਨਹੀਂ ਆ ਕਿ ਵੀਰੇ ਕੋਈ ਡਿਗ ਜਵੇ ਜਾਂ ਕਿਸੇ ਦਾ ਕੀ ਚੱਲਦਾ ਆ ਜਾਂ ਕਿਸੇ ਨੇ ਘਰ ਲੈ ਲਿਆ ਜਾਂ ਕਿਸੇ ਦੇ ਸ਼ੋว์ ਨੇ ਮੈਂ ਕੀ ਲੈਣਾ ਯਾਰ ਬਿਲਕੁਲ ਵਧੀਆ ਗੱਲ ਆ ਯਾਰ ਤੁਹਾਡਾ ਸਾਰਾ ਕੁਝ ਚੱਲੀ ਜਾਂਦਾ ਵਾਹਿਗੁਰੂ ਮੈਨੂੰ ਵੀ ਬਹੁਤ ਕੁਝ ਦਿੱਤਾ ਸ਼ਾਇਦ ਮੇਰਾ ਜੇ ਪਹਿਲਾ ਗਾਣਾ ਇਹ ਨਾ ਚੱਲਦਾ ਮੈਂ ਨਾ ਹੁੰਦਾ ਇੱਥੇ ਖੇਤਾਂ 'ਚ ਹੀ ਹੋਣਾ ਸੀ ਬਿਲਕੁਲ ਭਾਈ ਫਿਰ ਮੈਂ ਕਿਉਂ ਯਾਰ ਕਿਸੇ ਨਾਲ ਯੈਲਸ ਫੀਲ ਕਰਾਂ ਪਰ ਲੋਕਾਂ ਦੀ ਹੁਣ ਅਸੀਂ ਨਹੀਂ ਸਮਝ ਸਕਦੇ ਨਾ ਸਮਝਾ ਸਕਦੇ ਆ ਸੋ ਮੈਂ ਐਡਾ ਬੜਾ ਹਲੇ ਹੋਇਆ ਹੀ ਨਹੀਂ ਸਿੰਘਾ ਜਿੱਦਣ ਮੈਂ ਗਿਆਨੀ ਬਣ ਜਾਊਗਾ ਨਾ ਪੂਰਾ ਜਿੱਦਣ ਨਮੋਲ ਵੀਰੇ ਤੁਸੀਂ ਵੀ ਥੋੜੇ ਜਿਹਾ ਬਜ਼ੁਰਗ ਹੋ ਜਾਓਗੇ ਮੈਂ ਵੀ ਥੋੜੇ ਜਿਹਾ ਬਜ਼ੁਰਗ ਹੋ ਜਾਊਗਾ ਫਿਰ ਜਦੋਂ ਅਸੀਂ ਪੋਡਕਾਸਟ ਕਰਾਂਗੇ ਥੋੜੇ ਜਿਹਾ ਵੱਡਿਆਂ ਵਾਲਾ ਫੇਰ ਬਾਕੀ ਗੱਲਾਂ ਖੋਲਾਂਗੇ ਫੇਰ ਥੋੜਾ ਜਿਹਾ ਐਕਸਪੀਰੀਅੰਸ ਜ਼ਿੰਦਗੀ ਦਾ ਹੋਰ ਹੋ ਜਾਊਗਾ ਸਾਨੂੰ ਬਿਲਕੁਲ ਐਕਸਪੀਰੀਅੰਸ ਆ ਰੋਜ਼ ਹਾਂ ਕਿਉਂਕਿ ਸਾਨੂੰ ਸਾਡੀ ਤਾਂ ਲਾਈਫ ਹੀ ਵਾਲੀ ਹਰ ਰੋਜ਼ ਐਕਸਪੀਰੀਅੰਸ ਹੀ ਨਿਕਲਦੇ ਰਹੇ ਫੇਰ ਅਸੀਂ ਥੋੜੀਆਂ ਹੋਰ ਸਿਆਣੀਆਂ ਗੱਲਾਂ ਕਰਾਂਗੇ ਬਿਲਕੁਲ ਨਹੀਂ ਹੁਣ ਵੀ ਸਿਆਣੀਆਂ ਗੱਲਾਂ ਕੀਤੀਆਂ ਬਾਈ ਤੁਸੀਂ ਉਮੀਦ ਕਰਦੇ ਹਾਂ ਕਿ ਤੁਹਾਡੇ ਲਾਈਫ 'ਚ ਜੋ ਵੀ ਇਸ ਟਾਈਮ ਤੁਹਾਡਾ ਔਕੇ ਟਾਈਮ ਦਾ ਦੌਰ ਚੱਲ ਰਿਹਾ ਉਹ ਨਿਕਲੇ ਨਹੀਂ ਕਿਹ ਐ ਤਾਂ ਮੇਰਾ ਕੋਈ ਔਖਾ ਨਹੀਂ ਬਿਰੇ ਔਖਾ ਤਾਂ ਕਹਿਣਾ ਹੀ ਨਹੀਂ ਲਾਈਫ ਦੇ ਵਿੱਚ ਜੇ ਮੈਂ ਔਖਾ ਨੈਗੇਟਿਵ ਤਾਂ ਹੋਣਾ ਹੀ ਨਹੀਂ ਆਪਾਂ ਮੇਰਾ ਭਰਾ ਮੇਰੀ ਲਾਈਫ ਚ ਕੋਈ ਨਾ ਉਹ ਕੋਈ ਔਖਾ ਦੌਰ ਨਹੀਂ ਘੈਂਟ ਐ ਚੱਲ ਐ ਵਧੀਆ ਸਵਾਦ ਲੈਣਾ ਪਿਆ ਜਿਨ੍ਹਾਂ ਨੇ ਕੀਤਾ ਸੀ ਉਹਨਾਂ ਨੂੰ ਦਿਖ ਜਾਣਾ ਮੈਂ ਨਾ ਮੈਂ ਕਿਸੇ ਨਾਲ ਕੋਈ ਰੌਲਾ ਦੋਲਾ ਨਹੀਂ ਆਪਣਾ ਖੁਸ਼ ਆ ਆਪਣਾ ਜ਼ਿੰਦਗੀ ਚ ਤੁਸੀਂ ਵੀ ਸਵਾਦ ਲਓ ਨਜ਼ਾਰੇ ਲਓ ਨਵਾਂ ਸਾਲ ਆ ਰਿਹਾ 2024 ਜੀ ਤੇ ਵਧੀਆ ਵਧੀਆ ਚੀਜ਼ਾਂ ਸਿੱਖੋ ਟਰਾਈ ਕਰੋ ਆਪਣੀ ਲਾਈਫ ਨੂੰ ਬਿਹਤਰ ਬਣਾਓ ਆਪਣੇ ਮਾਪਿਓ ਦੀ ਲਾਈਫ ਨੂੰ ਬਿਹਤਰ ਬਣਾਓ ਤੇ ਬਸ ਨਿਯਾਰੇ ਲੋ ਜ਼ਿੰਦਗੀ ਦੇ ਖੁਸ਼ ਰਹੋ ਸੇਮ ਟੂ ਸੇਮ ਮੇਰੇ ਵੱਲੋਂ ਵੀ ਤੇ ਬਹੁਤ ਵਧੀਆ ਲੱਗਿਆ ਬਾਈ ਨਾਲ ਗੱਲਬਾਤ ਕਰਕੇ ਤੁਹਾਨੂੰ ਕਿਵੇਂ ਲੱਗਿਆ ਜਰੂਰ ਦੱਸਿਓ ਤੇ ਜਿਵੇਂ ਦੱਸਿਆ ਹੀ ਹੈ ਬਾਈ ਨੇ ਕਿ ਹੁਣ ਅਸੀਂ ਪੌਡਕਾਸਟ ਕਰਦੇ ਹੀ ਰਵਾਂਗੇ ਬਜ਼ੁਰਗੋ ਕੇ ਵੀ ਤੇ ਉਸ ਤੋਂ ਪਹਿਲਾਂ ਵੀ ਕਰ ਲਾਂਗੇ ਬਾਈ ਕਿ ਨਹੀਂ ਉਸ ਤੋਂ ਪਹਿਲਾਂ ਐਦਾਂ ਐਦਾਂ ਕਰਾਂਗੇ ਨਾ ਫਿਰ ਥੋੜਾ ਜਿਹਾ 2-4 ਸਾਲ ਬਾਅਦ ਮਿਡਲ ਏਜ 'ਚ ਜਦੋਂ ਬਿਜ਼ਨਸ ਸੈਟਅਪ ਜਿਆ ਹੋ ਗਿਆ ਫਿਰ ਉਸ ਤੋਂ ਬਾਅਦ ਥੋੜਾ ਜਿਹਾ ਸਿਆਣੇ ਜਦੋਂ ਨਿਆਣੇ ਨਿੱਕੇ ਹੋ ਗਏ ਫਿਰ ਹਮਲਾ ਐਦਾਂ ਹੀ ਚੱਲਦਾ ਰਹੂਗਾ ਕੰਮ ਕਰ ਹਾਂ ਕਰਦੇ ਰਵਾਂਗੇ ਬਾਈ ਨਾਲ ਪੌਡਕਾਸਟ ਤੇ ਤੁਹਾਨੂੰ ਨਵੇਂ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਖੁਸ਼ ਰਹੋ ਥੈਂਕ ਯੂ ਜੀ ਥੈਂਕ ਯੂ ਤੇ ਥੈਂਕ ਯੂ ਸੋ ਮਚ ਬਾਈ ਇੰਨਾ ਸਮਾਂ ਦੇਣ ਲਈ ਬਹੁਤ ਵਧੀਆ ਲੱਗਾ ਥੈਂਕ ਯੂ ਵੀਰੇ ਚੜ੍ਹਦੀ ਕਲਾ ਚ ਰਹੋ ਖੁਸ਼ ਰਹੋ ਥੈਂਕ ਯੂ ਜੀ ਥੈਂਕ ਯੂ ਸੋ ਮਚ ਥੈਂਕ